ससुर से बहुत दुखला कृपा करो तुम प्यारे कृपा करो तुम प्यारे भगतां की टेक तो संतां की ओट तो सच्चा नाम आधार सच ते देखा जिन्या सच तेरा पसारा वडभागी हर संगत पावे भागहीन ब्रह्म चोटा खावे बिन भागा सतसंग न लभे बिन संगत मैं परि जियो संगत कैसी जानिए जिथे को नाम बखानिए
Thank you.
गुरु तन बहे गुरु पद पाती हर संगत पावे पद पाती हर संगत पावे पावे न प्रभु चोटा
ਕੜੀਆਂ ਗੁਜ਼ਾਰੀਆਂ ਸਤ ਸੰਗ ਵਿੱਚ ਕੜੀਆਂ ਗੁਜ਼ਾਰੀਆਂ ਸਤ ਸੰਗ ਵਿੱਚ ਕੜੀਆਂ ਗੁਜ਼ਾਰੀਆਂ ਸਤਸੰਗ ਵਿੱਚ ਕੜੀਆਂ ਗੁਜ਼ਾਰੀਆਂ ਜ਼ਿੰਦਗੀ ਸਫਲ ਕਰ ਦਿੰਦੀਆਂ 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 ਸਤਸੰਗ ਵਿੱਚ ਕੜੀਆਂ ਗੁਜ਼ਾਰੀਆਂ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੈ ਜੀਉ ਪਰਮ ਸਤਕਾਰ ਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਸਤ ਸੰਗਤ ਆਓ ਜਿੰਨੀਆਂ ਵੀ ਸੰਗਤ ਆਪ ਜੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਮਹਾਂਪੁਰਸ਼ਾਂ ਦੇ ਸਥਾਨ ਵਿਵੇਕ ਆਸ਼ਰਮ ਜੋ ਕੱਲ੍ਹ ਰੋਹਿਤ ਤੋਂ ਸਮਾਗਮ ਚੱਲ ਰਹੇ ਨੇ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ ਰਾਤਰੀ ਦਾ ਦੂਸਰਾ ਦੀਵਾਨ ਸ਼ੁਰੂ ਹੋ ਚੁੱਕਿਆ ਹੈ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਸਤਸੰਗਤ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਆ ਕੇ ਸਦੀਏ ਗੁਰੂ ਦੀ ਗੱਲ ਗੁਰਮਤ ਦੀ ਗੱਲ ਆਤਮਕ ਜੀਵਨ ਦੀ ਗੱਲ ਦਰੋਂ ਦਰੋਂ ਵਰੋਂ ਸਾਏ ਮਹਾਂਪੁਰਸ਼ਾਂ ਦੇ ਜੀਵਨ ਦੀ ਗੱਲ ਜਿਸ ਦੇ ਦੁਆਰਾ ਸਾਡੇ ਜੀਵਨ ਦਾ ਜਿਹੜਾ ਉਤਰਾਅ ਚੜ੍ਹਾਅ ਹੈ ਜੋ ਜੀਵਨ ਦੇ ਵੇਲੇ ਵਿੱਚ ਤਕਲੀਫਾਂ ਹਨ ਜੀਵਨ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਜੋ ਗੁਰਬਾਣੀ ਸਾਨੂੰ ਦੱਸਦੀ ਹੈ ਉਹ ਦੂਰ ਹੋਣੀਆਂ ਨੇ ਜਿਹੜੀ ਬਾਣੀ ਧੁਰ ਦਰਗਾਹ ਦੇ ਵਿੱਚੋਂ ਆਈ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਤੁਰਕੀ ਬਾਣੀ ਆਈ ਤਿਨ ਸਗਲੀ ਚੰਗ ਮਿਟਾਈ ਧੁਰ ਦਰਗਾਹੀ ਬਾਣੀ ਜਿਹੜੀਆਂ ਸਾਰੀਆਂ ਚਿੰਤਾਵਾਂ ਮਨੁੱਖ ਦੀਆਂ ਖਤਮ ਕਰਦੀ ਹੈ ਮਹਾਂਪੁਰਸ਼ ਤੱਤ ਬੇਤੇ ਬ੍ਰਹਮ ਗਿਆਨੀ ਜੋ ਸਾਨੂੰ ਜੀਵਨ ਦੀ ਜਾਂਚ ਗੁਰਬਾਣੀ ਦੇ ਰਾਹੀਂ ਪਰਮਾਤਮਾ ਦੇ ਬੰਦਗੀ ਕਰਨੀ ਸਿਖਾਈ ਕੱਲ ਵੀ ਆਪਾਂ ਸਰਵਣ ਕੀਤਾ ਸੀ ਤੇ ਮਹਾਂਪੁਰਸ਼ਾਂ ਦੇ ਪਾਸ ਵਚਨ ਵੀ ਸਰਵਣ ਕੀਤੇ ਕਿਵੇਂ ਸਾਨੂੰ ਮਹਾਂਪੁਰਸ਼ ਰੱਬ ਦੇ ਨਾਲ ਮਿਲਦੇ ਆ ਸਤਸੰਗਤ ਕਰਕੇ ਗੁਰੂ ਦੇ ਉਪਦੇਸ਼ ਨੂੰ ਸੁਣਾ ਕੇ ਉਸ ਨਿਰੰਕਾਰ ਦੇ ਨਾਲ ਭਗਤੀ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਦੇ ਆ ਸਤਨਾਮ ਸ੍ਰੀ ਵਾਹਿਗੁਰੂ ਆਓ ਯਤਨ ਕਰੀਏ ਮਹਾਂਪੁਰਸ਼ਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਪੰਡਾਲਾਂ ਵਿੱਚ ਸਜ ਕੇ ਗੁਰਬਾਣੀ ਦਾ ਸਤਸੰਗਤ ਦਾ ਲਾਹਾ ਪਾਤਸ਼ਾਹ ਕਹਿੰਦੇ ਨੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਆਖਾਣੀ ਹੈ ਜਿੱਥੇ ਨਾਮ ਦੀ ਗੱਲ ਹੁੰਦੀ ਹੈ ਰੰਗੇ ਹੋਏ ਦੀ ਗੱਲ ਹੁੰਦੀ ਹੈ ਸਾਧੂ ਦੀ ਤਤ ਬੇਦੇ ਦੀ ਗੱਲ ਹੁੰਦੀ ਹੈ ਉਹ ਸਤਸੰਗਤ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਨਹੀਂ ਵੀ ਇਕੱਠ ਤੇ ਇਕੱਠ ਨੂੰ ਸਤਸੰਗਤ ਆਖਿਆ
ਕੱਠ ਤੇ ਪਿਆਰੇ ਬੜੀਆਂ ਥਾਵਾਂ ਤੇ ਹੁੰਦੇ ਨੇ ਮੇਲਿਆਂ ਤੇ ਕੱਠ ਹੁੰਦੇ ਹੈ ਕੋਟ ਕਚਹਿਰੀਆਂ ਦੇ ਵਿੱਚ ਕੱਠ ਹੁੰਦੇ ਨੇ ਪਰ ਜਿੱਥੇ ਗੁਰੂ ਦੀ ਗੱਲ ਹੈ ਜਿੱਥੇ ਨਾਮ ਦੀ ਗੱਲ ਹੈ ਜਿੱਥੇ ਰੰਗੇ ਹੋਏ ਦੀ ਗੱਲ ਹੈ ਜਿੱਥੇ ਸਾਧੂ ਦੀ ਗੱਲ ਹੈ ਉਹਨੂੰ ਸਤਸੰਗਤ ਆਖਿਆ ਕਿ ਉਹ ਸਤਨਾਮ ਤਾਂ ਕਰਕੇ ਪਾਤਸ਼ਾਹ ਬਾਣੀ ਦੇ ਵਿੱਚ ਲਿਖਦੇ ਨੇ ਬੜ ਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੁਗਣਾ ਕਹਿੰਦੇ ਉਹ ਵੱਡੇ ਭਾਗਾਂ ਵਾਲਾ ਜਿਹੜਾ ਗੁਰੂ ਦੀ ਸੰਗਤ ਕਰਦਾ ਸਾਧੂ ਦੀ ਰੰਗੇ ਹੋਏ ਦੀ ਸੰਗਤ ਕਰਦਾ ਹੈ ਪੂਰਨ ਸਾਧੂ ਦੀ ਸੰਗਤ ਕਰਕੇ ਸਤਸੰਗਤ ਦੇ ਵਿੱਚ ਆ ਕੇ ਪਿਆਰੇ ਚੰਗੇ ਭਾਗ ਨੇ ਜਿਹੜੇ ਚੰਗੇ ਕਰਮ ਜਾਗ ਪੈਂਦੇ ਨੇ ਤੇ ਮਾੜੇ ਕਰਮ ਨਾਸ ਹੋ ਜਾਂਦੇ ਆਖੋ ਸਤਨਾਮ ਜੀ ਵਾਹਿਗੁਰੂ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜਿਹੜੇ ਆਪਾਂ ਮਹਾਂਪੁਰਸ਼ਾਂ ਦੇ ਅਸਥਾਨ ਤੇ ਆਏ ਗੁਰੂ ਦੇ ਚਰਣਾਂ ਵਿੱਚ ਆਏ ਸਤਸੰਗਤ ਵਿੱਚ ਆਏ ਸਾਡੇ ਭਾਗ ਚੰਗੇ ਚੰਗੇ ਭਾਗ ਕਦੋਂ ਬਣਦੇ ਨੇ ਜਦੋਂ ਕਿਸੇ ਗੁਰੂ ਨੂੰ ਮੁਰਸ਼ਦ ਨੂੰ ਪਿਆਰੇ ਆ ਕੇ ਨਮਸਕਾਰ ਕਰਦੇ ਹਾਂ ਕਿਸੇ ਰੰਗੇ ਹੋਏ ਸਾਧੂ ਨੂੰ ਨਮਸਕਾਰ ਕਰਦੇ ਹਾਂ ਉਦੋਂ ਭਾਗ ਨੇ ਜਿਹੜੇ ਕਰਮ ਉਹ ਬਣਨੇ ਸ਼ੁਰੂ ਹੁੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਚੰਗੇ ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ
جب پرگٹے پیٹے و پرک دست ویراگی دھیر ملت ہر نانک جنم جنم کی سوئی جاگی کوئی پورب دا چنگا کرم پاگ جاگیا پورب پورب کرم انکر جب پرگٹے پرگٹ ہونا چنگے کرمان دا پاگان دا جاگنا جمیں جمین دے وچ ترتی دے وچ بیج بیجیا گیا نا پیرے ہو وہ بیج ہوڑی ہوڑی جدو اگدہ امکرہ بھٹدیاں نے پھڑدار پھڑدہ بندہ ہے جا اناج بندہ ہے ایک برشدہ روپ ایک حریدہ روپ تارنا کرنا ہے اس طریق پادشاہ کے لئے جدو کوئی پوربلے کرمہ دا پاگ جا گیا رب دے پیارے دا مہاتما دا سنگ ہو گیا کو ستنام شری واہ پیٹے او پرکھ رس گئے راگی رسیا کوئی رنگیا ملیا پیٹے او دا پاوے ملنا کوئی رنگیا مل گیا تے پوربلے کرما کر کے سادھو دا سنگ ہو گیا تاں کر کے ستگرو کہندے بھائی تیرے کرما چنگے بن گئے اگے ستنا تاں پادشاہ نے آکھے کہندے پور بن گئے کیونکہ ایک کرم دی گل نہیں ایک کرم دی گل نہیں کرم جڑا منک بناؤندا ہے جویں جویں اے اپنے جیون دے وچ چنگے کرم کری جائے گا اوناں دا پھل ملے گا ماڑے کرم کری جائے گا اوناں دا پھل ملدا رہے گا کرم نے جڑے منک نے بناونے ہیں آپ جو کرم کرے گا وہ کرما کا پھل ملتا ہے پرماتما نے کی ویکھنا ہے پیارے سارے کرم سماج دے وچ کدان دا جیون کیویں جیونا ہے گرو جی کہندے جیسا بیجے سو لونے کرما سندڑا کھیت اے بھائی تو جدان دے کہندے اپنے شریر روپی زمین دے وچ بیج بیجے گا نا کرماں دا اپنے کرماں دا بیج بیجے گا پھر او دا پھل اوناں دا ہی ہوئے گا کو ستنام شری واہ پھر اوناں دی وڈنا پئے گا جتاں دا وی جھونا وی جھونا جھونا لایا جھونا وڈاں گے کڑک بیجیے کڑک وڈاں گے باجرا لایا باجرا وڈاں گے مکی بیجیے مکی وڈی جائے گی تے پادشاہ کہندے اے تیرے اپنے کرم نے یہ تم بڑھونے اپنے کرم تو آپ بڑھونے نے چنگے بنا لے ماری بڑھا لے ہم ویکھ دے نا پھر اس سماج دے وچ کنی نشے دی پڑوار نوجوان نشے دی دلدل دے وچ کھچت ہو رہے نے کہ اسی اپنے کرم منک آپ بھیج رہے ہیں کوئی کسی نو تکے دے نال نشہ نہیں پھر کھوا سکتا کوئی تکے دے نال تمباکو ہے جڑا کھوا نہیں سکتا نشہ بھاگ کر تو کسی نو کوئی تکے نال نہیں کھوا سکتا منک آپ اپنے کرم خود بھیج رہے ہیں خود کرم اپنے کما رہے ہیں پر پھر دوس کدو دیتا ہے دوس رب نو پرماتما نو تے اپنے کرما جدوں بماری جڑی رس لیا نشیاں نے دے وچ کھچت ہو گیا پھر اے دوست کیوں دیندا ہے میرے کرم ماڑے نے
ਕਿਸੇ ਮਹਾਤਮਾ ਕੋਲ ਚਲਿਆ ਜਾਵਾਂ ਉਹਨੂੰ ਆਖੇਗਾ ਕਿ ਮੇਰਾ ਭਲਾ ਕਰ ਦਿਓ ਜੀ ਤਾਂ ਮਹਾਂਪੁਰਸ਼ਾਂ ਕੋਲ ਕਿੰਨੇ ਆਉਂਦੇ ਮੇਰਾ ਭਲਾ ਕਰ ਕਰਮ ਪਿਆਰੇ ਵੱਲੋਂ ਤੇ ਮਾਰ ਸਾਧੂ ਦੱਸਦਾ ਹੈਗਾ ਮਹਾਤਮਾ ਦੱਸਦੇ ਨੇ ਰੱਬ ਦੇ ਪਿਆਰੇ ਦੱਸਦੇ ਨੇ ਫਿਰ ਗੁਰਬਾਣੀ ਫੈਸਲਾ ਕਰਦੀ ਹੈ ਭਾਈ ਤੂੰ ਜਿੱਦਾਂ ਦੇ ਕਰਮ ਕਰੇਗਾ ਨਾ ਫਿਰ ਓਦਾਂ ਦਾ ਫਲ ਤੈਨੂੰ ਵੱਢਣਾ ਪਏਗਾ ਕੋ ਸਤਨਾਮ ਸ੍ਰੀ Thank you.
Thank you.
ساری سارے سال میں گلاں سانجیاں کر رہا سی کہ دو چیزاں دا ہونا زندگی چ بڑا ضروری ہے. پہلا ہے نام دا رنگ، دوسرا ہے سادھو دا سنگ. کمائی دنیا وچ جنی اپاں کردے ہاں او کمائی چنگی،
ਸੰਸਾਰ ਦੇ ਵਿੱਚ ਰਹਿ ਕੇ ਦੁਨੀਆਂ ਵਿੱਚ ਰਹਿ ਕੇ ਜਿੰਨੀਆਂ ਬੁਲੰਦੀਆਂ ਲਈਆਂ ਜਾ ਸਕਦੀਆਂ ਲੈਣੀਆਂ ਚਾਹੀਦੀਆਂ ਕਿਉਂਕਿ ਆਪਾਂ ਲੋਕ ਜ਼ਿੰਦਗੀ ਨੂੰ ਜਿਉਣ ਆਏ ਹਾਂ ਜ਼ਿੰਦਗੀ ਨੂੰ ਰੋਣ ਨਹੀਂ ਆਏ ਰੱਬ ਨੇ ਜਿਹੜੀ ਜ਼ਿੰਦਗੀ ਦਿੱਤੀ ਹੈ ਇਨਸਾਨ ਨੂੰ ਬੰਦਾ ਇਸ ਜ਼ਿੰਦਗੀ ਨੂੰ ਜਿਉਣ ਆਇਆ ਤੇ ਜਿਉਂਦੇ ਹੋਏ ਜ਼ਿੰਦਗੀ 'ਚ ਚੰਗੇ ਢੰਗ ਨਾਲ ਚੰਗੇ ਤਰੀਕੇ ਨਾਲ ਚੰਗਿਆਈ ਨਾਲ ਵਧੀਆ ਕਮਾਈ ਦੇ ਨਾਲ ਜਿੱਥੋਂ ਤੱਕ ਜਾਇਆ ਜਾ ਸਕਦਾ ਜਾਣਾ ਚਾਹੀਦਾ ਤੁਸੀਂ ਝੌਂਪੜੀਆਂ ਦੇ ਮਹਿਲ ਬਣਾ ਲਓ ਬੜੀ ਚੰਗੀ ਗੱਲ ਹੈ ਤੁਸੀਂ ਵਪਾਰ ਨੂੰ ਲੱਖਾਂ ਦੇ ਵਪਾਰ ਨੂੰ ਕਰੋੜਾਂ ਵਿੱਚ ਬਣਾ ਲਓ ਬਹੁਤ ਚੰਗੀ ਗੱਲ ਹੈ ਗੁਰੂ ਪਿਆਰੇ ਸਾਹਿਬ ਚੰਗਿਆਈ ਦੇ ਨਾਲ ਸੱਚਾਈ ਦੇ ਨਾਲ ਵਧੀਆ ਕਮਾਈ ਦੇ ਨਾਲ ਜ਼ਿੰਦਗੀ ਦੀ ਜਿੰਨੀ ਬੁਲੰਦੀ ਲਈ ਜਾ ਸਕਦੀ ਹੈ ਲੈਣੀ ਚਾਹੀਦੀ ਕਿਉਂਕਿ ਬੰਦੇ ਨੂੰ ਰੱਬ ਨੇ ਇਨਸਾਨ ਨੂੰ ਰੱਬ ਨੇ ਮੌਕਾ ਦਿੱਤਾ ਕਿ ਤੂੰ ਜੋ ਮਰਜ਼ੀ ਬਣ ਲਾ ਤੇਰੀ ਮਰਜ਼ੀ ਪਰ ਗੁਰੂ ਪਿਆਰੇ ਸਾਹਿਬ ਜਿਵੇਂ ਦੁਨੀਆਂ ਵਿੱਚ ਰਹਿੰਦੇ ਹੋਏ ਚੰਗੀਆਂ ਕਮਾਈਆਂ ਅਤੇ ਬਹੁਤ ਕਮਾਈਆਂ ਦੇ ਨਾਲ ਸੰਸਾਰ ਸਫਲ ਹੁੰਦਾ ਹੈ ਦੁਨੀਆਂ ਸਫਲ ਹੁੰਦੀ ਹੈ ਦੁਨੀਆਂ ਵਿੱਚ ਰਹਿਣਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈ ਲੇਕਿਨ ਆਪਣੀ ਦੁਕਾਨ ਵਿੱਚ ਬੈਠੇ ਆਪਣੇ ਮਕਾਨ ਵਿੱਚ ਬੈਠੇ ਅਤੇ ਆਪਣੇ ਇਸ ਸੰਸਾਰ ਵਿੱਚ ਘੁੰਮਦੇ ਹੋਏ ਸਾਡਾ ਮਨ ਆਨੰਦਿਤ ਰਹੇ ਬੇਚੈਨੀ ਨਾ ਹੋ ਮਨ ਦੀ ਖੁਸ਼ਹਾਲੀ ਅਤੇ ਮਨ ਵਿੱਚ ਇੰਨੀ ਖੁਸ਼ੀ ਹੋਵੇ ਕਿ ਤੁਸੀਂ ਜਿੱਥੇ ਬੈਠੋ ਇੱਕ ਸੰਤੁਸ਼ਟੀ ਬਣੀ ਰਹੇ ਇੱਕ ਸੰਤੋਸ਼ ਬਣਿਆ ਰਹੇ ਇੱਕ ਉਹ ਚੈਨ ਬਣਿਆ ਰਹੇ ਕਿ ਦਾਦਾ ਤੇਰੀ ਬੜੀ ਰਹਿਮਤ ਹੋਈ ਮੈਨੂੰ ਸਮਝ ਆ ਗਈ ਕਿ ਅਸਲ ਜ਼ਿੰਦਗੀ ਜਿਹੜੀ ਤੂੰ ਮੈਨੂੰ ਦਿੱਤੀ ਹੈ ਕਿ ਸੱਚ ਹੈ ਕਿ ਇਹਨੂੰ ਦੂਜੇ ਦੇਵਤੇ ਵੀ ਲੋਚਦੇ ਨੇ ਕਿਉਂ ਕਿਉਂਕਿ ਮਹਾਰਾਜ ਇਸ ਜ਼ਿੰਦਗੀ ਵਿੱਚ ਮੈਂ ਬੜਾ ਸਕੂਨ ਵਿੱਚ ਜਿਸ ਸਮੇਂ ਗੁਰੂ ਪਿਆਰੇ ਸਾਹਿਬ ਸਿੰਘ ਜਦੋਂ ਬੰਦੇ ਦੀ ਸਥਿਤੀ ਇਨਸਾਨ ਦੀ ਮਾਨਸਿਕਤਾ ਜਿਹਨੂੰ ਸਾਈਕੋਲੋਜੀ ਕਹਿੰਦੇ ਹੈ ਇਨਸਾਨ ਦੀ ਸਾਈਕੋਲੋਜੀ ਇਸ ਤਰ੍ਹਾਂ ਬਣਨ ਲੱਗ ਗਈ ਤੇ ਸਮਝ ਲੈਣਾ ਬਸ ਰੱਬ ਦੀ ਅਪਾਰ ਕਿਰਪਾ ਬਰਸਣ ਆਖੋ ਸਤਨਾਮ ਗੁਰੂ ਪਿਆਰੇ ਸਾਹਿਬ ਸਿੰਘ ਕਿਉਂਕਿ ਸੰਸਾਰ ਵਿੱਚ ਰਹਿੰਦੇ ਹੋਏ ਮੈਂ ਕੱਲ੍ਹ ਮਹਾਂਪੁਰਸ਼ਾਂ ਦੀਆਂ ਬ੍ਰਹਮਲੀਨ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਕਰਨੈਲ ਦਾਸ ਜੀ ਮਹਾਰਾਜ ਕਿਉਂਕਿ ਜਿਨ੍ਹਾਂ ਨੇ ਬੜਾ ਕੁਛ ਬਖਸ਼ਿਸ਼ ਕੀਤਾ ਸਾਡੇ ਤੇ ਬੜੀ ਦਇਆ ਕੀਤੀ ਹੈ ਬੜੀ ਮਿਹਰ ਕੀਤੀ ਹੈ ਕਿ ਗੁੰਗੇ ਨੂੰ ਉਹ ਜ਼ੁਬਾਨ ਦਿੱਤੀ ਹੈ ਜਿਹੜੀ ਜ਼ੁਬਾਨ ਦੁਨੀਆ ਨੂੰ ਸੰਸਾਰ ਨਾਲ ਕੁਝ ਸਮੇਂ ਵਾਸਤੇ ਪਰਮਾਤਮਾ ਨਾਲ ਜੋੜ ਸਕਦੀ ਹੈ ਉਹ ਜ਼ੁਬਾਨ ਇਹਨਾਂ ਮਹਾਂਪੁਰਸ਼ਾਂ ਨੇ ਦਿੱਤੀ ਹੈ ਤੇ ਹੁਣ ਘੁੰਮਣਾ ਬਹੁਤ ਹੁੰਦਾ ਸੰਸਾਰ ਵਿੱਚ ਯਤਰ ਤਤਰ ਸਰਵਤਰ ਜਿੱਥੇ ਜਿੱਥੇ ਜਾਂਦੇ ਹਾਂ ਮੈਂ ਸੱਚ ਕਹਿੰਦਾ ਤੁਹਾਡੇ ਨਾਲ ਜਿਹੜੇ ਮੈਂ ਵਿਚਾਰ ਸਾਂਝੇ ਕਰਦੇ ਹਾਂ ਮੈਂ ਕੱਲ੍ਹ ਵੀ ਇਹੀ ਗੱਲਾਂ ਕਰ ਰਿਹਾ ਸੀ ਕਿ ਤੁਸੀਂ ਆਪਣੇ ਮਾਂ ਪਿਓ ਤੋਂ ਸਿੱਖੋਗੇ ਆਪਣੇ ਟੀਚਰ ਤੋਂ ਸਿੱਖੋਗੇ ਆਪਣੇ ਯਾਰ ਬੇਲੀਆਂ ਤੋਂ ਸਿੱਖੋਗੇ ਆਪਣੀ ਸੋਭਤ ਤੋਂ ਸਿੱਖੋਗੇ ਸੰਗਤ ਤੋਂ ਸਿੱਖੋਗੇ ਜੋ ਕੁਝ ਵੀ ਸਿੱਖਣ ਨੂੰ ਮਿਲੇਗਾ ਜੇ ਬੱਚੇ ਨੂੰ ਮਾਂ ਗੋਦੀ ਨਾ ਚੱਕੇ ਉਹਨੂੰ ਮਮਤਾ ਨਹੀਂ ਪਤਾ ਲੱਗਦੀ ਕਿ ਦੁਨੀਆਂ 'ਚ ਮਮਤਾ ਕੀ ਜੇ ਬੱਚੇ ਨੂੰ ਨਵਜਾਤ ਬੱਚੇ ਨੂੰ ਮਾਂ ਇੱਕ ਨਾਲ ਨਾ ਲਾਵੇ ਤੇ ਉਸ ਬੱਚੇ ਨੂੰ ਸਮਝ ਹੀ ਨਹੀਂ ਆਉਂਦੀ ਹੈ ਕਿ ਮਮਤਾ ਕੀ ਹੁੰਦੀ ਹੈ ਮਾਂ ਦਾ ਪਿਆਰ ਕੀ ਹੁੰਦਾ ਦੁਲਾਰ ਕੀ ਸੰਗ ਦੇ ਨਾਲ ਸਮਝ ਵਿੱਚ ਆਉਂਦਾ ਕਿ ਉਸਨੂੰ ਸੰਗ ਹੋਇਆ ਤੇ ਸੰਗ ਦੇ ਨਾਲ ਉਹਨੂੰ ਅਹਿਸਾਸ ਹੁੰਦਾ ਕਿ ਮਾਂ ਕੀ ਹੈ ਮਾਂ ਦੀ ਮਮਤਾ ਕੀ ਹੈ ਤੇ ਜਿਹੜੀ ਸਾਡੀ ਸੋਭਤ ਹੈ ਜਿਹੜੀ ਸਾਡੀ ਸੰਗਤ ਹੈ ਉਹ ਸੋਭਤ ਉਹ ਸੰਗਤ ਸਾਨੂੰ ਬੜਾ ਕੁਝ ਸਮਝਾਉਂਦੀ ਹੈ ਤੇ ਮੈਂ ਜਿੰਨਾ ਚਿਰ ਮਹਾਂਪੁਰਸ਼ਾਂ ਦੇ ਕੋਲ ਨੇੜੇ ਥੋੜ੍ਹਾ ਥੋੜ੍ਹਾ ਰਹਿਣ ਦਾ ਸਮਾਂ ਮਿਲਦਾ ਸੀ ਪੱਕੀ ਡਿਊਟੀ ਤਾਂ ਮਹਾਂਪੁਰਸ਼ਾਂ ਦੀ ਸੇਵਾ 'ਚ ਮੇਰੀ ਨਹੀਂ ਸੀ ਹੋਰ ਸਾਧੂ ਮਹਾਤਮਾ ਹੁੰਦੇ ਸੀ ਮਹਾਂਪੁਰਸ਼ਾਂ ਦੀ ਸੇਵਾ ਵਿੱਚ ਜੋ ਸੇਵਾ ਕਰਦੇ ਸਨ ਪਰ ਜਿੰਨਾ ਚਿਰ ਅਸੀਂ ਰਹਿੰਦੇ ਸੀ ਇਹਨਾਂ ਨੂੰ ਵੇਖਦੇ ਸੀ ਇਹਨਾਂ ਨੂੰ ਰੀਡ ਕਰਦੇ ਸੀ ਇਹਨਾਂ ਦੇ ਦਰਸ਼ਨ ਕਰਦੇ ਸੀ ਅਤੇ ਇੱਕ ਵਿਸ਼ੇ 'ਤੇ ਅੱਜ ਵਿਚਾਰ ਕਰੀਦਾ ਕਿਉਂਕਿ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਸ਼੍ਰੀਮਦ ਭਗਵਦ ਗੀਤਾ ਵਿੱਚ ਇੱਕ ਸ਼ਲੋਕ ਹੈ ਕਿ ਯੁਕਤਾਹਾਰ ਵਿਹਾਰਸਯ ਯੁਕਤ ਚੇਸਤਸਯ ਕਰਮ ਸੂ ਯੁਕਤ ਸੁਪਨਾ ਬੋਧਸਯ ਯੋਗੋ ਭਵਤੀ ਦੁਖਾ ਇਸ ਸ਼ਲੋਕ ਦਾ ਸਾਰ ਹੈ ਕਿ ਤੇਰੀ ਜਿਹੜੀ ਜ਼ਿੰਦਗੀ ਹੈ ਤੇਰਾ ਜਿਹੜਾ ਜੀਵਨ ਹੈ ਇਹ ਜੀਵਨ ਜਿੰਨਾ ਸੰਤੁਸ਼ਟ ਹੋਏਗਾ ਜਿੰਨਾ ਤੇਰਾ ਜੀਵਨ ਆਪਣੀਆਂ ਇੱਛਾਵਾਂ ਨੂੰ ਪਕੜਦਾ ਹੋਇਆ ਹੋਏਗਾ
ਇੱਥੇ ਅੱਗੇ ਆ ਜਾਓ ਰਾਮ ਵਾਲੇ ਸਾਹਿਬ ਇੱਥੇ ਬਿਠਾ ਲਓ ਤੁਸੀਂ ਇੱਥੇ ਆ ਜਾਓ ਹਰਪੀ ਜੀ ਇੱਧਰ ਅੱਗੇ ਆ ਇਹ ਸਾਰੇ ਸੰਤੀ ਨੇ ਚੰਗੀ ਪਿਆਰੀ ਸਾਡੀ ਮੈਂ ਗੱਲਾਂ ਕਰ ਰਿਹਾ ਸੀ ਮਹਾਂਪੁਰਸ਼ਾਂ ਦੀਆਂ ਜਿਹਨੂੰ ਤੁਸੀਂ ਦੇਖਦੇ ਹੋ ਜਿਹਨਾਂ ਦੇ ਦਰਸ਼ਨ ਕਰਦੇ ਹੋ ਫਿਰ ਉਹਨਾਂ ਦੀ ਰੀਡਿੰਗ ਤੁਸੀਂ ਵੀ ਆਪਣੇ ਮਾਂ ਪਿਓ ਹੋਏ ਨਿੱਕੇ ਰਹੇ ਫਿਰ ਵੱਡੇ ਹੋਏ ਪੜ੍ਹਾਈਆਂ ਕੀਤੀਆਂ ਫਿਰ ਤੁਸੀਂ ਸਿਆਣੇ ਹੋ ਗਏ ਫਿਰ ਤੁਹਾਨੂੰ ਸਮਝ ਆਈ ਕਿ ਬਾਪੂ ਨੇ ਸਾਨੂੰ ਯਾਰ ਬਣਾਉਣ ਵਾਸਤੇ ਸਾਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ ਕਿੰਨਾ ਤਪ ਕੀਤਾ ਫਿਰ ਸਮਝ ਆਉਂਦੀ ਹੈ ਯਾਰ ਸਾਡੀ ਮਾਂ ਨੇ ਕਿੰਨੇ ਵਰਤ ਰੱਖੇ ਮੇਰੇ ਵਾਸਤੇ ਮੈਂ ਜਦੋਂ ਉਸ ਟਾਈਮ ਮੈਂ ਬਿਮਾਰ ਸੀ ਨਾ ਅਤੇ ਮੇਰੀ ਮਾਂ ਦਿਨ ਰਾਤ ਸਿਮਰਨ ਹੀ ਕਰੀ ਜਾਂਦੀ ਸੀ ਮੈਂ ਜਦੋਂ ਉਦੋਂ ਸੰਕਟ ਵਿੱਚ ਸੀ ਅਤੇ ਮੇਰੀ ਮਾਂ ਨੇ ਲੰਬੀਆਂ ਲੰਬੀਆਂ ਨੰਗੇ ਪੈਰ ਯਾਤਰਾ ਕੀਤੀਆਂ ਮੇਰੇ ਵਾਸਤੇ ਅਤੇ ਬਾਅਦ ਵਿੱਚ ਚੀਜ਼ਾਂ ਸਮਝ ਵਿੱਚ ਆਉਂ ਕਿਉਂਕਿ ਜਦੋਂ ਸਤਿਗੁਰ ਬੰਦੇ ਨੂੰ ਮੱਤ ਦੇ ਦਿੰਦਾ ਅਤੇ ਫਿਰ ਉਹ ਬਾਅਦ ਵਿੱਚ ਚਿੰਤਨ ਕਰਦਾ ਵਿਚਾਰ ਕਰਦਾ ਤਾਂ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਸਮਝ ਵਿੱਚ ਆਉਂਦੀਆਂ ਕਿ ਗੁਰੂ ਕੀ ਹੈ ਗੁਰੂ ਦੀ ਕਿਰਪਾ ਕੀ ਹੈ ਮਾਤਾ ਪਿਤਾ ਦਾ ਤਪ ਕੀ ਹੈ ਉਹਨਾਂ ਦੀ ਰਹਿਮਤ ਕੀ ਹੈ ਕਿ ਸੋਭਤ ਕੀ ਹੈ ਅਤੇ ਬਹਿਣਾ ਕੀ ਹੈ ਅਤੇ ਦੂਸਰੇ ਤੋਂ ਜਿਹਦੇ ਨਾਲ ਤੁਰੇ ਜਾਂਦੇ ਹੋ ਉਹਦੀ ਸੰਗਤ ਵਿੱਚ ਰਹਿ ਕੇ ਰਹਿਣਾ ਬਾਬਾ ਜੀ ਮਹਾਰਾਜ ਰਹਿਣ ਦਾ ਸੁਭਾਅ ਮਿਲਦਾ ਸੀ ਅਤੇ ਮੈਂ ਇਹਨਾਂ ਦੀ ਜਿਹੜੀ ਰੀਡਿੰਗ ਮਹਾਂਪੁਰਸ਼ਾਂ ਦੀ ਕਰਦਾ ਸੀ ਮੈਂ ਕੱਲ੍ਹ ਵੀ ਥੋੜ੍ਹਾ ਜਿਹਾ ਚਿੰਤਨ ਕੀਤਾ ਕਿ ਮਹਾਂਪੁਰਸ਼ਾਂ ਨੂੰ ਜਦੋਂ ਵੇਖਦੇ ਸੀ ਇੱਕ ਸੰਤੁਸ਼ਟੀ ਵਿੱਚ ਰਹਿੰਦੇ ਸੀ ਪਿਆਰੀ ਸੰਗਤ ਮੈਂ ਸੱਚ ਕਹਿੰਦਾ ਮੈਂ ਦੁਨੀਆਂ ਤੋਂ ਵੀ ਜਾਂਦਾ ਹੁਣ ਯਤਰ ਤਤਰ ਸਰਵਤਰ ਸਭ ਜਗ੍ਹਾ ਜਾ ਰਹੇ ਹਾਂ ਪਿੰਡਾਂ 'ਚ ਸ਼ਹਿਰਾਂ 'ਚ ਰਾਜਸਥਾਨ ਦਿੱਲੀ ਯੂਪੀ ਹੇਅਰ ਐਂਡ ਦੇਅਰ ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਗੁਰੂ ਲੈ ਕੇ ਨਹੀਂ ਜਾਂਦੇ ਪਰ ਪਿਆਰੀ ਸੰਗਤ ਸੰਸਾਰ ਦਾ ਹਰ ਰਸ ਦੁਨੀਆਂ ਦਾ ਜੱਗ ਦਾ ਰਸ ਪੀਣ ਵਾਲੇ ਬੜੇ ਲੋਕ ਲੱਭਦੇ ਨੇ ਲੇਕਿਨ ਆਤਮ ਰਸ ਨੂੰ ਪੀਣ ਵਾਲਾ ਕੋਈ ਰੱਬ ਦੇ ਨਾਮ ਦੇ ਰਸ ਨੂੰ ਪੀਣ ਵਾਲਾ ਕੋਈ ਲੱਭਦਾ ਕੱਲ੍ਹ ਵੀ ਗੱਲ ਕੀਤੀ ਸੀ ਨਾ ਤੁਹਾਡੇ ਨਾਲ ਕਿ ਸਵੇਰੇ ਉੱਠ ਕੇ ਗੁਰਦੁਆਰੇ ਜਾਣਾ ਅੰਮ੍ਰਿਤ ਵੇਲਾ ਹੋ ਗਿਆ ਗੁਰਦੁਆਰੇ ਵਿੱਚ ਤਾਂ ਗੁਰਦੁਆਰਾ ਸਾਹਿਬ ਵਿੱਚੋਂ ਆਵਾਜ਼ ਆ ਰਹੀ ਜਦੋਂ ਇੱਕ ਓੰਕਾਰ ਸਤਨਾਮ ਦੀ ਆਵਾਜ਼ ਆਈ ਉਸ ਆਵਾਜ਼ ਨੂੰ ਸੁਣਿਆ ਇੱਕ ਉਹ ਬੰਦਾ ਹੈ ਜਿਹੜਾ ਸੋਚ ਰਿਹਾ ਕਿ ਭਾਈ ਅੰਮ੍ਰਿਤ ਵੇਲਾ ਹੋ ਗਿਆ ਹੁਣ ਗੁਰਦੁਆਰੇ ਜਾਣਾ ਪੈਣਾ ਹੈ ਕੀ ਸੋਚ ਰਿਹਾ ਕਿ ਗੁਰਦੁਆਰਾ ਸਾਹਿਬ ਜਾਣਾ ਪੈਣਾ ਇੱਕ ਉਹ ਬੰਦਾ ਹੈ ਜਿਹੜਾ ਸੋਚ ਰਿਹਾ ਕਿ ਮੰਦਿਰ ਜਾਣਾ ਪੈਣਾ ਹੈ ਇੱਕ ਉਹ ਆਦਮੀ ਹੈ ਜਿਹੜਾ ਸੌਣ ਲੱਗੇ ਸੁੱਤਾ ਸੌਣ ਲੱਗਿਆ ਸੀ ਅਤੇ ਸੋਚਿਆ ਸੀ ਉਸਨੇ ਕਿ ਛੇਤੀ ਨਾਲ ਅੰਮ੍ਰਿਤ ਵੇਲਾ ਹੋ ਜਾਵੇ ਅਤੇ ਮੈਂ ਛੇਤੀ ਨਾਲ ਗੁਰੂ ਦੇ ਦਰਸ਼ਨ ਕਰਾਂ ਛੇਤੀ ਨਾਲ ਅੰਮ੍ਰਿਤ ਵੇਲਾ ਹੋ ਜਾਵੇ ਤੇ ਮੈਂ ਛੇਤੀ ਨਾਲ ਮੰਦਿਰ ਜਾਵਾਂ ਮੈਂ ਗਊਸ਼ਾਲਾ ਜਾਵਾਂ ਮੈਂ ਧਰਮ ਸਥਾਨ ਜਾਵਾਂ ਮੈਂ ਸਾਧੂਆਂ ਕੋਲ ਜਾਵਾਂ ਇੱਕ ਨੂੰ ਜਾਣ ਦਾ ਚਾਅ ਚੜਿਆ ਹੋਇਆ ਤੇ ਇੱਕ ਦੇ ਸ਼ਬਦਾਂ ਵਿੱਚ ਇੱਕ ਮਜਬੂਰੀ ਹੈ ਯਾਰ ਜਾਣਾ ਪਏਗਾ ਜਾਂਦੇ ਦੋਨੇ ਨੇ ਜਾਣਾ ਦੋਨਾਂ ਨਹੀਂ ਹੈ ਲੇਕਿਨ ਦੋਨਾਂ ਦੇ ਜਾਣ ਜਾਣ ਵਿੱਚ ਸਿਰਫ ਇੰਨਾ ਕੀ ਫਰਕ ਹੈ ਕਿ ਇੱਕ ਨੂੰ ਸਬਦ ਆ ਗਈ ਕਿ ਅਸਲ ਜਿਹੜਾ ਉਹ ਇਹ ਹੀ ਹੈ ਜਿਹੜਾ ਸੱਚਾ ਆਨੰਦ ਹੈ ਦੁਨੀਆਂ ਵਿੱਚ ਰਹਿਣ ਦਾ ਅਤੇ ਜੋ ਘਰ ਦੇ ਵਿੱਚ ਵਾਤਾਵਰਣ ਦੇ ਵਿੱਚ ਪਰਿਵਾਰ ਵਿੱਚ ਜੇ ਕੋਈ ਆਨੰਦ ਹੈ ਤੇ ਉਹ ਆਨੰਦ ਗੁਰੂ ਦੀ ਸੇਵਾ ਦਾ ਹੈ ਉਹ ਆਨੰਦ ਗੁਰੂ ਦੀ ਕਮਾਈ ਦਾ ਹੈ ਗੁਰੂ ਦੀ ਭਗਤੀ ਦਾ ਹੈ ਪਿਆਰੀ ਸੰਗਤ ਉਹ ਰਸ ਜੋ ਹੈ ਜਿਸਨੂੰ ਆਤਮ ਰਸ ਕਿਹਾ ਜਾਂਦਾ ਹੈ ਤੇ ਮਹਾਂਪੁਰਸ਼ ਉਹ ਸਾਰੀ ਸੰਤੁਸ਼ਟੀ ਵਿੱਚ ਰਹਿੰਦੇ ਸੀ ਉਹਨੂੰ ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਆਤਮ ਰਸ ਜਿਨ ਜਾਣਿਆ ਹਰ ਰੰਗ ਸਹਿਜੇ ਮਾਂ ਕਿ ਉਸਨੇ ਰਸ ਨੂੰ ਜਾਣਿਆ ਫਿਰ ਰੰਗ ਵਿੱਚ ਹੈ ਤੇ ਬੜਾ ਸਹਿਜੇ ਵਿੱਚ ਹੈ ਕਿਸੇ ਨੂੰ ਕਾਲੀ ਨਹੀਂ ਹੈ ਅੱਜ ਕੱਲ੍ਹ ਦੀ ਦੁਨੀਆਂ ਵਿੱਚ ਤਾਂ ਜਿਹਨੂੰ ਪੁੱਛੋ ਕਈ ਵਾਰ ਲੋਕ ਕਹਿੰਦੇ ਸੁਣਾਈ ਦਿੰਦੇ ਸਮਾਂ ਨਹੀਂ ਹੈ ਸਮਾਂ ਨਹੀਂ ਹੈ ਸਮਾਂ ਨਹੀਂ ਹੈ ਸਮਾਂ ਨਹੀਂ ਜ਼ਿਆਦਾਤਰ ਸੁਣ ਸੁਣੇ ਹੋਏਗਾ ਲੇਕਿਨ ਜਿਹੜੇ ਨਾਮ ਦੇ ਰਸੀਏ ਨਾਮ ਜਪਣ ਵਾਲੇ ਲੋਕ ਸਤਿਗੁਰ ਉਹਨਾਂ ਨੂੰ ਕਹਿੰਦੇ ਨੇ ਕਿ ਸਹਿਜੇ ਮਾਂ ਉਹ ਸਹਿਜੇ ਹੀ ਉਹ ਆਨੰਦ ਵਿੱਚ ਰਹਿੰਦੇ ਨੇ ਉਹ ਇੰਨਾ ਜ਼ਿਆਦਾ ਸਹਿਜਤਾ ਵਿੱਚ ਨੇ ਇੰਨਾ ਜ਼ਿਆਦਾ ਸੰਤੋਸ਼ ਤੇ ਸ਼ਾਂਤੀ ਵਿੱਚ ਨੇ ਉਹਨਾਂ ਦੇ ਅੰਦਰ ਜਰਾ ਜਾ ਵੀ ਕੋਈ ਕਾਲਾਪਣ ਨਹੀਂ ਹੈ ਕਿਸੇ ਵਸਤੂ ਨੂੰ ਸੱਚ ਪੁੱਛੋ ਤਾਂ ਰੱਬ ਨੂੰ ਵੀ ਪਾਉਣ ਦੀ ਕਾਹਲੀ ਨਹੀਂ ਰਹੀ
ਇੱਕ ਸਹਿਜ ਅਵਸਥਾ ਹੈ। ਆਤਮ ਰਸ ਜਿਨ ਜਾਣਿਆ ਹਰ ਰੰਗ ਸਹਿਜੇ ਮਾਂ। ਸਤਿਗੁਰ ਕਹਿੰਦੇ ਕਹਿੰਦੇ ਬੰਦਿਆ ਦੁਨੀਆਂ 'ਚ ਲੋਕ ਬੜੇ ਆਉਂਦੇ ਨੇ, ਸੰਸਾਰ ਦੇ ਜੰਮਦੇ ਵੀ ਬਹੁਤ ਨੇ, ਮਰਦੇ ਵੀ ਬਹੁਤ ਨੇ, ਆਉਂਦੇ ਤੇ ਜਾਂਦੇ ਵੀ ਬਹੁਤ ਨੇ, ਲੇਕਿਨ ਸਤਿਗੁਰ ਕਹਿੰਦੇ ਨਾਨਕ ਧੰਨ 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 ਜਾਂ ਉਹਨਾਂ ਰਹਿਬਰਾਂ ਨੂੰ, ਉਹਨਾਂ ਮਹਾਂਪੁਰਸ਼ਾਂ ਨੂੰ ਕਿਹਾ ਗਿਆ ਇਹ ਧੰਨ ਨੇ, ਇਹ ਧੰਨ ਨੇ, ਇਹ ਧੰਨ ਨੇ। ਤ੍ਰਿਵਿਧ ਟੋਕ ਹੈ, ਤਿੰਨ ਵਾਰੀ ਕਹਿੰਦੇ ਨੇ ਜਿਹੜੀ ਗੱਲ ਕਹੀ ਜਾਵੇ ਨਾ ਉਹ ਗੱਲ ਬਿਲਕੁਲ ਸੱਚ ਬਣਦੀ ਹੈ। ਕਈ ਵਾਰ ਕਹਿੰਦੇ ਹੁੰਦੇ ਨਾ ਪੁਰਾਣੇ ਮਹਾਂਪੁਰਸ਼, ਪੁੱਤ ਮੇਰਾ ਤੀਜਾ ਵਚਨ ਹੈ ਮੋੜੀ ਨਾ। ਬਾਬਾ ਜੀ ਮਹਾਰਾਜ ਨੇ ਨਾ ਇੱਕ ਵਾਰੀ ਪੁਰਾਣੇ ਬੰਦਿਆਂ ਤੋਂ ਮੈਂ ਸੁਣਿਆ ਕਿ ਵੱਡੇ ਮਹਾਂਪੁਰਸ਼ ਬਾਬਾ ਕਰਨੈਲ ਦਾਸ ਜੀ ਮਹਾਰਾਜ ਘੁੰਮ ਰਹੇ ਸੀ, ਕੋਈ ਸੇਵਾਦਾਰ ਸੇਵਾ ਕਰਕੇ ਚਾਹ ਨਾਲ ਲੱਡੂ ਖਾ ਰਹੇ ਸੀ, ਚਾਹ ਪੀ ਰਹੇ ਸੀ ਤੇ ਲੱਡੂ ਖਾ ਰਹੇ ਸੀ ਤੇ ਮਹਾਂਪੁਰਸ਼ ਨਿਕਲੇ ਤੇ ਮਹਾਂਪੁਰਸ਼ਾਂ ਨੇ ਵੇਖਿਆ ਇਹਨਾਂ ਨੇ ਬੜੀ ਸੇਵਾ ਕੀਤੀ ਹੈ, ਪਸੀਨੇ ਨਿਕਲੀ ਜਾਂਦੇ ਜਿਵੇਂ ਮੈਂ ਵੇਖਦਾ ਬੜੇ ਲੋਕ ਸੇਵਾ ਕਰੀ ਜਾਂਦੇ ਨੇ, ਸਾਡੀਆਂ ਭੈਣਾਂ ਬੀਬੀਆਂ ਚੀਮਿਆਂ ਵਾਲੇ ਆ ਕੇ ਬੜੇ ਪ੍ਰੇਮ ਨਾਲ ਸੇਵਾ ਕਰੀ ਜਾਂਦੇ ਨੇ, ਸਭ ਲੋਕ ਘੁੰਮੀ ਜਾਂਦੇ ਨੇ, ਜਿਹਨੂੰ ਜਿੱਥੇ ਜਿੰਨੀ ਕੁ ਸੇਵਾ ਮਿਲਦੀ ਹੈ ਬੜੇ ਪਿਆਰ ਨਾਲ ਕਰਦੇ ਆ। ਬਾਬਾ ਜੀ ਮਹਾਰਾਜ ਨੇ ਦੇਖਿਆ ਸੇਵਾਦਾਰਾਂ ਨੂੰ ਤੇ ਸੇਵਾਦਾਰਾਂ ਨੂੰ ਵੇਖ ਕੇ ਉਹਨਾਂ ਦੇ ਪਸੀਨੇ ਤੇ ਬਾਬਾ ਜੀ ਕੋਲ ਖੜ ਗਏ ਤੇ ਮਹਾਂਪੁਰਸ਼ ਆਨੰਦ ਵਿੱਚ ਆ ਕੇ ਕਹਿੰਦੇ ਬਹੁਤ ਬੜੀ ਸੇਵਾ ਕੀਤੀ ਹੈ ਤੁਸੀਂ ਤੇ ਕੁਝ ਮੰਗ ਲਓ। ਜਦੋਂ ਕਿਹਾ ਨਾ ਕਿ ਮੰਗ ਲਓ, ਵਿੱਚ ਕੋਈ ਬਹੁਤ ਪਿਆਰ ਕਰਨ ਵਾਲਾ ਬੈਠਾ ਸੀ, ਉਹ ਹੱਸਣ ਲੱਗ ਗਿਆ, ਉਹਦੇ ਹੱਥ 'ਚ ਲੱਡੂ ਸੀ, ਕਹਿੰਦਾ ਬਾਲਾ ਕੀ ਮੰਗਣਾ ਜੀ, ਬਾਹਰ ਲੱਡੂ ਜੇ ਮਿਲਦੇ ਰਹਿਣ। ਬਾਬਾ ਜੀ ਉੱਥੇ ਖੜੇ ਨੇ। ਹੁਣ ਪਿਆਰੀ ਸੰਗਤ, ਮੈਂ ਸੱਚ ਕਹਿੰਦਾ ਕਿ ਦੁਨੀਆਂ 'ਚ ਤੁਸੀਂ ਕਿਸੇ ਯੂਨੀਵਰਸਿਟੀ 'ਚ ਸਟੱਡੀ ਕਰਕੇ ਆ ਜਾਓ, ਕਿਹੋ ਜਿਹੇ ਸਕੋਲਰ ਬਣ ਕੇ ਆ ਜਾਓ। ਹੁਣ ਚੰਦਰਮਾ 'ਤੇ ਸਾਇੰਸ ਪਹੁੰਚ ਗਏ ਕਿ ਚੰਦਰਮਾ 'ਤੇ ਅਸੀਂ ਚੰਦਰਯਾਨ ਜੀ ਉੱਥੇ ਲਾਂਚ ਕਰ ਦਿੱਤਾ। ਪਿਆਰੀ ਸੰਗਤ, ਜਿਹੜਾ ਐਡਵਾਂਸ ਸਾਇੰਸ ਦੇ ਵਿੱਚ ਚੰਦਰਮਾ 'ਤੇ ਪਹੁੰਚਿਆ ਹੋਇਆ ਬੰਦਾ ਨਾ, ਮੈਂ ਸੱਚ ਕਹਿੰਦਾ ਉਹ ਬੰਦਾ ਵੀ ਸਾਧੂ ਦੇ ਅੰਦਰ ਨੂੰ ਨਹੀਂ ਜਾ ਸਕਦਾ। ਉਹਦੇ ਲਈ ਸਾਧੂ ਦੀ ਕਮਾਈ ਨੂੰ ਸਮਝਣਾ ਤੇ ਸਾਧੂ ਦੀ ਵਿਰਤੀ ਨੂੰ ਸਮਝਣਾ, ਸਾਧੂ ਦੀ ਰੂਹਾਨੀਅਤ ਨੂੰ ਸਮਝਣਾ ਖੇਲ ਨਹੀਂ। ਮਹਾਂਪੁਰਸ਼ਾਂ ਨੇ ਕਿਹਾ ਕਿ ਕੁਝ ਮੰਗ ਲਓ, ਕਹਿੰਦੇ ਮਹਾਰਾਜ ਬਸ ਆ ਲੱਡੂ ਜੇ ਮਿਲ ਰਹੇ ਨੇ। ਮਹਾਂਪੁਰਸ਼ ਹੱਸ ਕੇ ਕਹਿੰਦੇ ਦੂਜਾ ਬਚਨ ਹੈ ਕੁਝ ਮੰਗ ਲਓ, ਫਿਰ ਉਹ ਕਹਿੰਦੇ ਮਹਾਰਾਜ ਬਾ ਕਿਰਪਾ ਕਰ ਦਿਓ ਲੱਡੂ ਜੇ ਮਿਲਦੇ ਰਹਿਣ। ਮਹਾਂਪੁਰਸ਼ ਫਿਰ ਹੱਸ ਕੇ ਕਹਿੰਦੇ ਤੀਜਾ ਬਚਨ ਹੈ ਹੁਣ ਤਾਂ ਕੁਝ ਮੰਗ ਲਓ, ਫਿਰ ਕਹਿੰਦੇ ਗੱਲ ਤਾਂ ਲੱਡੂ ਜੇ ਮਿਲਦੇ ਰਹਿਣ ਬਾਬਾ ਜੀ ਬਹੁਤ ਆ। ਕਹਿੰਦੇ ਜਾ ਫਿਰ ਇਹ ਨਹੀਂ ਮੁੱਕਣੇ ਤੇ ਹੋਰ ਕੁਝ ਮਿਲਣਾ। ਵਾਹਿਗੁਰੂ ਸਤਨਾਮ, ਵਾਹਿਗੁਰੂ। ਗੁਰੂ ਪਿਆਰੀ ਸਾਹਿਬ, ਆਤਮ ਰਸ ਦਾ ਜਿਹੜਾ ਰਸੀ ਹੈ ਨਾ, ਇੱਕ ਛੋਟੀ ਜਿਹੀ ਧਾਰਨਾ ਅੱਗੇ ਵੱਧ ਮੇਰੇ ਵਰਗੇ ਨੇ ਅਨੇਕਾਂ ਮੇਰੇ ਵਰਗੇ ਨੇ ਅਨੇਕਾਂ ਮੇਰੇ ਮਾਲਕਾ,
ਉਸਨੇ ਜਾ ਕੇ ਕਥਾ ਕੀਤੀ। ਅੱਧੇ ਘੰਟੇ ਬਾਅਦ ਉਹ ਸੇਵਕ ਫੇਰ ਆ ਗਿਆ, ਮਹਾਰਾਜ ਨੂੰ ਤਾਂ ਜਿਹੜਾ ਲਾਇਆ ਸੀ ਉਹਦੀ ਵੀ ਕਥਾ ਮੁੱਕ ਗਈ। ਭੇਜ ਦੇਣਾ ਫਿਰ ਉਹ ਕਹਿੰਦਾ ਕਹਿੰਦਾ ਨਹੀਂ ਯਾਰ ਕਿਸੇ ਹੋਰ ਨੂੰ ਲਾ ਲਾ, ਤੂੰ ਹਜੇ ਨਹੀਂ ਆਉਂਦੇ, ਗੱਲਾਂ ਬਾਤਾਂ ਕਰਨੀਆਂ ਸੀ। ਠੀਕ ਹੈ ਮਹਾਰਾਜ, ਫਿਰ ਬਹਿ ਕੇ ਅੱਧਾ ਘੰਟਾ ਗੱਲਾਂ ਬਾਤਾਂ ਕਰੀ ਕੇ ਉਹ ਫੇਰ ਆ ਗਿਆ, ਕਹਿੰਦਾ ਮਹਾਰਾਜ ਕਿਰਪਾ ਕਰੋ ਉਹਦੀ ਵੀ ਮੁੱਕ ਗਈ ਕਥਾ। ਤੇ ਮਹਾਂਪੁਰਸ਼ ਕਹਿਣ ਲੱਗੇ ਲੱਗਦਾ ਅੱਜ ਤੁਸੀਂ ਹਟਦੇ ਨਹੀਂ ਹੈ। ਕਹਿੰਦਾ ਚਲੋ ਮਹਾਂਪੁਰਸ਼ ਫਿਰ ਮੈਂ ਵੀ ਤੁਹਾਡੇ ਨਾਲ ਚੱਲਦਾ। ਉੱਠ ਕੇ ਉੱਥੋਂ ਚੱਲੇ, ਚੱਲ ਕੇ ਉੱਪਰ ਆ ਕੇ ਸਟੇਜ 'ਤੇ ਬਹਿ ਗਏ। ਸਟੇਜ ਸਾਈਡ 'ਤੇ ਇਹਨੇ ਮਹਾਂਪੁਰਸ਼ਾਂ ਦਾ ਨਾਮ ਅਨਾਊਂਸ ਕੀਤਾ ਗੁਰੂ ਜੀ ਮਹਾਰਾਜ ਦਾ। ਉਹਨੇ ਕਿਹਾ ਵੀ ਜਲਾਲ ਵਾਲੇ ਮਹਾਂਪੁਰਸ਼ ਨੂੰ ਕਥਾ ਕਰਨਗੇ। ਜਦੋਂ ਉਹਨੇ ਗੱਲ ਕਹੀ ਸਟੇਜ ਸਾਈਡ 'ਤੇ, ਉਹਨੇ ਕਹਿੰਦੇ ਖੜ ਜਾ ਭਾਈ ਮੈਂ ਬੋਲਣਾ ਪਹਿਲਾਂ। ਫੜ ਕੇ ਮਾਈਕ ਉਸ ਸਟੇਜ ਦੇ ਉੱਤੇ, ਦੇਖੋ ਸਾਧੂ ਨੂੰ ਸਿਰਫ ਸਾਧੂ ਜਾਣਦਾ ਸੀ, ਸਾਹਮਣੇ ਹਜ਼ਾਰਾਂ ਦੀ ਸੰਖਿਆ ਵਿੱਚ ਲੋਕ ਬੈਠੇ ਨੇ, ਸੇਵਾਦਾਰ ਫਿਰਦੇ ਨੇ, ਨਾਲ ਰਹਿਣ ਵਾਲੇ ਫਿਰਦੇ, ਜਿਹਨਾਂ ਨੇ ਚਾਲੀ ਚਾਲੀ ਪੰਜਾਹ ਪੰਜਾਹ ਸਾਲ ਲਗਾਤਾਰ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਰਹੇ ਹੋਏ ਨੇ, ਉਹ ਵੀ ਫਿਰਦੇ ਨੇ, ਕੋਈ ਸਮਝ ਨਹੀਂ ਪਾ ਰਿਹਾ, ਕਿਸੇ ਨੂੰ ਰੀਡਿੰਗ ਨਹੀਂ ਹੋ ਰਹੀ, ਕੋਈ ਜੱਜਮੈਂਟ ਨਹੀਂ ਹੋ ਰਹੀ ਕਿਸੇ ਨੂੰ ਕਿ ਹੁਣ ਕੀ ਹੋਣ ਵਾਲਾ, ਅਗਲੇ ਪਲ ਕੀ ਹੋਣ ਵਾਲਾ, ਕਿਸੇ ਨੂੰ ਕੁਝ ਨਹੀਂ ਸਮਝ ਆ ਰਿਹਾ। ਲੇਕਿਨ ਆਤਮ ਰਸ ਦੇ ਰਸੀਏ ਜਿਹੜੇ ਅੰਦਰ ਦੀਆਂ ਗੱਲਾਂ ਵਿੱਚ ਲੀਨ ਨੇ ਤੇ ਇੱਕ ਦੂਜੇ ਨੂੰ ਜਾਣਦੇ ਨੇ ਤੇ ਘਟਨਾ ਕੀ ਵਾਪਰਦੀ ਹੈ ਸੁਣ ਕੇ ਹੈਰਾਨ ਹੋ ਜਾਓਗੇ। ਮਹਾਂਪੁਰਸ਼ ਕਹਿੰਦੇ ਭਾਈ ਅਸੀਂ ਬੋਲਾਂਗੇ, ਉੱਠ ਕੇ ਖੜੇ ਹੋ ਗਏ ਤੇ ਮਾਈਕ ਫੜ ਕੇ ਕਹਿੰਦੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਲੱਗੇ ਭਾਈ ਗੱਲ ਸੁਣੋ, ਅੱਜ ਤੋਂ ਤੁਹਾਡੀਆਂ ਜ਼ਿੰਮੇਵਾਰੀਆਂ ਮੈਂ ਇਹਨਾਂ ਨੂੰ ਦਿੱਤੀਆਂ ਤੇ ਸਾਡੇ ਵਾਲਾ ਬੇੜਾ ਤਾਂ ਹੁਣ ਸੱਚਖੰਡ ਨੂੰ ਚੱਲਣਾ। ਇੰਨੀ ਗੱਲ ਕਹਿ ਕੇ ਕੋਲੇ ਬਹਿ ਕੇ ਮਹਾਂਪੁਰਸ਼ਾਂ ਦੇ ਸਵਾਮੀ ਜੀ ਮਹਾਰਾਜ ਦੇ ਤੇ ਬਹਿ ਕੇ ਉੱਥੇ ਸਿਰ ਰੱਖ ਲਿਆ ਤੇ ਆਪਣੀ ਆਤਮਾ ਨੂੰ ਉਸ ਪਰਮਾਤਮਾ 'ਚ ਲੀਨ ਕਰ ਦਿੱਤਾ, ਸਟੇਜ 'ਤੇ ਬਹਿ ਕੇ ਪ੍ਰਾਣ ਤਿਆਗ। ਗੁਰੂ ਪਿਆਰੀ ਸਾਹਿਬ ਸਾਹਿਬ ਜਿਹੜੀ ਗੱਲ ਮੈਂ ਕਰ ਰਿਹਾ ਇਹ ਗੱਲ ਸਧਾਰਨ ਨਹੀਂ ਹੈ। ਆਪਾਂ ਜਿਹੜੇ ਸੱਤ ਪੁਰਸ਼ਾਂ ਕੋਲੇ ਜਾਂਦੇ ਹਾਂ, ਤੁਸੀਂ ਸਾਰੇ ਜਾਂਦੇ ਹੋ, ਕੋਈ ਵੀ ਜਿਹੜਾ ਬੰਦਾ ਜਿੱਥੇ ਜਾਂਦਾ ਜਿਸ ਮਹਾਂਪੁਰਸ਼ ਤੇ ਲੜ ਰੱਖਿਆ, ਇਹ ਸਧਾਰਨ ਸੰਗ ਨਹੀਂ ਹੈ ਸੰਸਾਰ ਦਾ। ਸਾਨੂੰ ਲੱਗਦਾ ਇਹ ਸਧਾਰਨ ਹੈ, ਅਸੀਂ ਗਏ ਸੀ ਮਹਾਰਾਜ ਚਲੇ ਗਏ ਉਹ ਸਾਧੂ ਮਿਲ ਗਏ, ਇਹ ਸੰਗ ਜਿਹੜੇ ਰੱਬੀ ਸਾਧੂਆਂ ਦੇ ਸੰਗ ਨੇ ਇਹ ਸਧਾਰਨ ਨਹੀਂ ਹੈ। ਪਿਆਰੀ ਸੰਗਤ ਇਹ ਜਿਹੜਾ ਸੰਗ ਹੈ ਨਾ ਰੱਬੀ ਸਾਧੂਆਂ ਦਾ, ਇਹ ਲੋਕ ਦੀਆਂ ਵੀ ਜ਼ਿੰਮੇਵਾਰੀਆਂ ਲੈਂਦੇ ਹੈ ਲੈਂਦੇ ਨੇ ਤੇ ਪਰਲੋਕ ਦੀਆਂ ਜ਼ਿੰਮੇਵਾਰੀਆਂ ਲੈਂਦੇ। ਕੋਈ ਮਾਈ ਦਾ ਲਾਲ ਅੱਜ ਪਿਆਰੀ ਸਾਧ ਸੰਗਤ ਦੂਜੇ ਬੰਦੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਇਹ ਦੂਜੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਲੈਂਦੇ ਨੇ ਕਿ ਚਿੰਤਾ ਨਾ ਕਰ, ਇੱਥੇ ਵੀ ਰੱਖੂੰਗਾ ਤੇ ਉੱਥੇ ਵੀ ਰੱਖੂੰਗਾ। ਆਖੋ ਸਤਨਾਮ ਵਾਹਿਗੁਰੂ। ਇਹ ਸਾਧ ਸਾਧ ਕਿਉਂਕਿ ਤੁਸੀਂ ਸਮਾਨ ਲੈਣ ਜਾਂਦੇ ਹੋ, ਜਿਵੇਂ ਪਿੱਛੇ ਜੇ ਤਰਸੇਮ ਜੀ ਹੋਣੀ ਮੇਰੇ ਕੋਲ ਆਏ ਸੀ ਮਹਾਰਾਜ ਅੰਬਾਲੇ ਆਏ ਸੀ, ਠੀਕ ਹੈ, ਸਮਾਨ ਲੈਣ ਗਏ ਸੀ। ਹੁਣ ਤੁਸੀਂ ਸਮਾਨ ਲੈਣ ਜਾਂਦੇ ਹੋ ਤਾਂ ਸਮਾਨ ਲੈਣ ਵੇਲੇ ਤੁਸੀਂ ਕਿੰਨੀਆਂ ਉਹਦੀਆਂ ਕੁਆਲਿਟੀਜ਼, ਉਹਦੇ ਪ੍ਰਾਈਜ਼, ਠੀਕ ਹੈ, ਉਹਦੀ ਤੁਲਨਾ ਕਰਦੇ ਹੋ, ਫਿਰ ਵੇਖਦੇ ਹੋ ਵੀ ਕਿਹੜੀ ਚੀਜ਼ ਸਹੀ ਹੋਊਗੀ, ਕਿਹੜੀ ਚੀਜ਼ ਠੀਕ ਲੱਗੂਗੀ, ਕਿਹੜੀ ਚੀਜ਼ ਲੋਕਾਂ ਨੂੰ ਭਾਊਗਾ। ਤੇ ਜਦੋਂ ਉਹ ਚੀਜ਼ ਇੰਨੀਆਂ ਵਿਚਾਰ ਵਿਚਾਰ ਕੇ ਆਪਾਂ ਜਾ ਕੇ ਉਹਦੀਆਂ ਕੀਮਤਾਂ ਕਦਰਾਂ ਨੂੰ ਵੇਖਦੇ ਹਾਂ ਤੇ ਆਪਾਂ ਨੂੰ ਇਹ ਵੀ ਸਮਝ ਆਉਣੀ ਚਾਹੀਦੀ ਹੈ ਕਿ ਸਾਧੂ ਆਤਮ ਰਸਤਾ ਰਸੀਆ, ਅਰਥਾਤ ਸਾਧੂਆਂ 'ਚ ਐਸਾ ਕਿਹੜਾ ਗੁਣ ਹੈ ਜਿਹੜਾ ਰੱਬ ਵੀ ਇਹਨਾਂ ਦੇ ਪਿੱਛੇ ਪਿੱਛੇ ਤੁਰਿਆ ਹੋਇਆ। ਉਹ ਆਤਮ ਰਸ ਨੂੰ ਜਾਣਨ ਵਾਲੇ ਲੋਕ, ਲੇਕਿਨ ਇਹਦੀ ਸਮਝ ਆਉਂਦੀ ਹੈ ਇੱਕ ਸੰਗ ਦੇ ਵਿੱਚ, ਤੇ ਸੰਗ ਵੀ ਕਿਹਾ ਕਿ ਜਿਹਦੇ ਨਾਲ ਤੁਰਦੇ ਆ ਰਹੇ ਹੋ, ਤੁਸੀਂ ਸਤਸੰਗ ਜਾਣਾ ਹੋਵੇ, ਤੁਹਾਡੇ ਨਾਲ ਕੋਈ ਜਾਂਦਾ ਹੋਵੇ ਤੇ ਗੱਲਾਂ ਕਰਦਾ ਹੋਵੇ, ਜਗ ਰਹੀਆਂ ਗੱਲਾਂ ਕਰਦਾ ਹੋਵੇ ਸੰਸਾਰ ਦੀ ਚਲਾਕੀ ਚਤੁਰਾਈ ਦੀਆਂ, ਠੱਗੀਆਂ ਦੀਆਂ, ਚੋਰੀਆਂ ਦੀਆਂ, ਕਪਟ ਦੀਆਂ, ਕੂੜ ਦੀਆਂ, ਤੇ ਸੋਚੋ ਸਤਸੰਗ ਵਿੱਚ ਜਾ ਕੇ ਮਨ ਲੱਗੇਗਾ।
ਹੁਣ ਤੁਸੀਂ ਨਾਲ ਤੋਰ ਲਿਆਓ ਜਿਹਦੀ ਸਤਸੰਗ ਚ ਰੁਚੀ ਨਹੀਂ ਹੈ, ਜਿਹਦੇ ਭਗਵਾਨ ਚ ਪ੍ਰੀਤ ਨਹੀਂ ਹੈ, ਜਿਹਦੇ ਅੰਦਰ ਸ਼ਰਧਾ ਨਹੀਂ ਹੈ, ਜਿਹਨੂੰ ਭਰੋਸਾ ਨਹੀਂ ਹੈ, ਨਾਲ ਤੋਰ ਲਿਆਓ ਤੇ ਗੱਲ ਕੀ ਬਣੇਗੀ ਕਿ ਉਹ ਆਪ ਤਾਂ ਡੁੱਬੇਗਾ ਹੀ, ਤੁਹਾਨੂੰ ਹੀ ਡੁੱਬੇਗਾ। ਸਤਸੰਗ ਨੂੰ ਜਦੋਂ ਜਾਣਾ ਲੈ ਕੇ ਨਾਲ ਉਹਨੂੰ ਚੱਲਣਾ, ਜਿਹੜਾ ਨਾਮ ਦਾ ਰਸੀਆ ਹੋਵੇ, ਜਿਹੜਾ ਤੁਹਾਡੀ ਸ਼ਰਧਾ ਰੱਖਦਾ ਹੋਵੇ, ਜਿਹੜਾ ਪ੍ਰੇਮ ਕਰਦਾ, ਹੁਣ ਉਹਨੂੰ ਲੈ ਕੇ ਜਦੋਂ ਅੱਗੇ ਨੂੰ ਵਧੋਗੇ ਨਾ, ਗੁਰੂ ਨਾਨਕ ਭਾਈ ਪਰਨਾਨੇ ਨੂੰ ਲੈ ਕੇ ਕਿਉਂ ਵਧਦੇ, ਪਤਾ ਕਿਉਂ ਵਧੇ? ਯਾਰ ਨਾ ਇੱਕ ਅਲੱਗ ਗੱਲ ਹੈ। ਹੁਣ ਗੁਰੂਕੁਲ ਦੇ ਵਿੱਚ ਭਗਵਾਨ ਕ੍ਰਿਸ਼ਨ ਪੜ੍ਹੇ ਨੇ, ਮਹਾਰਸ਼ੀ ਸੰਦੀਪ ਜੀ ਦੇ ਗੁਰੂਕੁਲ ਦੇ ਵਿੱਚ, ਤੇ ਭਗਵਾਨ ਕ੍ਰਿਸ਼ਨ ਦੇ ਗੁਰੂਕੁਲ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੁੰਡੇ ਪੜ੍ਹਦੇ ਨੇ, ਦੋਸਤ ਪੜ੍ਹਦੇ ਨੇ, ਯਾਰ ਬੇਲੀ ਪੜ੍ਹਦੇ ਨੇ, ਪਰ ਇੱਕ ਚੰਗਾ ਇੱਕੋ ਹੀ ਚੁਣਿਆ ਜਿਹਦਾ ਨਾਮ ਸੀ ਸੁਦਾਮਾ, ਤੇ ਸੁਦਾਮੇ ਦੇ ਸਾਹਮਣੇ ਵੀ ਸੈਂਕੜੇ ਹੀ ਦੋਸਤ ਪੜ੍ਹਦੇ ਨੇ, ਲੇਕਿਨ ਸੁਦਾਮੇ ਨੇ ਵੀ ਇੱਕੋ ਹੀ ਚੁਣਿਆ ਜਿਹਦਾ ਨਾਮ ਸੀ ਭਗਵਾਨ ਕ੍ਰਿਸ਼ਨ, ਦੂਜਾ ਨਹੀਂ ਚੁਣਿਆ। ਸਤਿਗੁਰੂ ਨਾਨਕ ਦੇਵ ਜੀ ਜਿਸ ਪਿੰਡ ਵਿੱਚ ਜਨਮ ਲੈਂਦੇ ਨੇ, ਉਸ ਪਿੰਡ ਦੇ ਵਿੱਚ ਅਨੇਕਾਂ ਹੀ ਪਿੰਡ ਦੇ ਵਿੱਚ ਰਹਿਣ ਵਾਲੇ ਬੱਚੇ ਨੇ, ਮੁੰਡੇ ਨੇ, ਯਾਰ ਬੇਲੀ ਨੇ, ਲੇਕਿਨ ਬਾਬੇ ਨਾਨਕ ਨੇ ਇੱਕੋ ਹੀ ਚੁਣਿਆ, ਭਾਈ ਮਰਦਾਨਾ। ਇਸ ਲਈ ਜੀ ਅਸੀਂ ਚੁਣਿਆ ਕਿ ਉਹ ਦੋਸਤ ਸੀ, ਦੋਸਤ ਤਾਂ ਬਾਅਦ ਦੀਆਂ ਗੱਲਾਂ ਨੇ, ਬਾਬੇ ਨਾਨਕ ਨੂੰ ਨਿਰੰਕਾਰ ਨੂੰ ਨਿਰੰਕਾਰੀ ਬਾਬੇ ਨੂੰ ਦੋਸਤ ਬਣਾਉਣ ਦੀ ਕੀ ਲੋੜ ਪੈ। ਭਗਵਾਨ ਰਾਮ ਆਏ, ਰਾਮ ਜੀ ਨੇ ਘੁੰਮੇ, ਅਯੋਧਿਆ ਵਿੱਚ ਰਹੇ, ਜੰਗਲਾਂ ਵਿੱਚ ਲਏ, ਰਾਵਣ ਨੂੰ ਮਾਰਿਆ, ਪੂਰੀ ਯਾਤਰਾ ਵਿੱਚ ਜੇ ਕਿਸੇ ਨੂੰ ਹਿੱਕ ਨਾਲ ਲਾਇਆ, ਕਿਸੇ ਨੂੰ ਕਿਹਾ ਕਿ ਤੁਮ ਮਮ ਪ੍ਰਿਯ ਫਲ ਤਹੀਂ ਸਮ ਭਾਈ, ਹਿੱਕ ਨਾਲ ਲਾਇਆ ਤੇ ਕਿਹਨੂੰ ਕਿਹਾ, ਸ਼੍ਰੀ ਹਨੂੰਮਾਨ ਜੀ ਨੂੰ। ਅਵਤਾਰਾਂ ਦੇ ਜਿਹੜੇ ਖੇਲ ਨੇ, ਹੁਣ ਆਪਣਾ ਬਣਾਉਂਦੇ ਨੇ ਹਿੱਕ ਨਾਲ ਲਾਉਂਦੇ, ਜਿਹਨੂੰ ਆਪਣਾ ਬਣਾਉਂਦੇ ਨੇ ਨੇੜੇ ਲਾਉਂਦੇ ਨੇ, ਉਹ ਕੈਸਾ ਬੰਦਾ ਹੈ, ਉਹ ਉਸ ਰੰਗ ਵਿੱਚ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਨਾਮ ਵਾਲਾ ਰੰਗ, ਉਸ ਰੰਗ ਵਿੱਚ ਰਹਿਣ ਵਾਲਾ ਹੈ। ਹੁਣ ਰਹਿਬਰਾਂ ਨੂੰ ਵੀ ਪਤਾ ਸੀ, ਅਵਤਾਰਾਂ ਨੂੰ ਵੀ ਪਤਾ ਸੀ ਕਿ ਸੰਗ ਉਹਨੂੰ ਹੀ ਰੱਖਣਾ ਹੈ ਜਿਹੜਾ ਰੰਗ ਵਿੱਚ ਰੰਗਿਆ ਹੋਇਆ, ਇਸ ਲਈ ਤਾਂ ਅਰਦਾਸ ਕੀਤੀ ਜਾਂਦੀ ਹੈ ਕਿ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤੀ। ਬੜੀ ਇੰਪੋਰਟੈਂਸ ਹੈ, ਬੜੀ ਮਹਾਨਤਾ ਹੈ ਸਤਸੰਗ ਦੀ ਪਿਆਰੀ। ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਦਾ ਚੁਣਾਅ ਵੀ ਇਸ ਲਈ ਕੀਤਾ ਸੀ ਕਿਉਂਕਿ ਭਾਈ ਮਰਦਾਨਾ ਜੀ ਅੱਕਦੇ ਨਹੀਂ ਸਨ, ਥੱਕਦੇ ਨਹੀਂ ਸਨ, ਕਿਸ ਕੰਮ ਨੂੰ ਕਰਦੇ ਹੋਏ, ਕੀਰਤਨ ਕਰਦੇ ਹੋਏ, ਗੁਰੂ ਨਾਨਕ ਦੀਆਂ ਗੱਲਾਂ ਸੁਣਦੇ ਹੋਏ, ਸਿਮਰਨ ਕਰਦੇ ਹੋਏ, ਕੀਰਤਨ ਕਰਦੇ ਹੋਏ, ਨਾਮ ਜਪਦੇ ਹੋਏ ਔਰ ਰਬਾਬ ਵਜਾਉਂਦੇ ਹੋਏ, ਇਹ ਨਹੀਂ ਸੀ ਕਹਿੰਦੇ ਬਾਬਾ ਮੈਂ ਥੱਕ ਗਿਆ ਹੁਣ ਬਸ ਕਰ, ਫਿਰ ਸਮਝੋ ਜਰਾ ਕਰੋ। ਤੁਸੀਂ ਸੰਸਾਰ ਵਿੱਚ ਤੁਰਦੇ ਹੋ, ਪਹਿਲਾ ਕਦਮ ਚੱਕਿਆ, ਜਿਵੇਂ ਹੁਣ ਮੰਨ ਲਓ ਸਵੇਰੇ ਮਾਰਨਿੰਗ ਦੇ ਵਿੱਚ ਤੁਸੀਂ ਐਕਸਰਸਾਈਜ਼ ਕਰਨ ਲੱਗੇ, ਗੱਲ ਨੂੰ ਸਮਝੋ ਜੁੰਮਿਓ, ਫਿਰ ਅੱਗੇ ਵਧੋ। ਤੁਸੀਂ ਸੈਰ ਕਰਨ ਨੂੰ ਚੱਲ ਚੱਲ ਸੈਰ ਕਰਨ ਕਰਨ ਚੱਲੇ, ਪਹਿਲਾ ਕਦਮ ਚੱਕਿਆ, ਦੂਜਾ ਕਦਮ ਚੱਕਿਆ, ਤੀਜਾ ਕਦਮ ਚੱਕਿਆ, ਖੂਬ ਭੱਜੇ, ਤੁਸੀਂ ਭੱਜਣ ਤੋਂ ਬਾਅਦ ਕੀ ਹੋ ਗਿਆ, ਥਕਾਨ ਹੋਣ ਲੱਗ ਗਿਆ, ਥਕਾਨ ਹੋਣ ਲੱਗ ਗਈ ਔਰ ਥਕਾਨ ਹੋ ਰਹੀ ਹੈ, ਫਿਰ ਤੁਸੀਂ ਆਏ ਬੜਾ ਬੜਾ ਭੋਜਨ ਦੇ ਦਿਓ, ਜੇ ਦੇ ਦਿਓ, ਉਹ ਦੇ ਦਿਓ, ਅਨੇਕਾਂ ਚੀਜ਼ਾਂ ਤੁਸੀਂ ਖਾਧੀਆਂ ਪੀਤੀਆਂ, ਸੰਸਾਰ ਦੀ ਯਾਤਰਾ ਤੋਂ ਬਾਅਦ ਇੱਕ ਥਕਾਨ ਹੁੰਦੀ ਹੈ, ਐਨਰਜੀ ਖਤਮ ਹੁੰਦੀ ਹੈ, ਤੇ ਜਿਹੜਾ ਸਿਮਰਨ ਵਾਲੀ ਯਾਤਰਾ ਹੈ ਇਹਦਾ ਪਹਿਲਾ ਕਦਮ ਥਕਾਏਗਾ, ਦੂਸਰਾ ਕਦਮ ਚੱਕਣਾ ਹੋਰ ਔਖਾ ਲੱਗੇਗਾ, ਤੀਸਰਾ ਕਦਮ ਹੋਰ ਔਖਾ ਲੱਗੇਗਾ, ਚੌਥਾ ਕਦਮ ਹੋਰ ਔਖਾ ਲੱਗੇਗਾ, ਲੇਕਿਨ ਜਦੋਂ ਰਸ ਵਰਸਣ ਲੱਗ ਗਿਆ, ਸਿਮਰਨ ਵਿੱਚ ਜਦੋਂ ਰਸ ਆਉਣ ਲੱਗ ਗਿਆ, ਫਿਰ ਜੀ ਕਰੇਗਾ ਨਹੀਂ ਥੋੜਾ ਜਿਹਾ ਹੋਰ, ਅੱਧਾ ਘੰਟਾ ਹੋਰ ਬਹਿ ਲਈਏ, ਘੰਟਾ। ਜਿਵੇਂ ਨਾ ਇੱਕ ਵਾਰੀ ਸਾਡੇ ਵੱਡੇ ਮਹਾਂਪੁਰਸ਼ ਬਾਬਾ ਕਰਨੈਲ ਦਾਸ ਜੀ ਬੈਠੇ ਤੇ ਸੰਗਤ ਬੈਠੀ, ਦੁਪਹਿਰ ਦਾ ਸਮਾਂ ਲਗਭਗ 11:30 ਵਜੇ, ਤੇ ਬਾਬਾ ਜੀ ਮਹਾਰਾਜ ਸੰਗਤ ਨਾਲ ਗੱਲਾਂ ਕਰੀ ਜਾਂਦੇ, ਸੰਗਤ ਨਾਲ ਚਰਚਾ ਚੱਲੀ ਜਾਂਦੀ ਹੈ, ਤੇ ਬੜੇ ਖੁਸ਼ ਬੈਠੇ ਨੇ, ਤੇ ਚੇਲਾ ਆ ਕੇ ਕਹਿੰਦਾ ਮਹਾਰਾਜ ਜਿਹੜਾ ਸੇਵਕ ਸੀ, ਕਹਿੰਦਾ ਮਹਾਰਾਜ ਪ੍ਰਸ਼ਾਦਾ ਤਿਆਰ ਹੋ ਗਿਆ ਛੱਕ ਲਾ। ਬਾਬਾ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਯਾਰ ਠਹਿਰ ਜਾ, ਮੈਂ ਗੱਲਾਂ ਬਾਤਾਂ ਕਰਦਾ, ਗੱਲਾਂ ਕਰਨ ਲੱਗੇ, ਫਿਰ ਗੱਲਾਂ ਬਾਤਾਂ ਕਰਦੇ ਨੇ, ਅੱਧੇ ਘੰਟੇ ਬਾਅਦ ਆ ਕੇ ਉਹਨੇ ਫੇਰ ਕਹਿ ਦਿੱਤਾ, ਕਹਿੰਦਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ ਛੱਕ ਲਓ। ਬਾਬਾ ਜੀ ਕਹਿੰਦੇ ਯਾਰ ਰੁਕ ਜਾ, ਮੈਂ ਗੱਲਾਂ ਕਰਨਾ ਸਮਝਦਾ, ਅੱਧੇ ਘੰਟੇ ਬਾਅਦ ਫੇਰ ਆ ਗਿਆ, ਕਹਿੰਦਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ ਛੱਕ ਲਓ। ਬਾਬਾ ਜੀ ਮਹਾਰਾਜ ਉਹਨੂੰ ਕਹਿੰਦੇ, ਕਹਿੰਦੇ ਯਾਰ ਤੈਨੂੰ ਭੁੱਖ ਲੱਗੀ ਤੂੰ ਖਾ ਲਾ, ਤੂੰ ਮੈਨੂੰ ਕਹਿੰਦਾ ਕਿ
ਤੈਨੂੰ ਭੁੱਖ ਲੱਗੀ ਆ ਕਿਉਂ ਤੰਗ ਕਰੀ ਜਾਂਦੇ ਜਾ ਕੇ ਖਾ ਲਾ ਤੂੰ। ਉਹ ਕਹਿੰਦਾ ਮਹਾਰਾਜ ਤੁਸੀਂ ਅੱਜ 12:30 ਵਜ ਗਏ। ਕਹਿੰਦਾ ਯਾਰ ਮੇਰਾ ਤਾਂ ਨਸ਼ਾ ਚੜੀ ਜਾਂਦਾ ਸੰਗਤਾਂ ਗੱਲਾਂ ਕਰ ਕਰਕੇ ਰੋਟੀਆਂ ਪੂਰੀ ਕਰ ਲਾ। 1:30 ਵਜੇ ਫੇਰ ਆ ਗਿਆ ਕਿਉਂਕਿ ਚੇਲਾ ਸੀ ਨਾ ਸੇਵਕ ਨੂੰ ਤਾਂ ਸੇਵਕ ਦਾ ਧਰਮ ਹੈ। ਉਸ 1:30 ਵਜੇ ਆ ਕੇ ਫੇਰ ਉਹਨੇ ਹੱਥ ਜੁੜ ਕੇ ਗਿਆ ਕਹਿੰਦਾ ਮਹਾਰਾਜ ਕਹਿੰਦਾ ਹੁਣ ਤਾਂ 1:30 ਵਜ ਗਿਆ। ਤੇ ਫਿਰ ਸੰਗਤ ਕਹਿਣ ਲੱਗੀ ਮਹਾਰਾਜ ਤੁਸੀਂ ਛੱਕ ਲਓ। ਕਹਿੰਦੇ ਅੱਜ ਭੁੱਖ ਨਹੀਂ ਲੱਗ ਰਹੀ ਮੈਨੂੰ ਬੜਾ ਆਨੰਦ ਆ ਰਿਹਾ। ਹੁਣ ਪਿਆਰੀ ਸੰਗਤ ਸੋਚੋ ਮੈਂ ਜਿਹੜੀ ਗੱਲ ਨੂੰ ਕਲੈਰੀਫਾਈ ਕਰ ਲਿਆ ਆਪ ਸਾਰਿਆਂ ਨੂੰ ਸਮਝਾ ਰਹੇ ਕਿ ਸਿਮਰਨ ਜਿਹੜਾ ਪਹਿਲੇ ਪੜਾਅ ਤੇ ਹੋ ਸਕਦਾ ਤੁਹਾਨੂੰ ਸਿਮਰਨ ਐ ਲੱਗੇ ਜਿਵੇਂ ਮੁਸ਼ਕਲ ਲੱਗ ਰਿਹਾ ਹੈ। ਜਿਵੇਂ ਜਿਵੇਂ ਸਿਮਰਨ ਅੱਗੇ ਨੂੰ ਵੱਧਦਾ ਨਾ ਜੀ ਇਹਦੀ ਤਾਕਤ ਵਧਣ ਲੱਗ ਜਾਂਦੀ ਹੈ, ਐਨਰਜੀ ਵਧਣ ਲੱਗ ਜਾਂਦੀ ਹੈ। ਐਵੇਂ ਨਹੀਂ ਜੰਗਲ ਵਿੱਚ ਬੈਠ ਕੇ ਭਿਜੜੀ ਨੇ ਲੰਬੀਆਂ ਉਮਰਾਂ ਬਤੀਤ ਕੀਤੀਆਂ, ਇਸ ਲਈ ਕੀਤੀਆਂ ਕਿ ਜਿਵੇਂ ਜਿਵੇਂ ਰਾਮ 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 ਕਰਦੀ ਸੀ ਉਵੇਂ ਉਵੇਂ ਉਹਦੇ ਅੰਦਰ ਦੀ ਤਾਕਤ ਜਿਹੜੀ ਸੀ ਆਪਣੇ ਆਪ ਆਟੋਮੈਟਿਕ ਵੱਧਦੀ ਸੀ। ਆਖੋ ਸਤਨਾਮ ਗੁਰੂ ਪਿਆਰੀ ਸਾਹਿਬ ਸੰਗਤ ਆਤਮ ਰਸ ਦੇ ਜਿਹੜੇ ਜਾਣਕਾਰ ਜਿਹੜੇ ਸੰਤੋਸ਼ ਵਿੱਚ ਰਹਿਣ ਵਾਲੇ ਲੋਕ ਨੇ ਪਿਆਰੀ ਸਾਹਿਬ ਸੰਗਤ ਉਹ ਕੇਵਲ ਇਹ ਗੁਣ ਜਿਹੜਾ ਹੈ ਅਪਾਰ ਗੁਣ ਕਿਹਦੇ ਹਿੱਸੇ ਆਉਂਦਾ ਇਹ ਸਾਧ ਨੂੰ ਅਸੀਂ ਸੁਣਦੇ ਹਾਂ ਨਾ ਮਹਾਂਪੁਰਸ਼ਾਂ ਦੀਆਂ ਗੱਲਾਂ। ਭਗਤ ਰਵਿਦਾਸ ਜੀ ਬੈਠੇ ਨੇ ਆਪਣੀ ਝੌਂਪੜੀ ਦੇ ਵਿੱਚ, ਇਹ ਉਹ ਨੇ ਜਿਹੜੇ ਪਰਮਾਤਮਾ ਨੂੰ ਕਹਿੰਦੇ ਨੇ ਰੱਬਾ ਮੈਂ ਉਹ ਪ੍ਰੀਤ ਤੇਰੇ ਨਾਲ ਲਾਈ ਹੈ ਜਿਹੜੀ ਜੱਗ ਨੇ ਜੱਗ ਨਾਲ ਲਾਈ ਹੈ। ਸੱਚੀ ਪ੍ਰੀਤ ਲਾਈ ਹੈ ਮੈਂ ਤੇਰੇ ਨਾਲ ਕਿਉਂਕਿ ਸੰਸਾਰ ਸੰਸਾਰ ਬਿਨਾਂ ਨਹੀਂ ਰਹਿ ਸਕਦਾ ਤੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਸੰਸਾਰ ਦਾ ਸੰਸਾਰੀਆਂ ਬਿਨਾਂ ਸਰਦਾ ਨਹੀਂ ਹੈ ਉਵੇਂ ਮੇਰਾ ਤੇਰੇ ਬਿਨਾਂ ਸਰਦਾ ਨਹੀਂ ਹੈ। ਹੁਣ ਉਹ ਬੈਠੇ ਨੇ ਇੱਕ ਸਾਧੂ ਇੱਕ ਰਸੀਆ ਜਿਹੜਾ ਹੈ ਉਸਦੇ ਵਿੱਚ ਸੰਤੁਸ਼ਟੀ ਦਾ ਇੱਕ ਐਡਾ ਵੱਡਾ ਗੁਣ ਹੈ ਪਿਆਰੀ ਸੰਗਤ ਉਸੇ ਕਰਕੇ ਰੱਬ ਉਹਦੇ ਨੇੜੇ ਰਹਿੰਦਾ। ਔਰ ਇਹ ਗੁਣ ਲਿਆਉਣਾ ਬੜਾ ਔਖਾ ਹੈ ਬੜਾ ਔਖਾ ਹੈ ਬੜਾ ਔਖਾ। ਜਹ ਜਹ ਜਾਓ ਤਹਾਂ ਤੇਰੀ ਸੇਵਾ ਤੁਮ ਸਿਉ ਸਾਕਰ ਔਰ ਨਾ ਦੇਵਾ। ਤੁਮਨੇ ਭਜਨ ਕਟਹਿ ਜਮ ਪਾਸਾ ਔਰ ਭਗਤ ਹੇਤ ਗਾਵੈ ਰਵਿਦਾਸ। ਇਹ ਉਹ ਨੇ ਜਿਹੜੇ ਕਹਿੰਦੇ ਨੇ ਮਹਾਰਾਜ ਜਿਵੇਂ ਮਰਜ਼ੀ ਰੱਖ ਲੈ ਉਵੇਂ ਰਹਿ ਜਾਣਾ ਪਰ ਪ੍ਰੀਤ ਤੇਰੇ ਨਾਲ ਰੱਖੀ। ਜੋ ਤੁਮ ਗਿਰੀ ਵਰਤਾਓ ਹਮ ਮੋਰਾ ਜੋ ਜੋ ਚੰਦ ਤਾਓ ਹਮ ਭਏ ਹੈ ਚਕੋਰਾ। ਇਹਦੀਆਂ ਜਿਹੜੀਆਂ ਪੰਕਤੀਆਂ ਨੇ ਨਾ ਇਹ ਕਹਿੰਦੀਆਂ ਨੇ ਕਹਿੰਦੇ ਰੱਬਾ ਜੋ ਮਰਜ਼ੀ ਬਣਾ ਲਾ ਪਰ ਰੱਖੀਆਂ ਉਹਦੇ ਨੇੜੇ। ਕਹਿੰਦੇ ਜੇ ਤੂੰ ਚੰਦਰਮਾ ਬਣ ਜਾਏ ਤਾਂ ਮੇਰਾ ਜੀ ਕਰਦਾ ਮੈਂ ਚਕੋਰ ਬਣ ਜਾ। ਜੇ ਤੂੰ ਪਹਾੜ ਬਣ ਜਾਏ ਤਾਂ ਮੇਰਾ ਜੀ ਕਰਦਾ ਮੈਂ ਮੋਰ ਬਣ ਜਾ ਤੈਨੂੰ ਖੁਸ਼ ਕਰ। ਮਹਾਰਾਜ ਇੰਨਾ ਹੀ ਨਹੀਂ ਹੈ ਜੋ ਤੁਮ ਦੀਵਰਾ ਤੋ ਹਮ ਬਾਤੀ। ਇਹ ਬੜੀ ਪੰਕਤੀ ਬੜੀ ਸੋਹਣੀ ਹੈ ਕਹਿੰਦੇ ਜੇ ਤੂੰ ਦੀਵਾ ਬਣੇ ਨਾ ਤਾਂ ਮੈਂ ਬੱਤੀ ਬਣੀ ਬੱਤੀ ਬਣਾ ਤੇ ਮੈਂ ਜਲਾ ਮੈਂ ਮੱਚਾ। ਤੇ ਭਗਤ ਗੁਰੂ ਰਵਿਦਾਸ ਜੀ ਕਹਿੰਦੇ ਰੱਬਾ ਜਾਨ ਮੇਰੀ ਜਾਂਦੀ ਹੋਵੇ ਤੇ ਵਡਿਆਈਆਂ ਤੇਰੀਆਂ ਹੋਣੀਆਂ। ਸੜਦਾ ਮੈਂ ਹੋਵਾਂ ਜਾਨ ਮੇਰੀ ਜਾਂਦੀ ਹੋਵੇ ਤੇ ਲੋਕ ਗੱਲਾਂ ਕਰਨ ਵੇਖ ਦੀਵਾ ਜਗੀ ਜਾਂਦਾ ਵੇਖ ਦੀਵਾ ਜਗੀ ਜਾਂਦਾ ਵੇਖ ਦੀਵਾ ਜਗੀ ਜਾਂਦਾ। ਕਿਸੇ ਨੂੰ ਨਹੀਂ ਪਤਾ ਦੀਵੇ ਵਿੱਚ ਬੱਤੀ ਜਿਹੜੀ ਆ ਉਹ ਮੱਚੀ ਜਾਂਦੀ ਆ ਉਹਦੀ ਜ਼ਿੰਦਗੀ ਜਾਈ ਜਾਂਦੀ ਆ। ਜੋ ਜੋ ਦੀਵਰਾ ਤਾਂ ਉਹ ਬਾਤੀ ਜਦੋਂ ਦੀਵਾ ਬਣੇ ਮੈਂ ਉਹ ਬਣ ਜਾਵਾਂ। ਮਹਾਰਾਜ ਜਦੋਂ ਤੀਰਥ ਬਣੇ ਜੋ ਤੁਮ ਤੀਰਥ ਤੋਂ ਹਮ ਜਾਤੀ ਜਦੋਂ ਤੀਰਥ ਬਣੇ ਮੈਂ ਯਾਤਰੀ ਬਣੀ। ਕਿ ਵਡਿਆਈ ਤੇਰੀ ਹੋਵੇ ਤੱਕ ਮੇਰਾ ਹੋਵੇ ਤੇ ਵਡਿਆਈ ਤੇਰੀ ਹੋਵੇ ਪਿਆਰੀ ਸਾਧ ਸੰਗਤ। ਹੁਣ ਉਹ ਨਾਮ ਦਾ ਰਸੀਆ ਉਹ ਨਾਮ ਦਾ ਰਸੀਆ ਆਪਣੀ ਝੌਂਪੜੀ ਵਿੱਚ ਮੈਂ ਫਿਰ ਕਹਿ ਰਿਹਾ ਪਿਆਰੀ ਸੰਗਤ ਇਟਸ ਨੋਟ ਈਜ਼ੀ ਟੂ ਅੰਡਰਸਟੈਂਡ ਕਿ ਜਿਹੜੀ ਚੀਜ਼ ਜਿਹੜੀ ਵਸਤੂ ਜਿੱਥੇ ਰੱਬ ਨੇ ਸਾਨੂੰ ਰੱਖਿਆ ਉੱਥੇ ਕਿਵੇਂ ਰਹਾਂ। ਔਰ ਜਿੰਨੇ ਸੰਤ ਮਹਾਂਪੁਰਸ਼ ਆਏ ਹੁਣ ਬਾਬਾ ਜੀ ਮਹਾਰਾਜ ਨੇ ਪਹਿਲਾਂ ਆਪਣਾ ਰਾਜ ਛੱਡਿਆ ਘਰ ਪਰਿਵਾਰ ਦੇ ਵਿੱਚ ਰਾਜ ਸੀ ਪਿਤਾ ਸੂਬੇਦਾਰ ਸਨ ਔਰ ਉਸ ਟਾਈਮ ਦੇ ਵਿੱਚ ਸਨ ਜਦੋਂ ਬੜਾ ਕੁਛ ਲੱਭਦਾ ਸੀ ਔਰ ਖਰਚੇ ਇੰਨੇ ਕੁ ਵੀ ਨਹੀਂ ਹੁੰਦੇ ਸੀ। ਉਸ ਟਾਈਮ ਦੇ 10 ਰੁਪਏ ਬਹੁਤ ਕਿਉਂ ਲੱਗਦੇ ਸੀ ਕਿਉਂਕਿ ਉਸ ਟਾਈਮ ਦੇ 10 ਰੁਪਏ ਖਰੀਦ ਕੇ ਕਮਾ ਕੇ ਤੇ ਘਰ ਵਿੱਚ ਖਰਚਾ ਜ਼ੀਰੋ ਹੁੰਦਾ ਸੀ। ਘਰ ਵਿੱਚ ਖਰਚਾ ਕਰਨ ਨੂੰ ਕੁਛ ਨਹੀਂ ਹੈ ਕਿਉਂ ਕਿਉਂਕਿ ਬੜੀਆਂ ਜ਼ਰੂਰਤਾਂ ਥੋੜ੍ਹੀਆਂ ਸੀਗੀਆਂ।
اور سب کو چھڈ کے سادھواں کولے گئے سادھواں کولو چھڈ کے بچوں پڑیاں چ گئے چونپڑیاں تو پھر چونپڑیاں چ گئے او پیاری سنگت سنتوشتی ایک نہیں ہے بھی جے تو پے بیٹھے نے تے تاں وی چا چڑھیا ہویا ہے جے چھاویں بیٹھے نے اچھا کئی بار نا مہاپرشاں دی گلاں سن کے بڑا سنتوش ہوندا ہے کوئی بابا جی مہاراج نوں امبیسٹر کار دے گیا کہ مہاراج یہ لے لو بابا جی کہتے پک میں نہیں بہن جائے گا ہوں دیکھو کتنی سونی گل کر میں نہیں بہن کہ مہاراج نہیں نہیں بہ جو یہ تھوڑے واسطے لگ کہ نہ پتہ تے رب جانی دین دا مہاپرشاں نوں سادھن وی ہو جائی تے جی چکاون دین دا ہوے رب دین دا پیاری سنگت یہ سوچ جڑی ہے یہ کیول ایک فقیر کولے بھگت رویداس جی بیٹھے نے اپنی چونٹی دے وچ پریت لگی ہے سنتوش دی گل کردا ہے اس گن دی گل کردا ہے جڑا گن جگ وچ کتے نہیں لبدا سب کچھ لبے گا اج دنیا دیش تو ودیش جا رہی ہے اج دنیا پنڈاں چوں اٹھ کے چونپڑیاں چوں اٹھ کے جہازاں نے سفر طے کری جاندی ہے پیاری سنگت سچ جانیو اینی دنیا گھومن تو بعد بھی وہ وستو نہیں لبے گی جڑی وستو فقیراں دے حصے آئی ہے چونپڑی وچ بیٹھے بھگت رویداس جی اسی لیے تو بابا بھلے شاہ نے کیا سی کہ بھلے آیا عاشق ہوں رب دا تے ملامت ہوئی لاکھ کہ رب ربا تیرے نال میری پریت لگ گئی تے مینوں کافر کافر آکھ دے دنیا کہن لگی تا کافر ہو گیا ہے لیکن میں بڑا خوش ہوں انہاں گلاں توں کہ توں آہو آہو میں اپنی پریت والی ڈور نہیں ٹوٹن دینی ساڈے درویشی مہاپرش کیا کرتے سن میری ٹوٹے نا پریت والی ڈوری یہ پریت والی ڈوری کا مطلب ہے کہ میرا سمرن نہ ٹوٹے زندگی چ کچھ بھی ہو جاوے میں تینوں نہ چھڈا زندگی چ کچھ بھی ہو جاوے میں تیری یاد نہ وسرے زندگی پاویں امیری تو غریبی وال آ جائے تندرستی تو بیماری وال آ جائے مہاراج شریر کیسا بھی ہو جاوے لیکن میں تینوں وسارا نہ میری پریت آئی بنی رہے کیونکہ موقع بڑی مشکل نال ملے کیڑا موقع جی ہاں جی لڈو کھان دا کیڑا موقع یہ جڑا زندگی دا موقع ملیا یہ جڑا پرماتما نے سانو جیون دتا یہ زندگی دا جڑا موقع ملیا یہ بڑی مشکل نال ملیا یہ صرف وہی جاندا پیاری سنگت جنوں اس گل دی سمجھ ہے کہ بھائی پراپت مانک دے ہریا گوبند ملن کی ہمارا جو موقع گوانا نہیں چاہتا وہی جڑی ہوئی تار اتھی لائی بیٹھا کہ نا نا میں کچھ نہیں کرنا تو جو مرضی کری چل میری ٹوٹے نا بس پریت وال ڈوری ڈوری نہ میرا سمرن نہ ٹوٹے کچھ ہو جائے اج کل کل یوگ وچ تسی بڑے لوگ ایسے ویکھدے ہو گے جڑے لوگ کہندے مہاراج میں تاں بس مندر جانا چھڈتا جی میں گردوارے جانا چھڈتا جی میں تاں رب نوں دھیاونا ہونا چھڈتا کی دتا رب نے ایک سادھو نوں کسے نے کہہ دتا کہندا مہاراج میں ہن رب نوں نہیں دھیاوندا رب نے کی دتا کہندا اے کملیا رب آ جڑا تو مورے میرے بیٹھا ایتھوں ودھ رب ہور تینوں کی دے کہتے جدھر تینوں بے اکلی جی لگی بھی رب نے کی دتا ہے ادھر کہتے کسی پنگل واڑے چ وزٹ کر کے آیا کتنے کوڑیاں دے اس جگہ تے جتھے سارے کوڑی رہندے نے اوتھے جا کے وزٹ کر کے آیا کر کوئی کدے کسے دن ہسپتال دے ایمرجنسی وارڈ دا گیڑا کڈ کے آیا کر پھر سوچی آ جائے گی رب نے تینوں کی دتا وہ ہاتھ جوڑتا مڑو اور پیاری سنگت جڑا سمرن کرن والا ہے وہ چاہتا میری مانسک دشا جیڑی وہ تیرے چرنوں وچ ٹکی رہے ایک گل سوچ چھڑ دا دھیان جے من پرماتما وچ ٹکیا رہے گا نا زندگی دی ہر جنگ جتی جا سکدی کہ نہیں ہاں جی جتی جا سکدی ہے جے من پرماتما دے چرنوں وچ ٹکیا رہے تاں زندگی دی ہر جنگ جتی جا سکدی ہے میں آیا ایتھے
ਤੋਂ ਬਾਅਦ ਜੋ ਸ਼ਹੀਦੀ ਸਮਾਰਕ ਬਣ ਰਿਹਾ ਕੱਲ੍ਹ ਨੂੰ ਉਹਦੀ ਓਪਨਿੰਗ ਹੈ ਤੇ ਲਗਭਗ ਸਭ ਤਿਆਰ ਹੋ ਚੁੱਕਾ ਜੀ ਇਹ ਵੀ ਬਾਬਾ ਜੀ ਮਹਾਰਾਜ ਦੀ ਕਿਰਪਾ ਉਹਨਾਂ ਦੇ ਸੰਕਲਪ ਹੈ ਉਹਨਾਂ ਨੇ ਕਿਰਪਾ ਕੀਤੀ ਹੈ ਨਹੀਂ ਤਾਂ ਜਿੱਦਣ ਅਸੀਂ ਸ਼ੁਰੂ ਕੀਤਾ ਸੀ ਨਾ ਕਿਉਂਕਿ 20 ਅਗਸਤ ਨੂੰ ਤਾਂ ਸ਼ੁਰੂ ਹੀ ਕੀਤਾ ਅੱਜ ਅਜੇ 9 ਸਤੰਬਰ ਜਦੋਂ ਮੈਂ ਸ਼ੁਰੂ ਕੀਤਾ ਮੈਂ ਸਾਰਿਆਂ ਨੂੰ ਕਨਸੈਪਟ ਦਿਖਾ ਰਿਹਾ ਸੀ ਮੈਂ ਕਿਹਾ ਜੀ ਆਹ ਬਣਨਾ ਇੱਥੇ ਤੇ ਜਿਹੜਾ ਜਿਹਨੂੰ ਮੈਂ ਦਿਖਾਇਆ ਕਰਾਂ ਉਹ ਮੇਰਾ ਬੜਾ ਹੌਸਲਾ ਵਧਾਉਂਦਾ ਸੀ ਪਤਾ ਕੀ ਕਹਿੰਦਾ ਉਹਦਾ ਬਣ ਜੂਗਾ ਜੀ ਡੰਡਣਾ ਮਾਂ ਦੇ ਪੁੱਤੋਂ ਇੱਕ ਬੰਦੇ ਨੇ ਨਹੀਂ ਮੈਨੂੰ ਮਾਰੀ ਵੀ ਬਾਬਾ ਜੀ ਇਹ ਤਿਆਰ ਹੋ ਜਾਣਾ ਚਿੰਤਾ ਹੀ ਨਾ ਕਰੋ ਜਿਹੜਾ ਆਇਆ ਕਰੇ ਕੋਈ ਗੱਲ ਬਾਬਾ ਜੀ ਬਣ ਜੂਗਾ ਇਹ ਮੈਂ ਕਹਿਣਾ ਮੈਂ ਕਿਹਾ ਬਣ ਜੂਗਾ ਇਸ ਦੇ ਗੱਲ ਨਹੀਂ ਹੈ ਨਹੀਂ ਬਸ ਦੱਸ ਇੰਨੇ ਮਾਰਾ ਕਿਵੇਂ ਹੋਊਗਾ ਮੈਂ ਕੋਈ ਨੀ ਹੋ ਜੂਗਾ ਕਰਾ ਕਰਾਵਾ ਆਪੇ ਆਪ ਮਾਣ ਚ ਕਹਿ ਕੇ ਪਿਆਰੀ ਸਾਹਿਬ ਮੈਂ ਸੱਚ ਕਹਿੰਦਾ ਜ਼ਿੰਦਗੀ ਮੇਰੀ ਜਿਹੜੀ ਆਪਣੀ ਜ਼ਿੰਦਗੀ ਜਿੰਨੀ ਕੁ ਰੱਬ ਨੇ ਮੈਨੂੰ ਦਿੱਤੀ ਜ਼ਿੰਦਗੀ ਮੈਂ ਆਪਣੀ ਜ਼ਿੰਦਗੀ ਨੂੰ ਇਸ ਢੰਗ ਨਾਲ ਰੱਖਿਆ ਮੈਂ 2005 ਵਿੱਚ ਦਿੱਲੀ ਰਿੰਗ ਰੋਡ ਤੇ ਨਾ ਚੌਧਰੀ ਭਜਨ ਲਾਲ ਦਾ ਇੱਕ ਸੰਸਥਾਨ ਬਣਿਆ ਹੋਇਆ ਉੱਥੇ ਮੈਂ ਪ੍ਰਵਚਨ ਕਰਨ ਜਾਣਾ ਸੀ ਮੈਂ ਬਾਬਾ ਜੀ ਨੂੰ ਕਿਹਾ ਮੈਂ ਮਹਾਰਾਜ ਉੱਥੇ ਜਾਣਾ ਜਾ ਪਾੜਿਆ ਕਹਿੰਦੇ ਚੱਕਦੇ ਫੱਟੇ ਮੈਂ ਕਿਹਾ ਜੀ ਚੱਕੜੇ ਨਹੀਂ ਆਉਂਦੇ ਕਹਿੰਦੇ ਜਨਤਾ ਨਗਰ ਮੈਂ ਕਹਿੰਦੇ ਵਾਸਤੇ ਬੈਠਾ ਫਿਰ ਜਦੋਂ ਅਸੀਂ ਐਮ ਏ ਕਰਨੀ ਸੀ ਐਮ ਏ ਇੰਗਲਿਸ਼ ਕਰਨੀ ਸੀ ਮੈਂ ਤੇ ਬਾਬਾ ਜੀ ਆਪ ਕਿਹਾ ਮੇਰਾ ਕੋਈ ਵਿਚਾਰ ਨਹੀਂ ਸੀ ਆਪਣਾ ਤਾਂ ਪੜ੍ਹਨ ਦਾ ਹੀ ਵਿਚਾਰ ਨਹੀਂ ਸੀ ਹੁਣ ਸੰਤ ਪੜ੍ਹਨ ਨੂੰ ਥੋੜ੍ਹਾ ਬਣਿਆ ਸੀਗਾ ਤੇ ਸ਼ਾਮ ਨੂੰ ਬੈਠੇ ਸੀ ਸ਼ਾਸਤਰੀ ਕਰਕੇ ਆਏ ਬਾਬਾ ਜੀ ਮੌਜ ਵਿੱਚ ਬੈਠੇ ਹੁੰਦੇ ਸੀ ਸਾਰੇ ਮਨਜੀਤ ਜੀ ਹੁਣੀ ਸਾਰੇ ਪੁਰਾਣੇ ਬੰਦੇ ਤਾਂ ਜਾਣਦੇ ਨੇ ਕਿ ਜਿਵੇਂ ਬਾਬਾ ਜੀ ਦਾ ਰੰਗ ਹੁੰਦਾ ਸੀ ਕਿਆ ਮਹਾਰਾਜ ਬਾਬਾ ਜੀ ਮਹਾਰਾਜ ਸ਼ਾਮ ਦਾ ਵੇਲਾ ਬੈਠੇ ਨੇ ਮਹਾਂਪੁਰਸ਼ ਬੈਠੇ ਸ਼ਾਮ ਮੈਂ ਫਿਰ ਕਹਾਂ ਇਹ ਜਿਹੜਾ ਸੰਗ ਹੈ ਨਾ ਜੀ ਬੜੀ ਬੜੀ ਕਿਸਮਤ ਨਾਲ ਇਹ ਸਧਾਰਨ ਨਹੀਂ ਹੈ ਬਸ ਤੇ ਸ਼ਾਮ ਦਾ ਵੇਲਾ ਜਾ ਕੇ ਮੈਂ ਮੱਥਾ ਟੇਕਿਆ ਤੇ ਮੈਨੂੰ ਕਹਿੰਦੇ ਆ ਗਿਆ ਪਾੜਿਆ ਮੈਂ ਹਾਂਜੀ ਆ ਗਿਆ ਕਿਵੇਂ ਆ ਪੁੱਤ ਮੈਂ ਕਿਹਾ ਜੀ ਠੀਕ ਹੈ ਵਧੀਆ ਚੜ੍ਹਦੀ ਕਦਾ ਪੁੱਤ ਕੀ ਕਰ ਲਿਆ ਮੈਂ ਕਿਹਾ ਜੀ ਸ਼ਾਸਤਰੀ ਹੋ ਗਈ ਅੱਛਾ ਅੱਛਾ ਤੇ ਪੁੱਤ ਹੋ ਗਈ ਹੈ ਹੁਣ ਕਲੀਅਰ ਹੋ ਗਈ ਮੈਂ ਕਿਹਾ ਜੀ ਹੋ ਗਈ ਕਹਿੰਦੇ ਪਾੜਿਆ ਪੜੇ ਪੁੱਤ ਫਿਰ ਇੱਕ ਕੰਮ ਹੋਰ ਕਰਨਾ ਆਪਾਂ ਮੈਰਿਜ ਕੀ ਕਰਨਾ ਹੁਣ ਬਾਬਾ ਜੀ ਮਹਾਰਾਜ ਦੇ ਕਹਿਣ ਦੇ ਵਿੱਚ ਹੀ ਲੱਗਦਾ ਸੀ ਵੀ ਤੂੰ ਨਹੀਂ ਕਰ ਰਿਹਾ ਇਹ ਕਰਵਾਈ ਜਾਏਗਾ ਬਾਬਾ ਜੀ ਕਿਹਾ ਆਪਾਂ ਇੱਕ ਹੋਰ ਕੰਮ ਕਰਨਾ ਮੈਂ ਜੀ ਕੀ ਕਰਨਾ ਕਹਿੰਦੇ ਪੁੱਤ ਆਪਾਂ ਐਵੇਂ ਕਰਨੀ ਅੰਗਰੇਜ਼ੀ ਦੀ ਹੁਣ ਆਪਾਂ ਤਾਂ ਐਂ ਕਹੀ ਜਾਂਦੇ ਸੀ ਵੀ ਮੈਂ ਵੀ ਨਾਲ ਜਾਣਾ ਤੇ ਕਹਿੰਦੇ ਆਪਾਂ ਐਵੇਂ ਕਰਨੀ ਅੰਗਰੇਜ਼ੀ ਦੀ ਮੈਂ ਚੁੱਪ ਕਰ ਗਿਆ ਮੈਂ ਚੁੱਪ ਕਿਉਂ ਕਰ ਗਿਆ ਕਿਉਂਕਿ ਉੱਥੇ ਨਾ ਆਪਸ਼ਨਲ ਸਬਜੈਕਟ ਸੀ ਇੰਗਲਿਸ਼ ਵੀ ਪਾਸ ਹੋਣਾ ਹੋ ਜਾਓ ਨਹੀਂ ਹੋਣਾ ਨਾ ਹੋਵੋ ਕਸਮਾਂ ਨੂੰ ਖਾਓ ਇਹਨੂੰ ਆਪਸ਼ਨਲ ਕਹਿੰਦੇ ਮਰਜ਼ੀ ਹੈ ਤੁਹਾਡੀ ਸਾਡੇ ਕੋਲ ਇੱਕ ਸਬਜੈਕਟ ਸੀ ਵੀ 50 ਨੰਬਰ ਦਾ ਔਰ ਮੈਂ ਬਾਬਾ ਨੂੰ ਕਹਿਣਾ ਮਹਾਰਾਜ ਕਿਰਪਾ ਕਰੋ ਮੈਂ ਉੱਥੇ ਅੰਗਰੇਜ਼ੀ ਦੀ ਐਮ ਏ ਕਿੱਥੋਂ ਕਰ ਲੂੰਗਾ ਮੈਂ ਤਾਂ ਸੰਸਕ੍ਰਿਤ ਪੜ੍ਹ ਕੇ ਆਇਆ ਉਹ ਮਸਾ ਕੀਤੀ ਹੈ ਤੇ ਬਾਬਾ ਜੀ ਕਹਿੰਦੇ ਫਿਰ ਉਹ ਤੂੰ ਕੀਤੀ ਹੈ ਉਦੋਂ ਨੀ ਮੈਨੂੰ ਸਮਝ ਆ ਉਹ ਅਣਜਾਣ ਦੀ ਕੀ ਪਤਾ ਮਹਾਂਪੁਰਸ਼ ਕਿਹੜਾ ਤੀਰ ਛੱਡੀ ਛੱਡੀ ਮੈਂ ਹੱਥ ਜੋੜ ਕੇ ਕਿਹਾ ਮੈਂ ਮਹਾਰਾਜ ਠੀਕ ਹੈ ਮੈਨੂੰ ਹੁਣ ਦਿਓ ਆ ਗਿਆ ਕੀ ਕਹਿਣਾ ਤੁਸੀਂ ਕਹਿੰਦੇ ਪੁੱਤ ਆਪਾਂ ਐਮ ਏ ਅੰਗਰੇਜ਼ੀ ਦੀ ਕਰਨੀ ਹੈ ਤੇ ਮੈਂ ਕਿਹਾ ਜੀ ਕਰੂੰਗਾ ਜੀ ਮੈਂ ਕਹਿੰਦਾ ਤੂੰ ਐਡਮਿਸ਼ਨ ਲਾਇਆ ਤਾਂ ਹੋਈ ਪਈ ਹੈ ਪਿਆਰੀ ਸੰਗਤ ਮਹਾਂਪੁਰਸ਼ ਜਿਹੜੇ ਨੇ ਸਿਮਰਨ ਦੇ ਰਸੀਏ ਜਿਹੜਾ ਸੰਘ ਹੈ ਨਾ ਪਿਆਰੀ ਸੰਗਤ ਫਿਰ ਮੈਨੂੰ ਕੀ ਹੈ ਕਾਫੀ ਲੋਕਾਂ ਨੇ ਕਹਿੰਦੇ ਜੀ ਸਮਾਧੀ ਕਿਵੇਂ ਬਣੇਗੀ ਮੈਂ ਕਿਹਾ ਜੀ ਬਣ ਜਾਏਗੀ ਬਣ ਜਾਏਗੀ ਫਿਰ ਜੀ 25 ਤਰੀਕ ਆ ਗਈ 26 ਤਰੀਕ ਆ ਗਈ ਤੇ ਫਿਰ ਇੱਕ ਬੰਦਾ ਨਾ ਮੇਰੇ ਕੋਲ ਆਇਆ ਸ਼ਾਮ ਨੂੰ ਹੈਪੀ ਜੀ ਰਾਮੂ ਵਾਲੀਆ ਸਾਹਿਬ ਬੰਦਾ ਆ ਗਿਆ ਨਾ ਮੈਨੂੰ ਕਹਿੰਦਾ ਬਾਬਾ ਜੀ ਮੈਂ ਗੱਲ ਕਵਾਂ ਤੁਹਾਨੂੰ ਕਿਉਂਕਿ ਅਸੀਂ ਕਾਰਡ ਕਾਰਡ ਬਣਵਾਤੇ ਵੀ 10 ਤਰੀਕ ਨੂੰ ਓਪਨਿੰਗ ਹੋਣੀ ਹੈ ਕਹਿੰਦਾ ਆਏ ਕਰੋ ਕਾਰਡ ਨਾ ਵੰਡੇ ਹੌਸਲਾ ਬਹੁਤ ਵਧਾਉਂਦੇ ਲੋਕ ਆਹ ਕਮਾਲ ਹੀ ਕਰਦੀ ਵੀ ਜੇ ਜਾਗਦੇ ਹੋਣੇ ਜਾਗਦੇ ਹੋਏ ਬੰਦੇ ਨੇ ਸੋਣਾ ਹੋਵੇ ਨਾ ਤੇ ਤੁਰੇ ਜਾਂਦੇ ਨੇ ਬਹਿਣਾ ਹੋਵੇ ਤਾਂ ਜਾਗ ਦੀਆਂ ਗੱਲਾਂ ਸੁਣਾ ਮੈਂ ਵੈਸੇ ਤਾਂ ਵੇਖ ਲਓ ਤੁਸੀਂ ਔਰ ਪਿਆਰੀ ਸਾਹ ਸੰਗਤ ਹੁਣ ਜਦੋਂ ਹੋਇਆ ਅੱਜ ਫੇਰ ਆਇਆ ਸੀ ਪਰ ਮੈਂ ਦੱਸਣਾ ਸੀ ਕੌਣ ਹੈ ਅੱਜ ਮੇਰੇ ਕੋਲ ਆ ਕੇ ਕਹਿੰਦਾ ਬਾਬਾ ਜੀ ਕਮਾਲ ਹੀ ਕਰੀ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਕਮਾਲ ਹੀ ਕਰਦੀ ਤੂੰ ਤਾਂ ਫਤਿਹ ਕਰਦਾ ਕੰਮ ਮੈਂ ਕਹਿੰਦਾ ਵੇਖ ਰਿਹਾ ਕਹਿੰਦਾ ਵੇਖਣਾ ਛੱਡੋ ਮੈਂ ਤਾਂ 20 ਨੂੰ ਦੱਸ ਕੇ ਬਾਬੇ ਦਾ ਕਮਾਲ ਕਰ ਉਹ ਮੈਂ ਕਿਹਾ ਭਰਾਵਾ ਹੁਣ ਤੂੰ ਬਹਿ ਜਾ ਮੇਰੇ ਕੋਲ ਬਹਿ ਗਿਆ ਮੈਂ ਕਿਹਾ ਇਹਦੇ ਵਿੱਚ ਮੇਰਾ ਕੁਛ ਨਹੀਂ
ਸੱਚ ਮੈਂ ਤੁਹਾਨੂੰ ਦੱਸ ਰਿਹਾ ਇਹ ਚ ਨਾ ਮੇਰੀ ਕੋਈ ਕਮਾਲ ਹੈ, ਨਾ ਮੇਰਾ ਕੋਈ ਉਦਮ ਹੈ, ਨਾ ਮੇਰਾ ਕੋਈ ਪਰਿਸ਼ਰਮ ਹੈ। ਇਹ ਸਭ ਕੁਝ ਬਾਬਾ ਜੀ ਆਪ ਹੀ ਕਰਾਈ ਜਾਂਦੇ ਨੇ, ਆਪ ਹੀ ਸੰਕਲਪ ਕਰਦੇ ਨੇ, ਆਪ ਹੀ ਉਹਨੂੰ ਪੂਰਨ ਕਰਦੇ ਨੇ, ਆਪ ਹੀ ਕੰਮ ਚਲਾਉਂਦੇ ਨੇ, ਆਪ ਹੀ ਉਹਨੂੰ ਸਿਰੇ ਸੱਚ ਕਹਿੰਦੇ ਕਹਿ ਲੈਣਾ। ਮੈਂ ਝੂਠ ਨਹੀਂ ਕਹਿ ਰਿਹਾ, ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਤੁਸੀਂ ਫਿਰ ਬਾਅਦ ਚ ਕਹਿਣਾ ਬਾਬਾ ਜੀ ਆਏ ਨਹੀਂ। ਪਰ ਕਦੇ ਕਦੇ ਨਾ ਮੈਨੂੰ ਵੀ ਹੈਰਾਨੀ ਹੋ ਜਾਂਦੀ ਵੀ ਇਹ ਕਿਵੇਂ ਹੋ ਗਿਆ। ਛੇ ਤਰੀਕ, ਸੱਤ ਤਰੀਕ, ਪੰਜ ਤਰੀਕ ਹੁਸ਼ਿਆਰਪੁਰ ਕਥਾ ਚੱਲ ਰਹੀ ਸੀ, ਅਸੀਂ ਬਰਨਾਲੇ ਆਉਣਾ ਸੀ ਇੱਕ ਸਮਾਗਮ, ਇੱਥੇ ਕਥਾ ਚੱਲਦੀ ਹੈ ਭਾਗਵਤ ਕਥਾ, ਉੱਥੇ ਆਉਣਾ ਸੀ। ਤੋਂ ਅਸੀਂ ਹੁਸ਼ਿਆਰਪੁਰ ਤੋਂ ਚੱਲੇ 6:15, ਠੀਕ ਹੈ ਜੀ। ਹੁਸ਼ਿਆਰਪੁਰ ਦੀ, ਹੁਸ਼ਿਆਰਪੁਰ ਡਿਸਟ੍ਰਿਕਟ 'ਚ ਗੁਰਮੁਖ ਟਾਂਡੇ ਦੇ ਕੋਲ ਇੱਕ ਪਿੰਡ ਹੈ, ਉੱਥੇ ਕਥਾ ਚੱਲ ਰਹੀ ਸੀ। 6:15 'ਤੇ ਚੱਲੇ ਅਤੇ ਇੱਥੇ ਰਾਈਟ 9 ਪਹੁੰਚਣਾ ਸੀ। ਉਹਨਾਂ ਦੀ ਟਾਈਮਿੰਗ ਬੜੀ ਫਿਕਸ ਸੀ ਵੀ 9 to 10 ਤੁਹਾਡਾ ਸਮਾਂ ਹੈ, ਅਤੇ ਉਹਨਾਂ ਦੇ ਕਾਰਡ 'ਚ ਵੀ ਨਾ ਮਾੜਾ ਜਿਹਾ ਗੱਲਬਾਤ ਮੇਰੇ ਨਾਲ ਕੀਤੀ ਅਤੇ ਐਡਵਾਂਸ ਕਾਰਡ 'ਚ ਨਾ ਦੇ ਤੋ ਮੈਨੂੰ ਆਜ ਤੱਕ ਲੋਨੀ ਦੇ ਚੇਅਰਮੈਨ ਦੀਪਕ ਸੋਨੀ ਦਾ ਫੋਨ ਆਇਆ, ਮੈਨੂੰ ਕਹਿੰਦੇ ਸਵਾਮੀ ਜੀ ਕਿੰਨੇ ਕੁ ਵਜੇ ਪਹੁੰਚੋਗੇ, ਮੈਨੂੰ ਲਾਈਵ ਲੋਕੇਸ਼ਨ ਭੇਜਿਓ। ਮੈਂ ਭੇਜਤੀ, ਮੈਨੂੰ ਉਹ ਚੈੱਕ ਚੁੱਕ ਨਹੀਂ ਕਰਨੀ ਉਹਦੀ ਲਾਈਵ ਲੋਕੇਸ਼ਨ ਕਿਹੜੀ ਹੈ, ਉਹਦੇ ਕਿਵੇਂ ਚੈੱਕ ਹੋਈ। ਮੈਂ ਭੇਜਤੀ ਅਤੇ ਮੈਨੂੰ ਅੱਧੇ ਘੰਟੇ ਬਾਅਦ ਫੋਨ ਆਇਆ, ਮੈਨੂੰ ਕਹਿੰਦਾ ਸਵਾਮੀ ਜੀ ਤੁਸੀਂ ਤਾਂ 10 ਤੱਕ ਪਹੁੰਚੋਗੇ। ਅੱਛਾ ਫਿਰ ਮੈਂ ਵੀ ਨੈੱਟ 'ਤੇ ਚੈੱਕ ਕੀਤਾ, ਮੈਂ ਕਿਹਾ ਵੀ 10 ਤਾਂ ਵੱਧ ਜਾਣੇ, 9:50 ਦਾ ਸਮਾਂ ਦੱਸੀ ਜਾਂਦੇ। ਅਸੀਂ ਜਲੰਧਰ ਰਹਿੰਦੇ ਹਾਂ, ਜਲੰਧਰ ਤੋਂ ਬਾਹਰ ਆਇਆ ਅਤੇ ਮੇਰਾ ਡਰਾਈਵਰ ਜਿਹੜਾ ਉਹਨੂੰ ਗੱਡੀ ਚਲਾ, ਉਹਨੂੰ ਇੱਕ ਸੇਵਕ ਆਇਆ ਸੀ, ਉਹ ਗੱਡੀ ਚਲਾ ਰਿਹਾ ਸੀ। ਮੈਂ ਉਹਨੂੰ ਕਿਹਾ ਵੀ ਆ ਜਾ ਪਾਸੇ ਬਹਿ ਜਾ। ਪਿਆਰੀ ਸੰਗਤ, 7:00 ਲਗਭਗ 28-29 'ਤੇ ਉੱਥੋਂ ਮੈਂ ਗੱਡੀ ਜਿਹੜੀ ਸੀ ਫੜੀ, ਠੀਕ ਹੈ ਜੀ। ਉਦੋਂ ਗੱਡੀ ਫੜੀ ਅਤੇ ਬਹਿ ਗਿਆ ਅਤੇ ਬਾਬਾ ਜੀ ਨੇ ਕਿਹਾ ਮਹਾਰਾਜ ਉਹ ਮੇਰਾ ਕੁਝ ਨਹੀਂ ਗਰੀਬ ਦਾ ਹੈ, ਕੁਝ ਨਹੀਂ ਗਰੀਬ ਦਾ ਮੇਰਾ ਤੁਰ ਜੀ ਗਰੀਬ ਦਾ ਜਾਨਾ,
ਕਰਕੇ ਵੇਖਿਓ ਸੱਚ ਕਹਿੰਦਾ ਡੁੱਬੇ ਵੇਲੇ ਵੀ ਬੰਨੇ ਲਾ ਦਿੰਦੇ ਨੇ ਮਹਾਂਪੁਰਸ਼ ਕਿਹੜੇ ਵੇਲੇ ਸਾਇੰਸ ਵਾਲਿਆਂ ਨੂੰ ਪੁੱਛ ਕੇ ਵੇਖਿਓ ਕਿਸੇ ਸਾਇੰਟਿਸਟ ਨੂੰ ਪੁੱਛ ਕੇ ਮਹਾਰਾਜ ਬੇੜਾ ਜਿਹੜਾ ਦੁੱਬ ਜੇ ਪਾਰ ਲੱਗ ਜਾਂਦਾ ਪਾਗਲ ਹੋਇਆ ਉਹ ਦਿਮਾਗ ਹਿਲਿਆ ਤੇਰਾ ਡੁੱਬ ਹੀ ਗਿਆ ਬੰਨੇ ਕੀ ਲੱਗਣਾ ਪਰ ਮਹਾਂਪੁਰਸ਼ਾਂ ਤਾਕਤ ਡੁੱਬੇ ਵੇੜੇ ਬੰਨੇ ਲਾ ਦਿੰਦੇ ਮੈਂ ਬਹਿ ਗਿਆ ਉਸ ਤੇ ਰੱਖਦੇ ਮੈਂ ਕਿਹਾ ਮਹਾਰਾਜ ਮਰਜ਼ੀ ਦੌੜਦੀ ਹੈ ਹਰੀਸ਼ ਜੀ ਪੁੱਛਿਆ ਦੇਖੋ ਜਾ ਕੇ ਵਧਾਉਣ ਤੋਂ ਵੀ ਸਾਡੇ ਪਿਆਰੇ ਆਏ ਬੈਠੇ ਨੇ ਪਰ ਪਿਆਰੇ ਸਾਰੇ ਤੇ ਇੱਧਰ ਮੀਟਿੰਗ ਸ਼ੁਰੂ ਹੋ ਗਈ ਸਾਰਿਆਂ ਨੇ ਮੀਟਿੰਗ ਰੱਖ ਲਈ ਤੇ ਕਾਫੀ ਬੰਦੇ ਵੀ ਹੁਣ ਸਵਾਮੀ ਜੀ ਤਾਂ ਆ ਨਹੀਂ ਰਹੇ ਲੇਟ ਹੋ ਜਾਣਗੇ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਅਟੈਂਡੈਂਸ ਉਹ ਕਿਵੇਂ ਦੇਣੀ ਹੈ ਅਸੀਂ ਸਟੇਜ ਤੇ ਹੋਏ ਉਹ ਜਿੰਨੇ ਲੋਕ ਸੀ ਸਭ ਮੈਨੂੰ ਸਭ ਕਹਿੰਦੇ ਸਵਾਮੀ ਜੀ ਦਾ ਚਮਤਕਾਰ ਹੀ ਹੋ ਗਿਆ ਚਮਤਕਾਰ ਮੈਂ ਕਿਹਾ ਭਰਾਵਾ ਕੋਈ ਚਮਤਕਾਰ ਨਹੀਂ ਹਨੂੰਮਾਨ ਉੱਡਿਆ ਸੀ ਸਮੁੰਦਰ ਦੇ ਉੱਤੋਂ ਹਨੂੰਮਾਨ ਜੀ ਨੇ ਰਾਮ ਨਾਮ ਕਿਹਾ ਸੀ ਤੇ ਰਾਮ ਜੀ ਆਪ ਹੀ ਲੈ ਗਏ ਮੈਂ ਕਿਹਾ ਅੱਜ ਸਟੇਰਿੰਗ ਤੇ ਮੈਂ ਬੈਠਾ ਸੀ ਤੇ ਗੱਡੀ ਮੇਰੇ ਗੁਰੂ ਨੇ ਚਲਾਈ ਜ਼ਿੰਦਗੀ ਦੇ ਵਿੱਚ ਇੱਕ ਮਜਬੂਰੀ ਬਣ ਜਾਂਦੀ ਕਰਨਾ ਹੀ ਪੈਣਾ ਪਰ ਉਸ ਸਮੇਂ ਦੇ ਵਿੱਚ ਉਸ ਟਾਈਮ ਦੇ ਵਿੱਚ ਜਦੋਂ ਆਪਾਂ ਵੈਸੇ ਸਤਿਗੁਰ ਨੂੰ ਕਹਿ ਦਿੰਦੇ ਸੱਚੇ ਪਾਤਸ਼ਾਹ ਔਖੀ ਘੜੀ ਨਾ ਵੇਖਣ ਦੇ ਆਪਣਾ ਬਿਰਦ ਸੰਭਾਲਣਾ ਕਿਰਪਾ ਗੁਰੂ ਮਹਾਰਾਜ ਔਖੀ ਘੜੀ ਨਾ ਦੇਖਣ ਦੇ ਰਹਿਮ ਕਰ ਤੇ ਦਇਆ ਪਰ ਅਸੀਂ ਔਖੀ ਘੜੀ ਕਿਉਂ ਵੇਖਣ ਹੀ ਨਹੀਂ ਦਿੰਦਾ ਕਿਉਂ ਨਹੀਂ ਵੇਖਣ ਦਿੰਦਾ ਉਦੋਂ ਨਹੀਂ ਵੇਖਣ ਦਿੰਦਾ ਜਦੋਂ ਅਸੀਂ ਉਹਦੇ ਨਾਲ ਪ੍ਰੀਤ ਲਾ ਕੇ ਬੈਠੇ ਜਦੋਂ ਅਸੀਂ ਉਹਦੇ ਨਾਲ ਲਗਨ ਲਾ ਕੇ ਬੈਠੇ ਹਾਂ ਫਿਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਉਹ ਆਪ ਹੱਲ ਕਰ ਦਿੰਦਾ ਭਗਤ ਰਵਿਦਾਸ ਜੀ ਸੰਤੋਸ਼ ਵਿੱਚ ਬੈਠੇ ਨੇ ਝੌਂਪੜੀ ਵਿੱਚ ਬੈਠੇ ਨੇ ਪ੍ਰੀਤ ਲਾਈ ਹੋਈ ਤੇ ਇੱਕ ਸਾਧੂ ਆਇਆ ਅੱਜ ਰੱਬ ਪ੍ਰੀਖਿਆ ਲੈਣ ਆਇਆ ਕਹਿੰਦੇ ਨੇ ਪਰਮਾਤਮਾ ਸਾਧੂ ਦੇ ਭੇਸ ਵਿੱਚ ਆਇਆ ਪ੍ਰੀਖਿਆ ਲੈਣ ਆ ਕੇ ਉਸ ਝੌਂਪੜੀ ਵਿੱਚ ਬੈਠੇ ਹੋਏ ਇੱਕ ਸਾਧੂ ਨੂੰ ਆ ਕੇ ਕਹਿੰਦਾ ਇਹ ਉਹ ਸਾਧੂ ਹੈ ਜਿਹੜਾ ਕਹਿੰਦਾ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਤੇ ਉਹ ਸਾਧੂ ਹੈ ਜਿਹੜਾ ਸੰਸਾਰ ਨੂੰ ਕਹਿੰਦਾ ਫਿਰਦਾ ਹੈ ਕਿ ਦੁਨੀਆਂ ਵਾਲਿਓ ਰੱਬ ਨੂੰ ਕਹੋ ਬਹੁਤ ਜਨਮ ਵਿਚਰੇ ਤੇ ਮਾਰ ਦੋ ਇਹ ਜਨਮ ਤੁਮਾਰੇ ਲੇਖੇ ਜਾਗਰਤ ਅਵਸਥਾ ਜਿਹੜਾ ਕਿਉਂਕਿ ਸੁਪਨਾ ਅਵਸਥਾ ਸੁਸ਼ੁਪਤਾ ਅਵਸਥਾ ਤੇ ਤੁਰਿਆ ਅਵਸਥਾ ਪਰ ਪਿਆਰੀ ਸੰਗਤ ਇਹ ਜਾਗਰਤ ਅਵਸਥਾ ਉਹ ਅਵਸਥਾ ਹੈ ਜਿਸ ਵਿੱਚ ਇੱਕ ਸਿਮਰਨ ਕਰਨ ਵਾਲਾ ਜਾਗਿਆ ਹੋਇਆ ਬੰਦਗੀ ਕਰਨ ਵਾਲਾ ਜਾਗਿਆ ਹੋਇਆ ਰੱਬ ਪ੍ਰੀਖਿਆ ਲੈਣ ਆਇਆ ਔਰ ਆਏ ਝੌਂਪੜੀ ਦੇ ਬਾਹਰ ਖੜਾ ਰੱਬ ਸਾਧੂ ਦੇ ਭੇਸ ਵਿੱਚ ਕਹਿੰਦਾ ਭਗਤ ਰਵਿਦਾਸ ਤੁਹਾਡਾ ਨਾਮ ਹੈ ਹਾਂ ਮਹਾਰਾਜ ਭਗਤ ਜੀ ਨੇ ਆਸਣ ਦੇ ਦਿੱਤਾ ਰੱਬ ਬਹਿ ਗਿਆ ਸਾਧੂ ਦੇ ਭੇਸ ਵਿੱਚ ਬੈਠੇ ਕਹਿੰਦੇ ਬੜੀ ਗਰੀਬੀ ਹੈ ਕਹਿੰਦੇ ਅੱਛਾ ਮਹਾਰਾਜ ਸੁਣਿਓ ਧਿਆਨ ਨਾਲ ਕਹਿੰਦੇ ਬੜੀ ਗਰੀਬੀ ਹੈ ਤੇ ਸਿਮਰਨ ਕਰਨ ਵਾਲਾ ਕਹਿੰਦਾ ਅੱਛਾ ਮਹਾਰਾਜ ਤੇ ਸਾਧੂ ਭੇਸ ਵਿੱਚ ਰੱਬ ਕਹਿੰਦਾ ਵੀ ਤੈਨੂੰ ਗਰੀਬੀ ਦਿੰਦੀ ਨੀ ਕਹਿੰਦਾ ਮਹਾਰਾਜ ਜਿਹਨੇ ਦਿੱਤੀ ਹੈ ਉਹ ਦੇਖੇ ਮੈਂ ਦੇਖ ਕੇ ਕੀ ਲੈਣਾ ਆਖੋ ਸਤਨਾਮ ਸਮਝ ਆਉਂਦੀ ਹੈ ਗੱਲ ਕਿ ਜਿਹਨੇ ਗਰੀਬੀ ਦਿੱਤੀ ਹੈ ਮਹਾਰਾਜ ਉਹ ਦੇਖੇ ਮੈਂ ਗਰੀਬੀ ਦੇਖ ਕੇ ਕੀ ਲੈਣਾ ਹੈ ਹੁਣ ਅੱਜ ਕੱਲ੍ਹ ਦੇਖ ਲਓ ਮਹਾਰਾਜ ਜੇ ਕਿਸੇ ਕੋਲ ਚਾਰ ਪੈਸੇ ਘੱਟ ਆਉਣ ਆਪਾਂ ਸੋਚਦੇ ਹਾਂ ਮੈਂ ਇਹ ਨਹੀਂ ਕਹਿੰਦਾ ਤੁਹਾਡੀ ਕੋਈ ਅਰਦਾਸ ਮਾੜੀ ਹੈ ਪਰ ਇਹ ਦੱਸਣਾ ਚਾਹੁੰਦਾ ਹੈ ਕਿ ਹਰ ਕੋਈ ਉਹ ਕੰਮ ਨਹੀਂ ਕਰ ਸਕਦਾ ਜਿਹੜੇ ਸਾਧੂਆਂ ਨੇ ਕੀਤੇ ਸਾਡੇ ਚ ਇੰਨਾ ਬਲ ਨਹੀਂ ਹੈ ਤਾਕਤ ਨਹੀਂ ਹੈ ਅਸੀਂ ਪੈਸਾ ਖਰਚ ਕੇ ਦੁਨੀਆਂ ਦੀ ਯਾਤਰਾ ਕਰ ਸਕਦੇ ਹਾਂ ਅੱਜ ਕੱਲ੍ਹ ਇੱਕ ਅੰਗਰੇਜ਼ੀ ਦਾ ਨਾਮ ਹੈ ਵਰਲਡ ਟੂਰ ਕਿ ਸਾਰਾ ਸੰਸਾਰ ਬੜੇ ਲੋਕ ਘੁੰਮ ਰਹੇ ਨੇ ਕਿਉਂਕਿ ਰੱਬ ਨੇ ਬੜੀ ਕਿਰਪਾ ਕੀਤੀ ਉਹਨਾਂ ਨੂੰ ਬੜੀ ਪੂੰਜੀ ਦਿੱਤੀ ਹੈ ਬੜਾ ਪੈਸਾ ਦਿੱਤਾ ਹੈ ਉਹ ਵਰਲਡ ਟੂਰ ਕਰ ਰਹੇ ਨੇ ਤੇ ਉਹ ਮਹਾਂਪੁਰਸ਼ ਨੇ ਜਿਹੜੇ ਇੱਕ ਥਾਂ ਬੈਠੇ ਤੇ ਇੱਕੋ ਹੀ ਥਾਂ ਰਹੇ ਜਿਹੜੇ ਨਾ ਕਿਸੇ ਟੂਰ ਤੇ ਗਏ ਤੇ ਨਾ ਕਿਸੇ ਵਰਲਡ ਟੂਰ ਤੇ ਗਏ ਜਿੱਥੇ ਬੈਠੇ ਉੱਥੇ ਹੀ ਰਹੇ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਜਿਹਨਾਂ ਕੋਲ ਚੱਲ ਕੇ ਆਪ ਆਉਂਦੇ ਸੀ ਪਿਆਰੀ ਸੰਗਤ ਮੈਂ ਸਿਰਫ ਦੱਸਣਾ ਇਹ ਚਾਹੁੰਦਾ ਹੈ ਕਿ ਜਿਹੜੇ ਸਾਧੂ ਜਿਹੜੇ ਸਤਪੁਰਸ਼ ਜਿਹੜੇ ਮਹਾਂਪੁਰਸ਼ ਕੋਲ ਪਿਆਰੀ ਸਾਧ ਸੰਗਤ ਮੈਂ ਫੇਰ ਕਹਾਂ ਪਿਛਲੇ ਦਿਵਾਨਾਂ ਵਿੱਚ ਵੀ ਮੈਂ ਕਈ ਵਾਰ ਇਹ ਗੱਲਾਂ ਕਹੀਆਂ ਨੇ ਕਿ ਇਹ ਸਥਾਨ ਇਹ ਜਗ੍ਹਾ ਜਿੱਥੇ ਆ ਕੇ ਅਸੀਂ ਸੇਵਾ ਕਰ ਰਹੇ ਹਾਂ ਪਿਆਰੀ ਸਾਧ ਸੰਗਤ ਇਹ ਸਭ ਇਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਦਾ ਪ੍ਰਤਾਪ ਹੈ ਸੱਚ ਕਹਿੰਦੇ ਇਸ ਮਿੱਟੀ ਤੇ ਆ ਕੇ ਬੜੇ ਲੋਕ ਐਸੇ ਨੇ ਮੈਂ ਤੁਹਾਨੂੰ ਲਿਸਟ ਬਣਾਉਣ ਲੱਗ ਜਾਵਾਂਗਾ ਜੀ ਮੈਂ ਬਾਹਰ ਖੜਾ ਸੀ ਜਦੋਂ ਸਮਾਧੀ ਦੀ ਸੇਵਾ ਚੱਲ ਰਹੀ ਹੈ ਤੇ ਦੋ ਬੰਦੇ ਮੇਰੇ ਕੋਲ ਆਏ ਗੱਲਾਂ ਕਰਨ ਲੱਗੇ ਬਾਬਾ ਜੀ ਆਇਓ ਕਿਰਪਾ ਕਰਿਓ ਸਾਡੇ ਘਰੇ ਪਾਠ ਚੱਲ ਰਿਹਾ
ਤੇ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰਨ ਲੱਗਿਆ ਮੈਂ ਕਿਹਾ ਜੀ ਤੁਸੀਂ ਮੈਂ ਜਾਣਦਾ ਨਹੀਂ ਕਿਉਂਕਿ ਮੈਂ ਇੱਥੇ ਪਿੰਡਾਂ 'ਚ ਘੁੰਮਦਾ ਨਹੀਂ ਮੈਨੂੰ ਲੋਕਾਂ ਨਾਲ ਥੋੜ੍ਹੀ ਇੰਟੀਮੇਸੀ ਘੱਟ ਹੈ ਅਤੇ ਮੈਨੂੰ ਬਾਏ ਫੇਸ ਵੀ ਥੋੜ੍ਹੀ ਪਹਿਚਾਣ ਹੈਗੀ ਆ ਨੇਮ ਵਾਈਜ਼ ਤਾਂ ਮੈਨੂੰ ਕਿਸੇ ਦੀ ਵੀ ਲੱਗ ਪੈ ਪਹਿਚਾਣ ਨਹੀਂ ਅਤੇ ਮੈਂ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਜੀ ਕਿਵੇਂ ਲੱਗ ਰਿਹਾ ਮੈਨੂੰ ਕਹਿੰਦੇ ਮੈਨੂੰ ਉਹਨੇ ਸਿੱਧੀ ਸਿੱਧੀ ਗੱਲ ਕੀ ਕਹਿੰਦਾ ਬਾਬਾ ਤੂੰ ਤਾਂ ਉਹ ਆ ਗਿਆ ਇੱਥੇ ਵੀ ਸਾਡੇ ਘਰ ਜਿਹਨਾਂ ਨਾਲ ਸਿੱਧੀ ਜੀ ਗੱਲ ਕੀ ਕਹਿੰਦਾ ਟੁੱਟੀਆਂ ਧੌਣਾਂ ਜੋੜਦੀਆਂ ਮੈਨੂੰ ਸਮਝ ਨਹੀਂ ਆਈ ਮੈਂ ਕਿਹਾ ਮਹਾਰਾਜ ਮਤਲਬ ਮੈਂ ਸਮਝਿਆ ਨਹੀਂ ਕਿਵੇਂ ਕਹਿ ਰਹੇ ਹੋ ਕਹਿੰਦੇ ਬਾਬਾ ਸਾਡੇ ਤਾਂ ਬੇੜੇ ਹੀ ਬੰਨੇ ਬਾਣ ਲੱਗ ਗਿਆ ਸਾਰੇ ਪਿਆਰੀ ਸੰਗਤ ਜਦੋਂ ਮੈਂ ਉਦੋਂ ਗੱਲ ਸੁਣੀ ਨਾ ਤੇ ਫਿਰ ਮੈਨੂੰ ਲੱਗਿਆ ਮੈਂ ਕਿਹਾ ਮਹਾਂਪੁਰਸ਼ਾਂ ਨੇ ਸਾਡੇ ਬਾਬਾ ਜੀ ਮਹਾਰਾਜ ਨੇ ਜਿਹੜੀਆਂ ਗੱਲਾਂ ਕਹੀਆਂ ਕਿ ਪੁੱਤ ਇਸ ਧਰਤੀ ਜਿਹੜੀ ਹੈ ਭਾਗਾਂ ਵਾਲੀ ਇਸ ਧਰਤੀ ਦੇ ਉੱਤੇ ਪਰਮਾਤਮਾ ਆਇਆ ਸੱਚ ਕਹਿੰਦਾ ਮਹਾਂਪੁਰਸ਼ਾਂ ਨੇ ਵਚਨ ਕੀਤੇ ਸੀ ਕਿ ਇਸ ਧਰਤੀ ਤੇ ਤਪ ਹੋਇਆ ਹੁਣੇ ਨਾ ਤੁਸੀਂ ਜਾਣਦੇ ਹੋ ਤੇ ਨਾ ਮੈਂ ਜਾਣਦਾ ਉਹ ਮਹਾਂਪੁਰਸ਼ਾਂ ਦੇ ਆਗੇ ਨੇ ਗਿਆ ਸੀ ਇਸ ਧਰਤੀ ਤੇ ਤਪ ਹੋਇਆ ਇਸ ਧਰਤੀ ਤੇ ਕਿਸੇ ਸਮੇਂ ਦੇ ਵਿੱਚ ਪਰਮਾਤਮਾ ਦੇਵਤੇ ਆਪ ਆਏ ਨੇ ਹੁਣ ਇਸ ਗੱਲ ਨੂੰ ਸਮਝਣਾ ਆਪਾਂ ਸਾਰਿਆਂ ਲਈ ਕਿੰਨਾ ਮੁਸ਼ਕਲ ਕੰਮ ਹੈ ਪਰ ਅੱਜ ਪਤਾ ਹੈ ਜਦੋਂ ਆ ਕੇ ਇਸ ਧਰਤੀ ਤੇ ਕੋਈ ਬਹਿੰਦਾ ਜੇ ਉਹਨੂੰ ਜਰਾ ਜਿਹਾ ਵੀ ਚੈਨ ਮਿਲ ਰਿਹਾ ਤੇ ਸਮਝ ਆਉਂਦੀ ਹੈ ਵੀ ਕੁਝ ਨਾ ਕੁਝ ਗੱਲ ਜਿਹੜੀ ਮਹਾਂਪੁਰਸ਼ਾਂ ਨੇ ਕਹੀ ਉਹ ਜਮਾਂ ਸੱਚ ਹੈ ਇਸ ਧਰਤੀ ਤੇ ਆਏ ਹੋਏ ਦੇਵ ਦੇਵਤੇ ਆਏ ਨੇ ਤਪ ਹੋਇਆ ਜਿਸ ਦੀ ਵਜ੍ਹਾ ਨਾਲ ਸਾਨੂੰ ਫਲ ਮਿਲ ਸਾਡੇ 'ਚ ਦਇਆ ਹੁੰਦੀ ਹੈ ਭਗਤ ਰਵਿਦਾਸ ਜੀ ਉਹਨਾਂ ਨੇ ਕਿਹਾ ਕਹਿੰਦਾ ਤੂੰ ਗਰੀਬੀ ਦਿੰਦੀ ਨਹੀਂ ਕਹਿੰਦਾ ਮੈਂ ਕਿਵੇਂ ਵੇਖ ਕੇ ਲੈਣਾ ਜੀ ਜਿਹਨੇ ਦਿੱਤੀ ਹੈ ਉਹ ਦੇਖੇ ਤੇ ਸਾਧੂ ਕਹਿੰਦੇ ਦਿੱਤੀ ਤਾਂ ਰੱਬ ਦੀ ਹੈ ਪਰ ਹੈ ਤਾਂ ਤੇਰੀ ਹੈ ਕਹਿੰਦੇ ਮਹਾਰਾਜ ਇਹ ਜਿਹੜਾ ਮੰਨੇ ਉਹਦੀ ਹੈ ਆਪਾਂ ਮੰਨਦੇ ਹੀ ਨਹੀਂ ਵੀ ਗਰੀਬੀ ਸਤਨਾਮ ਜਿਹਦਾ ਮਹਾਰਾਜ ਜਿਹੜਾ ਮੰਨੇ ਉਹਦੀ ਹੈ ਜੇ ਆਪਾਂ ਮੰਨਦੇ ਹੀ ਨਹੀਂ ਗਰੀਬੀ ਮੇਰੀ ਹੈ ਸੰਤ ਹੱਸ ਕੇ ਕਹਿੰਦੇ ਐਂ ਕਰ ਮੈਂ ਤਾਂ ਯਾਤਰਾ ਤੇ ਚੱਲਣਾ ਵੀ ਆਹ ਤੈਨੂੰ ਇੱਕ ਪਾਰਸ ਦੀ ਵੱਟੀ ਹੈ ਕਹਿੰਦੇ ਮਹਾਰਾਜ ਰੱਖ ਦਿਓ ਕਹਿੰਦੇ ਨਹੀਂ ਨਹੀਂ ਇਹ ਆਏ ਰੱਖਣ ਵਾਲੀ ਨਹੀਂ ਹੁੰਦੀ ਇਹ ਸਾਂਭਣ ਵਾਲੀ ਹੁੰਦੀ ਹੈ ਹੁਣ ਸੁਣਿਓ ਧਿਆਨ ਨਾਲ ਭਗਤ ਇੱਕ ਸਿਮਰਨ ਕਰਨ ਵਾਲਾ ਸਾਧੂ ਕਹਿੰਦਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਮਹਾਤਮਾ ਜੀ ਤੁਹਾਡਾ ਸਵਾਗਤ ਹੈ ਮੇਰੇ ਕੋਲੇ ਪਰ ਮੇਰੇ ਚ ਇੱਕ ਬਹੁਤ ਵੱਡੀ ਕਮੀ ਹੈ ਧਿਆਨ ਨਾਲ ਸੁਣੋ ਮੇਰੇ ਚ ਇੱਕ ਬਹੁਤ ਵੱਡੀ ਕਮੀ ਹੈ ਕਿ ਸਾਧੂ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਇੱਕੋ ਹੀ ਕੰਮ ਕਰਨਾ ਨਹੀਂ ਆਉਂਦਾ ਕਹਿੰਦੇ ਕੀ ਨਹੀਂ ਆਉਂਦਾ ਕਹਿੰਦੇ ਜੀ ਮੈਨੂੰ ਸਮਾਨ ਸਾਂਭਣਾ ਹੈ ਜੀ ਜਵਾਬ ਦੇਣਾ ਪੈਣਾ ਮੈਨੂੰ ਸਮਾਨ ਸਾਂਭਣਾ ਹਾਂਜੀ ਭੈਣੋ ਕੀ ਕਿਹਾ ਸਾਧੂ ਨੇ ਮੈਨੂੰ ਸਮਾਨ ਸਾਂਭਣਾ ਸਮਝ ਆ ਗਈ ਕੀ ਕਿਹਾ ਕਿ ਸਮਾਨ ਸਾਂਭਣਾ ਤੇ ਆਪਾਂ ਨੂੰ ਇੱਕੋ ਹੀ ਕੰਮ ਕਰਨਾ ਆਪਾਂ ਨੂੰ ਇੱਕੋ ਹੀ ਕੰਮ ਚਾਹੇ ਉਹ ਦੇਵਤਾ ਤੇ ਭਾਵੇਂ ਉਹ ਦੇਵੀ ਹੈ ਉਹਨੂੰ ਇੱਕੋ ਹੀ ਕੰਮ ਆਉਂਦਾ ਕੀ ਕੰਮ ਆਪਾਂ ਨੂੰ ਸਾਂਭਣਾ ਵੀ ਸਮਾਨ ਨਹੀਂ ਆਉਂਦਾ ਆਪਾਂ ਨੂੰ ਧਿਆਨ ਵੀ ਸਮਾਨ ਦਾ ਹੀ ਹੈ ਆਪਾਂ ਨੂੰ ਚਿੰਤਾ ਵੀ ਸਮਾਨ ਦੀ ਹੋਈ ਹੈ ਆਪਣੀ ਪਲੈਨਿੰਗ ਵੀ ਸਮਾਨ ਦੀ ਹੋਈ ਹੈ ਪਿਆਰੀ ਸਾਧ ਸੰਗਤ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹੋਰ ਛੱਡੋ ਜਨਮ ਤੋਂ ਲੈ ਕੇ ਮੌਤ ਤੱਕ ਬੰਦਾ ਮਰਿਆ ਪਿਆ ਤੇ ਨਾਲ ਦੇ ਕਰੀ ਜਾਂਦੇ ਹੈ ਬਣਾ ਦੀ ਅਰਥੀ ਕਿ ਨਹੀਂ ਨਾਲ ਵਾਲੇ ਕਹਿੰਦੇ ਹਾਂ ਬਣ ਆ ਟੇਢਾ ਲਾ ਤਾ ਬਾਂਸ ਜਾ ਇਹਨੂੰ ਸਿੱਧਾ ਲਾਓ ਹੁਣ ਪਿਆਰੀ ਸੰਗਤ ਉੱਥੋਂ ਚੱਕਿਆ ਚੱਕਣ ਵਾਲੇ ਕਹਿੰਦੇ ਸਹੀ ਨਹੀਂ ਬਣਾਈ ਚੜ੍ਹਦੀ ਹੈ ਜਦੋਂ ਸ਼ਮਸ਼ਾਨ ਲੈ ਕੇ ਗਏ ਉੱਥੇ ਕਰੀ ਜਾਂਦੇ ਉਹ ਘੜਾ ਕਿੱਥੇ ਹੈ ਇੱਕ ਕਰੀ ਜਾਂਦਾ ਕਹਿੰਦਾ ਲੱਕੜਾ ਕਿੱਥੇ ਹੈ ਦੂਜਾ ਕਹਿੰਦਾ ਚੱਜ ਦੀਆਂ ਲੈਣੀ ਤੇ ਚਿੰਤਾ ਕਰ ਰਹੀ ਹੈ ਇੱਕ ਹੋਰ ਬਹੁਤ ਸਿਆਣਾ ਸੀ ਕਹਿੰਦਾ ਸੁੱਕੀਆਂ ਸੁੱਕੀਆਂ ਲਿਆਈ ਟਾਈਮ ਥੋੜਾ ਹੈ ਪਿਆਰੀ ਸਾਧ ਸੰਗਤ ਸਾਰੀ ਜ਼ਿੰਦਗੀ ਇਨਸਾਨ ਸਮਾਨ ਦਾ ਧਿਆਨ ਰੱਖਦਾ ਹੈ ਜਨਮ ਤੋਂ ਮਰਨ ਤੱਕ ਇੱਕੋ ਹੀ ਚੀਜ਼ ਵੱਲ ਧਿਆਨ ਹੈ ਕਿਹਦੇ ਵੱਲ ਧਿਆਨ ਹੈ ਪਿਆਰੀ ਸਾਧ ਸੰਗਤ ਬੁਰਾ ਨਹੀਂ ਤੁਸੀਂ ਸਮਾਨ ਦਾ ਧਿਆਨ ਕਰੋ ਲੇਕਿਨ ਕਦੇ ਕਦੇ ਤਾਂ ਵਿਰਤੀ ਬਦਲਣੀ ਚਾਹੀਦੀ ਹੈ ਔਰ ਕਿਹਾ ਕਰੋ ਰੱਬਾ ਗਰੀਬ ਦੇਵੀ ਮਾਲਕਾ ਗਰੀਬ ਦੇਵੀ ਮਾਲਕਾ ਤੇਰੇ ਦਰਸ਼ਨ ਕਰਨੇ ਦਰਸ਼ਨ ਕਰਨੇ
اور مل تو جائے بھگوان ہر کسی کو پر پتہ نہیں کیوں بندوں سے انتظار نہیں یہی اوکھا ہے ہوں بیٹھے ایک سادھو بھگت روی دس جی سادھو بیٹھے نے اور کہتے بھائی مینوں سامان سامنا نہیں آتا تو بھگوان لگیا کہ چنگا تین دس دینا یہ جی پارس کی وٹی ہے نا کہ لوہے نو لائے گا تو لوہا کی بن جائے گا جی اچھا کی نوکری چاہیے اندر تو لڈو فٹی جانے بابا جی کر دے بابا کہتے لوہا سوہا بڑا دینی ہے ٹھیک ہے مراب بڑے الجھنے ہوں دنیا کے دگنے کرتے ہیں پتا ادو لگتا جہے سی وہ بھی لے گیا دگنے کتوں پر مہاپرش کہتے بھائی یہ لوہے کو سونا بنا دینی ہے رکھ کے پارس کی وٹی چلے چھ مہینے بعد چھ مہینے بعد آئے ویکیا اہی بندہ اہی چونپڑی اہی مورت اہی روپ تے اہی لگن تے اہی سند تے اہی مکھ دے وچ رام رام سمرن چل جائے رام 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 نہ من بدلیا نہ بندہ بدلیا نہ کپڑے بدلے نہ اُہدی چونپڑی بدلی نہ غریبی بدلی اُہی سب کچھ ایز اٹ از ہے لیکن ایں لگ رہا بھی یہ لگن ود گئی ہے یہ من بہت اگے چلا گیا ہے تے پہلا یہ میرے نال گلاں کرتا سی ہوں آنند وچ ہے رام رام انہوں بھگت رام دیو جی کہتے ہیں کہ ہاتھ پاؤں کر کام سب چیت نرنجن سنسار نہیں مہاراج ادھر ویکھنا جڑی پاسے نظر گھما رہے ہیں سر کوئی پیاری ساتھ سنگت بھروسہ ضروری ہے بھجن ضروری ہے ست سنگت ہے جی ہاں بھروسہ ضروری ہے بھجن ضروری ہے ست سنگت ضروری ہے اس تو بنا بیڑا بنے نہیں لگنا پیاری سنگت سنسار تا سانو چھڈیا ہے گا مریادا دے نال اپنی منزل تک پر اگے جڑا ننگر کے جانا ہے نا وہ یا تا ست سنگت نے نگاونا ہے یا سمرن نے نگاونا ہے یا بھروسے نے نگاونا ہے بیڑے بننے ਉਹਦੇ ਹੀ ਲੱਗਣੇ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਗੁਰੂ ਸਿਮਰਨ ਨਾਲ ਸਤ ਸੰਗਤ ਨਾਲ ਜੋੜ ਕੇ ਰੱਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੋ ਪਿਆਰੀ ਸਾਧ ਸੰਗਤ ਬਸ ਪੰਜ ਚਾਰ ਮਿੰਟ ਹੋਰ ਲਾਉਣੇ ਨੇ ਜੀ ਸਮਾਪਤੀ ਕਰਨ ਲੱਗੇ ਕਿਉਂਕਿ ਮੈਂ ਵੇਖਿਆ ਸਮਾਂ ਬਹੁਤ ਹੋ ਗਿਆ 9:30 ਆਖੋ ਸਤਨਾਮ ਸ੍ਰੀ ਵਾਹਿਗੁਰੂ ਤੋ ਕੀ ਹੋਇਆ ਕਿ ਸੰਤ ਮਹਾਂਪੁਰਸ਼ ਕਹਿੰਦੇ ਉਹ ਤੈਨੂੰ ਮੈਂ ਪਾਰਸ ਦੀ ਵੱਟੀ ਦੇ ਗਿਆ ਸੀ ਕਹਿੰਦੇ ਮਹਾਰਾਜ ਉੱਥੇ ਪਈ ਹੋਏਗੀ ਜਿੱਥੇ ਤੁਸੀਂ ਰੱਖੀ ਸੀ ਕਹਿੰਦੇ ਤੂੰ ਵੇਖੀ ਨੀ ਹੁਣ ਸੋਚੋ ਛੇ ਮਹੀਨੇ ਹੋ ਗਏ ਜਿਹਦੇ ਕੋਲੇ ਪਾਰਸ ਦੀ ਅੱਛਾ ਸੋਚੋ ਇੱਕ ਥੋੜਾ ਜਿਹਾ ਸੋਚ ਕੇ ਵੇਖੋ ਜੇ ਪਾਰਸ ਦੀ ਵੱਟੀ ਤੋਂ ਭਗਤ ਗੁਰੂ ਰਵਿਦਾਸ ਜੀ ਕੰਮ ਲੈ ਲੈਂਦੇ ਕੀ ਕੁਛ ਘੱਟ ਜਾਣਾ ਸੀ ਪਾਰਸ ਦੀ ਵੱਟੀ ਹੁਣ ਦਾਜ ਜੀ ਕਿਸੇ ਰਹਿਣਾ ਉਹਦੇ ਚ ਘਾਟਾ ਤੱਕ ਪੈਣਾ ਜੀ ਕਹਿੰਦਾ ਤੂੰ ਵੇਖੀ ਵੀ ਨੀ ਕਹਿੰਦਾ ਨਾ ਮਹਾਰਾਜ ਮੈਨੂੰ ਨੀ ਪਤਾ ਕਿੱਥੇ ਰੱਖੀ ਹੈ ਉਹ ਕਹਿੰਦਾ ਤੂੰ ਵੇਖ ਦੁਕਾਨ ਨੀ ਤੂੰ ਸਾਫ਼ ਕਰਦਾ ਕਹਿੰਦਾ ਮਹਾਰਾਜ ਜਿੰਨੀ ਕੁ ਲੋੜ ਹੁੰਦੀ ਹੈ ਓਨਾ ਕੁ ਕਰ ਲਿਆ ਅੱਛਾ ਵੇਖਿਆ ਉੱਠੀ ਪਈ ਹੈ ਉਹਨੂੰ ਚੱਕਿਆ ਚੱਕ ਕੇ ਕਹਿੰਦੇ ਉਹ ਭਗਤ ਜੀ ਇਹ ਪਾਰਸ ਮੱਟੀ ਹੈ ਜਿਹੜੀ ਤੈਨੂੰ ਅਮੀਰ ਬਣਾ ਦਿੰਦੀ ਭਗਤ ਰਵਿਦਾਸ ਨੇ ਨਾ ਆਪਣੇ ਸੰਦ ਰੱਖ ਦਿੱਤੇ ਇੱਕ ਸਿਮਰਨ ਕਰਨ ਵਾਲੇ ਨੇ ਸੰਦ ਰੱਖ ਦਿੱਤੇ ਹੱਥ ਜੋੜ ਕੇ ਕਹਿਣ ਲੱਗੇ ਕਹਿੰਦੇ ਮਹਾਤਮਾ ਜੀ ਹੁਣ ਸੁਣਿਓ ਫਿਰ ਧਿਆਨ ਦਿਓ ਸਾਧੂ ਨੇ ਕਿਹਾ ਉਹ ਵੱਟੀ ਹੈ ਜਿਹਨੇ ਤੈਨੂੰ ਅਮੀਰ ਕਰ ਦੇਣਾ ਸੀ ਉਹ ਤੂੰ ਕੰਮ ਨਹੀਂ ਲਿਆ ਤੇ ਸਾਧੂ ਹੱਥ ਜੋੜ ਕੇ ਇੱਕ ਭਗਤ ਹੱਥ ਜੋੜ ਕੇ ਕਹਿਣ ਲੱਗਾ ਰੋ ਕੇ ਕਹਿਣ ਲੱਗਾ ਕਹਿੰਦਾ ਮਹਾਰਾਜ ਮਹਾਤਮਾ ਜੀ ਕੋਈ ਐਸੀ ਵੱਟੀ ਦੇ ਦਿਓ ਜਿਹੜੀ ਮੈਨੂੰ ਫਕੀਰ ਬਣਾ ਦੇਵੇ ਮੈਂ ਅਮੀਰ ਨਹੀਂ ਬਣਨਾ ਚਾਹੁੰਦਾ ਉਹ ਫਕੀਰ ਬਣਾ ਦੇਵੇ ਉਹ ਤੜਪ ਪੈਦਾ ਕਰੇ ਜਿਹਨੂੰ ਬਾਬਾ ਸ਼ੇਖ ਫਰੀਦ ਕਹਿੰਦੇ ਕਾਗਾ ਕਰਕੇ ਡੰਡੋਲਿਆ ਸਗੜਾ ਖਾਇਆ ਮਾਸ ਇਹ ਦੋ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ ਮੈਨੂੰ ਉਹ ਦੇ ਦਿਓ ਵੱਟੀ ਜਦੋਂ ਇਹ ਗੱਲ ਕਹੀ ਤੇ ਗੱਲ ਕਹਿੰਦੇ ਨੇ ਆਪਾਂ ਸਾਖੀ ਸੁਣਦੇ ਹਾਂ ਪਰਮਾਤਮਾ ਪ੍ਰਗਟ ਹੋਇਆ ਉਹ ਰੱਬ ਪ੍ਰਗਟ ਹੋ ਕੇ ਕਹਿਣ ਲੱਗਿਆ ਕਹਿੰਦੇ ਭਗਤਾ ਤੇਰੀ ਪ੍ਰੀਖਿਆ ਲੈਣ ਮੈਂ ਆਇਆ ਸੀ ਤੇ ਫਿਰ ਭਗਤ ਕਹਿੰਦਾ ਮਹਾਰਾਜ ਹੁਣ ਇਹ ਵੀ ਦੱਸ ਦਿਓ ਪਾਸ ਹੋਇਆ ਕਿ ਫੇਲ ਹੋਇਆ ਭਗਵਾਨ ਕਹਿੰਦੇ ਇੰਨਾ ਪਾਸ ਹੋ ਗਿਆ ਹੁਣ ਇਹ ਦੱਸ ਹੁਣ ਕੀ ਚਾਹੀਦਾ ਕੌਣ ਕਹਿ ਰਿਹਾ ਪਰਮਾਤਮਾ ਕਹਿ ਰਿਹਾ ਕੀ ਕਹਿ ਰਿਹਾ
ਕਿ ਤੈਨੂੰ ਹੁਣ ਕੀ ਚਾਹੀਦਾ ਹੈ ਤੇ ਭਗਤ ਰਵਿਦਾਸ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਕੀ ਤੈਨੂੰ ਆਪਣਾ ਬਣਾਇਆ ਜਾ ਸਕਦਾ ਕਿ ਤੁਸੀਂ ਮੇਰੇ ਬਣ ਸਕਦੇ ਭਗਵਾਨ ਕਹਿੰਦੇ ਮੈਂ ਤੇਰਾ ਹੀ ਹੋ ਕੇ ਤੈਨੂੰ ਕਹਿ ਰਿਹਾ ਤੈਨੂੰ ਕੀ ਚਾਹੀਦਾ ਹੈ ਕਹਿੰਦਾ ਮਹਾਰਾਜ ਫਿਰ ਤੇਰੇ ਤੋਂ ਤੇਰਾ ਕੁਝ ਨਹੀਂ ਚਾਹੀਦਾ ਬਸ ਤੇਰੇ ਤੋਂ ਤੂੰ ਚਾਹੀਦਾ ਪਿਆਰੀ ਸਾਧ ਸੰਗਤ ਇਹ ਸਿਮਰਨ ਕਰਨ ਵਾਲੇ ਉਹ ਲੋਕ ਨੇ ਬੰਦਗੀ ਕਰਨ ਵਾਲੇ ਆਤਮਰਸੀ ਉਹ ਨੇ ਜਿਹਨਾਂ ਦੀ ਨਾ ਤਾਂ ਵਿਰਤੀ ਖਿੰਡਦੀ ਹੈ ਨਾ ਵਿਚਾਰ ਖਿੰਡਦੇ ਨੇ ਨਾ ਮਾਨਸਿਕਤਾ ਖਿੰਡਦੀ ਹੈ ਨਾ ਸੰਕਲਪਾਂ ਵਿੱਚ ਕੁਝ ਹੋਰ ਹੁੰਦਾ ਹੈ ਉਹਨਾਂ ਦੇ ਸੰਕਲਪ ਵਿੱਚ ਉਹਨਾਂ ਦੀ ਦ੍ਰਿਸ਼ਟੀ ਵਿੱਚ ਉਹਨਾਂ ਦੇ ਸ਼ਰਵਣ ਵਿੱਚ ਉਹਨਾਂ ਦੇ ਵਿਚਾਰਾਂ ਵਿੱਚ ਸਿਰਫ ਇੱਕੋ ਹੀ ਚੀਜ਼ ਹੈ ਰਾਮ 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 ਸਿਮਰਨ ਚੱਲਦਾ ਹੈ ਇਸ ਤੋਂ ਇਲਾਵਾ ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਲੋਕ ਵਿਸ਼ੇਸ਼ ਨੇ ਉਹ ਵੱਖਰੇ ਨੇ ਉਹ ਆਤਮ ਰਸ ਦੇ ਰਸੀਏ ਨੇ ਕਿ ਆਤਮ ਰਸ ਜਿੰਦ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਪਿਆਰੀ ਸਾਧ ਸੰਗਤ ਆਓ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਦਾਤੇ ਨੂੰ ਕਿ ਦਾਤਾ ਸਾਡੇ ਤੇ ਵੀ ਕਿਰਪਾ ਕਰੋ ਤੁਸੀਂ ਤਾਂ ਬੋਲਦੇ ਹੀ ਬਹੁਤ ਮੈਂ ਕਿਹਾ ਆਪਾਂ ਭਗਤੇ ਨਾ ਲੈ ਚੱਲੀਏ ਇਹਨਾਂ ਨੂੰ ਸਾਰਿਆਂ ਨੂੰ ਬੋਲੀ ਵਧੀਆ ਜਾਂਦੇ ਆ ਅਭਿਆਸ ਵਧੀਆ ਹੋ ਜਾਂਦਾ ਇਸ ਤੋਂ ਬਾਅਦ ਭਗਤੇ ਦੀਵਾਨ ਹੈ ਪੰਜ ਦਿਨਾਂ ਦੇ 15 ਤਰੀਕ ਤੋਂ 20 ਤਰੀਕ ਤੱਕ ਤੇ ਮੈਂ ਕਹਿੰਦਾ ਚੀਮੇ ਵਾਲਿਆਂ ਨੂੰ ਆ ਜਗਜੀਤਪੁਰੇ ਵਾਲਿਆਂ ਨੂੰ ਸਾਰਿਆਂ ਨੂੰ ਲੈ ਚੱਲਦੇ ਹਾਂ ਬੋਲਣ ਵਧੀਆ ਰੱਖਿਆ ਕਿਉਂਕਿ ਉੱਥੇ ਜਾ ਕੇ ਮੈਨੂੰ ਤੁਹਾਨੂੰ ਸਿਖਾਉਣਾ ਪੈਣਾ ਇਹ ਸਿੱਖੇ ਸਿਖਾਏ ਤੇ ਗੁਰੂ ਕਿਰਪਾ ਕਰੇ ਪਿਆਰੇ ਸੰਗਤ ਆਹੀਂ ਡੁੱਬੇ ਰਹੋ ਔਰ ਬੜੇ ਨੰਦ ਨਾਲ ਤੇਰੀ ਓ ਕਰ ਕਰ ਤੇ ਮੈਂ ਰੁਲਾ ਤੇ
ਰਾਜੇ ਪਰੀਕਸ਼ਿਤ ਨੂੰ ਰੱਬ
ਕੋਈ ਗੱਲ ਤੇ ਮਿਲਿਆ ਸੀ ਉਹਦੇ ਗੁਰੂ ਨੇ ਸੁਦੇਵ ਜੀ ਨੇ ਸਾਧੂ ਨੇ ਕਿਹਾ ਸੀ ਜਦੋਂ ਤੱਕ ਸੰਗਤ ਚ ਬੈਠਾ ਹੈ ਸਤ ਸੰਗਤ ਵਿੱਚ ਬੈਠਾ ਹੈ ਉਦੋਂ ਤੱਕ ਇੱਕੋ ਹੀ ਕੰਮ ਕਰਨਾ ਕਿ ਤੇਰੀ ਅੱਖ ਜਿੱਧਰ ਤੋਂ ਜਾਵੇ ਹਨ ਤੈਨੂੰ ਭਗਵਾਨ ਕ੍ਰਿਸ਼ਨ ਤੋਂ ਬਿਨਾਂ ਹੋਰ ਕੁਝ ਨਾ ਦਿਖਾਈ ਦੇ ਜਦੋਂ ਤੱਕ ਕਿਤੇ ਬੈਠਾ ਸੰਗਤ ਚ ਬੈਠਾ ਹੈ ਪਿਆਰੀ ਸੰਗਤ ਉਸ ਪਰੀਕਸ਼ਣ ਨੇ ਜਦੋਂ ਇਹ ਗੱਲ ਪੱਲੇ ਨਾਲ ਬੰਨੀ ਤੇ ਸਿਰਫ ਇਹੀ ਇੱਕ ਗੱਲ ਸੀ ਜਿਹਨੇ ਉਹਦੀ ਜ਼ਿੰਦਗੀ ਦਾ ਹੱਲ ਕਰ ਦਿੱਤਾ ਤੇ ਆਪਣਾ ਗੁਰੂ ਦਿਖਾਈ ਦੇ ਭਗਤ ਜੀ ਕੇ ਸਾਰੀ ਜ਼ਿੰਦਗੀ ਕਰੀ ਜਾਈਏ ਨਾ ਤਾਂ ਵੀ ਜ਼ਿੰਦਗੀ ਥੋੜ੍ਹੀ ਹੋਣੀ ਹੋਣੀ ਛੇਤੀ 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 ਪਰ ਤੁਸੀਂ ਸੋਚੋ ਜਿਹੜਾ ਭਾਈ ਮਰਦਾਨਾ ਜੀ ਬਾਬੇ ਨਾਨਕ ਨਾਲ ਰਹੇ ਤੇ ਕੀ ਭਾਈ ਮਰਦਾਨਾ ਜੀ ਨੂੰ ਐਂ ਲੱਗਿਆ ਹੋਏਗਾ ਵੀ ਜ਼ਿੰਦਗੀ ਯਾਰ ਬਹੁਤ ਲੰਬੀ ਸੀ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਮਹਾਰਾਜ ਜ਼ਿੰਦਗੀ ਵਾਲਾ ਜਿਹੜਾ ਸਮਾਂ ਸੀ ਐਵੇਂ ਹੀ ਲੰਘ ਗਿਆ ਜਦੋਂ ਆਪਾਂ ਸਿਮਰਨ ਦੀ ਗੱਲ ਸਾਧੂ ਦੀ ਗੱਲ ਸਾਧੂ ਦੇ ਸੰਗ ਵਿੱਚ ਰਹਿ ਕੇ ਰੰਗ ਦੀ ਗੱਲ ਕਰਦੇ ਹਾਂ ਕਿਉਂਕਿ ਇਹ ਜਿਹੜੀ ਸਤਸੰਗਤ ਹੈ ਨਾ ਪਿਆਰੀ ਸੰਗਤ ਇਹ ਸੰਸਾਰ ਦੀ ਚਰਚਾ ਵਾਲਾ ਸਥਾਨ ਨਹੀਂ ਹੈ ਅੱਜ ਕੱਲ੍ਹ ਹੋਣ ਲੱਗ ਗਈ ਸੰਸਾਰ ਦੀ ਬਹੁਤ ਚਰਚਾ ਸਤਸੰਗਤ ਧਰਮ ਵਾਲੀ ਜਗ੍ਹਾ ਸਾਡੇ ਬਾਬਾ ਜੀ ਕਹਿੰਦੇ ਹੁੰਦੇ ਸੀ ਮੈਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਬਹੁਤ ਇੱਕੋ ਹੀ ਗੱਲ ਦਾ ਧਿਆਨ ਰੱਖੀ ਕਿ ਜਦੋਂ ਤੂੰ ਬੈਠਾ ਹੋਵੇ ਧਰਮ ਦੀ ਜਗ੍ਹਾ ਤੇ ਕਰੋ ਕਿਸੇ ਨਾਲ ਨਫ਼ਰਤ ਦੀ ਗੱਲ ਨਹੀਂ ਕਰੀ ਉਦੋਂ ਐਸੀ ਗੱਲ ਨਾ ਕਰੀ ਜਿਹਦੇ ਨਾਲ ਕੋਈ ਵਿਵਾਦ ਪਵੇ ਐਸੀ ਗੱਲ ਨਾ ਕਰੀ ਕਿ ਤੇਰੇ ਸਾਹਮਣੇ ਬੈਠੇ ਹੱਸਣ ਤੇ ਜਿਹੜੇ ਤੈਨੂੰ ਸੁਣਨ ਉਹਨਾਂ ਨੂੰ ਤੇਰੇ ਤੋਂ ਨਫ਼ਰਤ ਹੋਵੇ ਐਸੀ ਗੱਲ ਨਾ ਕਰੀ ਜਿਹੜੇ ਕਿਸੇ ਧਰਮ ਦੇ ਲੋਕ ਨੂੰ ਚੁੱਭ ਜਾਵੇ ਕਿਉਂਕਿ ਜੇ ਤੂੰ ਗੁਰੂ ਵਾਲਾ ਹੈ ਜੇ ਤੂੰ ਗੁਰਬਾਣੀ ਪੜ੍ਹਨ ਵਾਲਾ ਵੀ ਹੈ ਨਾ ਤਾਂ ਗੁਰਬਾਣੀ ਵੀ ਇਹ ਕਹਿੰਦੀ ਹੈ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਗੁਰਦੁਆਰੇ ਜਾਂਦਾ ਹੈ ਮੰਦਿਰ ਜਾਂਦਾ ਹੈ ਕੋਈ ਗਊਸ਼ਾਲਾ ਜਾਂਦਾ ਹੈ ਕੋਈ ਧਰਮ ਦੁਆਰੇ ਸਾਧੂ ਮਹਾਤਮਾ ਸਿਰਫ ਇੱਕ ਅੰਸਰ ਵੀ ਆਹ ਕੰਮ ਵਾਸਤੇ ਜਾਂਦਾ ਵੀ ਆਹ ਬਾਕੀ ਠੀਕ ਹੈ ਸਭ ਕੁਛ ਲੇਕਿਨ ਆਹ ਚਾਹੀਦਾ ਜੀ ਜ਼ਰੂਰੀ ਆਹ ਚਾਹੀਦਾ ਹੋਰ ਕੋਈ ਦੇਖੋ ਸਾਰਾ ਕੁਛ ਕਰਨ ਦੇ ਨਾਲ ਨਾਲ ਸਾਨੂੰ ਇੱਕ ਚੀਜ਼ ਬੜੀ ਲਾਜ਼ਮੀ ਚਾਹੀਦੀ ਹੈ ਜਿਹੜੀ ਤੁਸੀਂ ਵੀ ਕਹੋਗੇ ਹਾਂ ਬਾਬਾ ਜੀ ਇਹ ਗੱਲ ਤਾਂ ਬੜੀ ਲਾਜ਼ਮੀ ਚਾਹੀਦੀ ਹੈ ਉਹ ਲਾਜ਼ਮੀ ਚੀਜ਼ ਦਾ ਨਾਮ ਹੈ ਕਿ ਮਨ ਦੇ ਵਿੱਚ ਅਪਾਰ ਸ਼ਾਂਤੀ ਬਣੀ ਰਹੀ ਹੈ ਕਿਸੇ ਕਿਸਮ ਦੀ ਕੋਈ ਬੇਚੈਨੀ
ਜਦੋਂ ਸਿਰ ਝੁਕਾਈਏ ਤੇ ਮਨ ਵਿੱਚ ਆਨੰਦ ਹੋਵੇ, ਜਦੋਂ ਸਿਰ ਉਠਾਈਏ ਤੇ ਮਨ ਵਿੱਚ ਆਨੰਦ ਹੋਵੇ, ਜਦੋਂ ਦੁਕਾਨ ਖੋਲੀਏ ਤੇ ਮਨ ਵਿੱਚ ਆਨੰਦ ਹੋਵੇ, ਜਦੋਂ ਦੁਕਾਨ ਵਧਾਈਏ ਤੇ ਮਨ ਵਿੱਚ ਆਨੰਦ ਹੋਵੇ। ਇਹ ਸਤਸੰਗ ਵਾਲੀ ਜਗ੍ਹਾ ਜਿਹੜੀ ਹੈ ਨਾ ਗੁਰੂ ਪਿਆਰੀ ਸਾਹਿਬ ਸੰਗਤ, ਇਹ ਆਨੰਦ ਵਾਲੀ ਜਗ੍ਹਾ ਹੈ। ਔਰ ਆਨੰਦ ਸਿਰਫ ਉਦੋਂ ਆਉਂਦਾ ਜਦੋਂ ਮਨ ਵਿੱਚ ਹੋਰ ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਔਰ ਤੁਹਾਡਾ ਜੇ ਜੀ ਲੱਗਿਆ, ਜੇ ਤੁਸੀਂ ਸੁਣ ਰਹੇ ਹੋ, ਜੇ ਤੁਹਾਡਾ ਮਨ ਲੱਗਿਆ ਤੇ ਉਹਦੇ ਪਿੱਛੇ ਕਾਰਨ ਇੱਕੋ ਹੀ ਹੈ ਕਿ ਮਹਾਂਪੁਰਸ਼ਾਂ ਦੀ ਰਹਿਬਰਾਂ ਦੀ ਉਹ ਦਇਆ, ਉਹ ਮਾਰਗ ਦਰਸ਼ਨ ਕਿ ਧਰਮ ਸਥਾਨ ਤੇ ਬਹਿ ਕੇ ਜੱਗ ਦੀ ਗੱਲ ਨਹੀਂ। ਸਤਸੰਗਤ ਵਿੱਚ ਬੈਠੇ ਆਦਮੀ ਦੀ ਜਦੋਂ ਦ੍ਰਿਸ਼ਟੀ ਸਾਫ਼ ਹੋ ਜਾਏ, ਜਦੋਂ ਵਿਚਾਰ ਸਾਫ਼ ਹੋ ਜਾਂਦਾ ਜੀ, ਸਮਝ ਲਿਓ ਜਿੱਥੇ ਬੈਠੇ ਹੋ ਰੱਬ ਉੱਥੇ ਹੀ ਮਿਲ ਜਾਣਾ। ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਭਾਈ ਲਾਲੋ ਜੀ ਦੇ ਘਰ ਗੁਰੂ ਨਾਨਕ ਜਾਂਦੇ ਨੇ। ਭਾਈ ਲਾਲੋ ਕਿੱਥੇ ਬੈਠਾ? ਹਾਂਜੀ, ਨਨਕਾਣਾ ਸਾਹਿਬ ਸਾਬੋ ਕੀ ਤਲਵੰਡੀ ਕਿੱਥੇ ਬੈਠਾ? ਆਪਣੇ ਘਰ ਵਿੱਚ ਬੈਠਾ, ਐਮਨਾਬਾਦ ਦੀ ਧਰਤੀ ਤੇ ਬੈਠਾ, ਜਿਹਨੂੰ ਸੈਜਪੁਰ ਵੀ ਕਹਿੰਦੇ ਸਨ, ਉੱਥੇ ਬੈਠੇ। ਤੇ ਝੌਂਪੜੀ ਉਹਦੀ ਆਪਦੀ ਹੈ, ਉਹਦੇ ਬਜ਼ੁਰਗਾਂ ਦੀ ਬਣਾਈ ਹੋਈ ਹੈ, ਉਹ ਕੱਚਾ ਮਕਾਨ ਹੈ, ਉਹਦੇ ਵਿੱਚ ਬੈਠਾ ਹੈ। ਤੇ ਉਹਦੇ ਵਿੱਚ ਬੈਠਾ ਹੋਇਆ ਆਪਣੇ ਮਾਲਕ ਨੂੰ ਉਡੀਕਦਾ। ਪਿਲੜੀ ਕਿੱਥੇ ਬੈਠੀ ਹੈ? ਝੌਂਪੜੀ। ਉਹ ਝੌਂਪੜੀ 'ਚ ਬੈਠੀ ਜਿਹੜੀ ਗੁਰੂ ਨੇ ਦਿੱਤੀ ਹੈ, ਉਸ ਝੌਂਪੜੀ ਵਿੱਚ ਬੈਠੀ ਹੈ। ਰਾਮ ਉਹਦੇ ਕੋਲੇ ਜਾਂਦੇ ਨੇ, ਅੱਜ ਗੁਰੂ ਨਾਨਕ ਚੱਲ ਕੇ ਉੱਧਰ ਜਾਂਦੇ ਨੇ। ਕਿੱਧਰ ਜਾਂਦੇ ਨੇ? ਜਿੱਥੇ ਇੱਕ ਗੁਰੂ ਦਾ ਪਿਆਰਾ ਬੈਠਾ ਤੇ ਉਹਨੂੰ ਯਾਦ ਕਰਦਾ, ਮਹਾਰਾਜ ਕੋਈ ਸਮਾਂ ਆਏਗਾ ਤੇਰੇ ਦਰਸ਼ਨ। ਆਓ ਰਲ ਮਿਲ ਕੇ ਇੱਕ ਇੱਕ ਚੀਜ਼ ਗਾਈਏ ਛੋਟੀ। ਕਰ ਮੇਰੇ ਜੀ ਮੈਂ ਸਦ ਕੇ ਜਾਵਾਂ ਉਸ ਵੇਲੇ, ਜੀ ਮੈਂ ਉਸ ਵੇਲੇ ਸਤਿਗੁਰ ਤੈਨੂੰ ਯਾਦ
ਸੋਣ ਲਗੇ ਆ ਮੰਗ ਮੈਂ ਮੰਗਾ ਹੋਵਣ ਮੇਲੇ ਜੀ ਮੈਂ ਸਦ ਕੇ ਜਾ ਉਸ ਤੁਸੀਂ ਐਂ ਕਰੋ ਮਹੀਨੇ ਕੁ ਦਾ ਸਤਸੰਗ ਰੱਖੋ, ਮੈਂ ਇੰਨਾ ਅਭਿਆਸ ਕਰਾ ਲੈਣਾ ਤੁਹਾਨੂੰ ਮਹੀਨੇ ਬਾਅਦ ਹੀ ਕਹਿਣ ਲੱਗ ਜਾਣਾ ਕਥਾ ਤਾਂ ਆਪਾਂ ਹੀ ਕਰ ਲਾਂਗੇ। ਪਹਿਲੀ ਸੰਗਤ ਪਹਿਲਾਂ ਮਹਾਂਪੁਰਸ਼ ਸੱਤ ਪੁਰਸ਼ ਜਿਹੜੇ ਸੀ ਉਹ ਲੰਬੇ ਲੰਬੇ ਸਤਸੰਗ ਰੱਖਦੇ ਹੁੰਦੇ, ਚਮਾਸੇ ਰੱਖਣੇ। ਪਰ ਕਿਉਂ ਰੱਖਣੇ ਮਹਾਰਾਜ? ਰੋਜ਼ ਅਭਿਆਸ ਹੋਣਾ, ਰੋਜ਼ ਸਿਮਰਨ ਦਾ ਅਭਿਆਸ ਹੋਣਾ। ਉਹ ਸਿਮਰਨ ਦੇ ਅਭਿਆਸ ਨੇ ਅੰਦਰ ਖੇੜਾ ਪੈਦਾ ਕਰਨਾ, ਅੰਦਰ ਖੁਸ਼ੀਆਂ ਪੈਦਾ ਕਰਨਾ। ਆਪਾਂ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਮਦਰ ਕਰੀਏ। ਇਹ ਹੋਰ ਕੁਛ ਨਹੀਂ ਹੈ ਪਿਆਰੀ ਸੰਗਤ, ਇਹ ਸਿਮਰਨ ਦੇ ਖੇੜੇ ਹੋਣ। ਝੌਂਪੜੀ 'ਚ ਬੈਠਾ, ਬਸ ਮੈਂ 5 ਮਿੰਟ ਲਾ ਕੇ ਬਰਾਬਰ ਕਰਦਾ, ਠੀਕ ਹੈ। ਮੈਂ ਕੱਲ ਵੀ ਗਿਆ ਸੀ, ਬਾਬਾ ਜੀ ਕਹਿੰਦੇ, ਮੈਨੂੰ ਕਹਿੰਦੇ ਪੁੱਤ ਜਿਹੜਾ ਨਸ਼ਾ ਹੈ ਨਾ ਸਾਧੂ, ਇਹ ਸੰਗਤ ਹੀ ਕਰਦੀ ਗਈ। ਸੱਚੀ ਕਹਿੰਦੀ ਬੜੇ ਮਹਾਂਪੁਰਸ਼ ਕਹਿੰਦੇ ਹੁੰਦੇ, ਕਹਿੰਦੇ ਪੁੱਤ ਸਾਧੂ 'ਚ ਆਪਣਾ ਕੋਈ ਨਸ਼ਾ ਨਹੀਂ, ਜਦੋਂ ਸੰਗਤ ਪਿਆਰ ਕਰਨ ਵਾਲੀ ਆ ਜਾਂਦੀ ਉਹਦਾ ਨਸ਼ਾ ਚੁੱਕਣਾ ਹੋਣਾ। ਹੁਣ ਤੁਸੀਂ ਸੋਚੋ, ਤੁਸੀਂ ਉੱਠ ਕੇ ਦੋ ਕੁਧਰ ਤੁਰ ਜਾਓ, ਤਿੰਨ ਕੁਧਰ ਚੁਰ ਜਾਓ, ਵਿਚਾਰੋ ਕੋਈ ਇਹੋ ਜਿਹਾ ਹੋ ਗਿਆ, ਫੜ ਕੇ ਫੋਨ ਕਰਵਾ। ਮੈਂ ਵੀ ਸੋਚਾਂ ਕਈ ਜਗ੍ਹਾ ਹੁੰਦਾ, ਕਈ ਜਗ੍ਹਾ ਅਸੀਂ ਜਾਂਦੇ ਹਾਂ ਇਹੋ ਜਿਹਾ ਐਕਸਪੀਰੀਅੰਸ ਹੋ ਜਾਂਦੇ ਆ। ਇੱਕ ਜਗ੍ਹਾ 'ਚ ਮੈਂ ਗਿਆ, ਇੱਕ ਜਗ੍ਹਾ ਦਿੱਲੀ 'ਚ ਸਤਸੰਗ ਹੋ ਰਿਹਾ ਸੀ ਨਾ, ਅਤੇ 20 ਮਿੰਟ ਸਤਸੰਗ ਮੈਂ ਕੀਤਾ 20 ਮਿੰਟ, ਅਤੇ ਥੋੜ੍ਹੀ ਠੰਡ ਦੇ ਟਾਈਮ ਸੀ, ਕੌਫੀ ਆ ਗਈ, ਅਤੇ ਕੌਫੀ ਦੇ ਨਾਲ ਨਾਲ ਗਰਮ ਗੁਲਾਬ ਜਾਮੁਨ ਆ ਗਏ। ਜਿਹੜੇ ਬੈਠੇ ਸੀ ਉਹ ਸਭ ਕੱਪ ਅਤੇ ਗੁਲਾਬ ਜਾਮੁਨ ਫੜੇ ਸੀ। ਹੁਣ ਮੈਂ ਜਾ ਕੇ ਮੈਂ ਦੱਸੋ ਮੇਰਾ ਕੀ ਕਸੂਰ ਹੈ? ਸਾਰੀ ਰਚਨਾ ਮੈਂ ਲਾਈ, ਇਹਨਾਂ ਨੂੰ ਸੁਣਾਈ ਮੈਂ ਜਾਂਦਾ, ਤੇ ਮੈਨੂੰ ਗੋਬੀ ਨੇ ਪੁੱਛਦੇ ਇਹਨਾਂ ਦਾ ਦੱਸ ਕੀ ਜ਼ੋਰ ਲੱਗੀ ਜਾਂਦਾ। ਜਿਹਨਾਂ ਨੂੰ ਰਸਗੁੱਲੇ ਖਵਾਏ ਜਾ ਰਹੇ ਨੇ, ਮੈਂ ਇੱਕ ਵਾਰੀ ਨਾ ਇੱਕ ਹੋਰ ਐਕਸਪੀਰੀਅੰਸ ਦੱਸਦਾ ਤੁਹਾਨੂੰ। ਤੁਹਾਡੇ ਤਾਂ ਨੇੜੇ ਪਿੰਡਾਂ 'ਚ ਮੈਂ ਗਿਆ ਇੱਕ ਵਾਰੀ, ਬੜੇ ਟਾਈਮ ਦੇ ਗਿਆ, ਅਤੇ ਮੈਂ ਸਤਸੰਗ ਕਰ ਰਿਹਾ ਸੀ। ਆਉਂਦਾ ਨਾ ਆਪਣੇ ਘਰਾਂ 'ਚ, ਆਪਾਂ ਇੱਥੇ ਸਤਸੰਗ ਹੋ ਰਿਹਾ, ਸਾਹਮਣੇ ਪੰਡਾਲ ਲੱਗਿਆ ਤਾਂ ਜਲੇਬੀਆਂ ਪਕੌੜੇ ਚਲੇ ਜਾਂਦੇ ਆ, ਹੈ। ਅਤੇ ਮੈਂ ਸਤਸੰਗ ਕਰ ਰਿਹਾ ਅਤੇ ਸਾਹਮਣੇ ਪੰਡਾਲ ਲੱਗਿਆ ਤਾਂ ਸੀ, ਮੈਨੂੰ ਤਾਂ ਪਤਾ ਨਹੀਂ ਸੀ ਵੀ ਇਹ ਜਲੇਬੀਆਂ ਪਕੌੜੇ ਦਾ ਪੰਡਾਲ। ਮੈਂ ਚੱਲ ਕਥਾ ਕਰਦਾ, ਪੰਡਾਲ 'ਚ ਪੰਡਾ ਬਾਹਰ ਆ ਗਿਆ, ਬਾਏ ਚਾਂਸ ਉਹ ਬਾਹਰ ਆਇਆ ਅਤੇ ਕਹਿੰਦਾ ਮਤਲਬ ਉਹਦੀ ਪਲੇਟ 'ਚ ਰਸਗੁੱਲਾ, ਅਤੇ ਉਹ ਜਿਵੇਂ ਬਾਹਰ ਆਇਆ ਉਹਨੇ ਚੱਕ ਕੇ ਫਟਾਫਟ ਮੂੰਹ 'ਚ ਪਾਇਆ। ਜਦੋਂ ਉਹ ਮੂੰਹ 'ਚ ਪਾਇਆ ਤਾਂ ਉਹਦਾ ਧਿਆਨ ਮੇਰੇ ਵੱਲ ਚਲਾ ਗਿਆ, ਉਹ ਮੇਰੇ ਵੱਲ ਵੇਖੇ ਤੇ ਮੈਂ ਕਦਾ ਕਰਦਾ ਕਰਦਾ ਉਹਦੇ ਵੱਲ ਵੇਖਣ ਲੱਗ ਗਿਆ। ਉਹਦੇ ਨੰਗੇ ਨਾ ਮੇਰੇ ਤੋਂ ਕਥਾ ਨਾ ਹੋਵੇ, ਕਦੇ ਕਦੇ ਇਹੋ ਜਿਹੀਆਂ ਕੰਡੀਸ਼ਨਾਂ ਬਣ ਜਾਂਦੀਆਂ। ਫਿਰ ਮੈਂ ਜਦੋਂ ਕਥਾ ਥੋੜ੍ਹੀ ਜਿਹੀ ਅੱਗੇ ਤੋਰੀ ਨਾ, ਤੇ ਮੂੰਹ 'ਚ ਉਹਦੇ ਰਸਗੁੱਲਾ ਘਲਾਉਂ, ਮੈਂ ਕਿਹਾ ਭਾਈ ਤੂੰ ਖਾ ਲਾ ਕੋਈ ਨੀ, ਹੰਗਾਰੇ ਨਾ ਤਾਂ ਲੈ ਲਾਂਗੇ। ਕਦੇ ਕਦੇ ਜ਼ਿੰਦਗੀ ਵਿੱਚ ਇਹੋ ਜਿਹੇ ਸਮੇਂ ਵੀ ਯਾਦ ਆਉਂਦੇ ਨੇ, ਇਹੋ ਜਿਹੇ ਦ੍ਰਿਸ਼ ਵੀ ਯਾਦ ਆ। ਹੁਣ ਤੁਸੀਂ ਮੈਂ ਫਿਰ ਕਹਾਂ ਸੰਗਤ ਜਿਹੜੀ ਹੈ ਇਹ ਸਾਧੂ ਦਾ ਨਸ਼ਾ ਹੈ, ਲੇਕਿਨ ਕਿਹੜੀ ਸੰਗਤ? ਪਿਆਰ ਕਰਨ ਵਾਲੀ ਸੰਗਤ। ਜਿਹੜੀ ਸੰਗਤ ਪਿਆਰ ਕਰਦੀ ਹੈ ਉਹ ਸਾਧੂ ਦਾ ਨਸ਼ਾ ਹੈ। ਔਰ ਭਾਈ ਲਾਲ ਨੂੰ ਬਸ ਵਿਸਾਖੀ ਨੂੰ ਸੰਖੇਪ ਵਿੱਚ ਕਹਿ ਕੇ ਵਿਰਾਮ ਦੇਵਾਂਗਾ। ਭਾਈ ਲਾਲ ਬੈਠਾ ਨੇ ਝੌਂਪੜੀ ਵਿੱਚ, ਜੋ ਉਡੀਕਾਂ ਕਰਦੇ ਨੇ, ਗੁਰੂ ਨਾਨਕ ਭਾਈ ਮਰਦਾਨੇ ਦੇ ਨਾਲ ਚੱਲਦੇ ਨੇ ਪਿੰਡ ਸੈਣਪੁਰ ਪਹੁੰਚ ਗਏ। ਜਦੋਂ ਸੈਣਪੁਰ ਗਏ ਕਹਿੰਦੇ ਮਰਦਾਨੇ ਨੂੰ ਆਪਾਂ ਚੱਲਣਾ, ਕਹਿੰਦੇ ਮਹਾਰਾਜ ਕਿਹਦੇ ਘਰੇ ਜਾਣਾ? ਸਤਿਗੁਰ ਕਹਿੰਦੇ ਪਤਾ ਨਹੀਂ। ਕਹਿੰਦੇ ਮਹਾਰਾਜ ਨਾਂ ਕੀ ਹੈ? ਕਹਿੰਦੇ ਇਹ ਵੀ ਨਹੀਂ ਪਤਾ।
ਭਾਈ ਮਰਦਾਨਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਨਾਂ ਨਹੀਂ ਪਤਾ, ਐਡਰੈਸ ਨਹੀਂ ਪਤਾ, ਬੰਦੇ ਦਾ ਨਹੀਂ ਪਤਾ, ਜਾਣਾ ਕਿਹਦੇ? ਸਤਿਗੁਰ ਕਹਿੰਦੇ ਮਰਦਾਨਿਆ ਪ੍ਰੇਮ ਦੀਆਂ ਤਰੰਗਾਂ ਆ ਰਹੀਆਂ, ਬਸ ਤਰੰਗਾਂ ਦੇ ਸਹਾਰੇ ਚੱਲਿਆ। ਆਖੋ ਸਤਨਾਮ। ਹੁਣ ਗੁਰੂ ਗ੍ਰੰਥ ਸਾਹਿਬ ਜੀ ਸੋਚ ਕੇ ਵੇਖੋ ਕਿ ਪ੍ਰੇਮ ਦੀਆਂ ਤਰੰਗਾਂ ਬਾਬੇ ਨਾਨਕ ਤੋਂ ਵਰਦੀਆਂ ਨੇ, ਅਸੀਂ ਲੋਕ ਦੇਖ ਸਕਦੇ। ਪ੍ਰੇਮ ਦੀਆਂ ਤਰੰਗਾਂ ਦੇ ਸਹਾਰੇ ਗੁਰੂ ਨਾਨਕ ਪਹੁੰਚ ਗਏ ਨੇ ਉਹਦੇ ਉਹਦੀ ਝੌਂਪੜੀ ਦੇ ਬਾਹਰ। ਜਿਹੜਾ ਬੈਠਾ ਹੈ ਉਡੀਕਾਂ ਕਰਦਾ ਹੈ ਤੇ ਕੀ ਕਹਿੰਦਾ ਹੈ, ਮਹਾਰਾਜ ਮੈਂ ਨਹੀਂ ਮਾਣੀ ਤੇ ਕਦੋਂ ਸੰਸਾਰ ਵਿੱਚ ਕੀ ਹੈ ਜੀ ਕਿ ਜਿਹੜਾ ਸੋਚਿਆ ਨਹੀਂ ਉਹ ਹੋ ਜਾਵੇ ਨਾ, ਉਹ ਭੈੜਾ ਹੈ। ਸੰਸਾਰ ਵਿੱਚ ਅਨਪਲੈਨਡ ਚੀਜ਼ਾਂ ਬੁਰੀਆਂ ਲੱਗਦੀਆਂ, ਲੇਕਿਨ ਧਰਮ ਦੇ ਰਾਹ ਤੇ ਅਨਐਕਸਪੈਕਟਡ ਖੁਸ਼ੀਆਂ ਮਿਲਦੀਆਂ, ਉਹ ਬੜੀਆਂ ਚੰਗੀਆਂ ਲੱਗਦੀਆਂ। ਗੁਰੂ ਨਾਨਕ ਚਲੇ ਗਏ, ਉਹਦੇ ਦਰਵਾਜ਼ੇ 'ਚ ਖੜੇ ਨੇ, ਆਵਾਜ਼ ਲਗਾਈ ਭਾਈ ਮਰਦਾਨੇ ਨੇ, ਕਹਿੰਦੇ ਭਗਤਾ ਤੇਰੇ ਦਰਵਾਜ਼ੇ ਗੁਰੂ ਨਾਨਕ ਆਇਆ ਹੈ। ਹਾਏ ਹਾਏ, ਸੋਚ ਕੇ ਵੇਖੋ ਕਿ ਜਿਹਦੇ ਦਰਵਾਜ਼ੇ ਗੁਰੂ ਖੜਾ ਹੈ ਤੇ ਜਿਹੜਾ ਘਰ ਵਿੱਚ ਨਜ਼ਰਾਂ ਝੁਕਾਈ ਬੈਠਾ ਹੈ। ਕਾਲੀ ਸਾਧ ਸੰਗਤ ਜਿਵੇਂ ਹੀ ਸੁਣਿਆ, ਉਹਨੇ ਨਜ਼ਰਾਂ ਚੱਕੀਆਂ, ਸਾਹਮਣੇ ਵੇਖਿਆ ਦੋ ਲੋਕ ਖੜੇ ਨੇ ਹੱਥ ਜੋੜੇ। ਮਹਾਰਾਜ ਕੌਣ? ਭਾਈ ਮਰਦਾਨਾ ਕਹਿੰਦਾ ਬਾਬਾ ਨਾਨਕ ਤੇਰੇ ਘਰ ਆਇਆ। ਭੱਜ ਕੇ ਆਇਆ, ਚਰਨੀ ਡਿੱਗ ਪਿਆ, ਹੱਥ ਕੰਬਦੇ ਨੇ, ਅੱਖਾਂ ਚੋਂ ਹੰਝੂ ਡਿੱਗਦੇ ਨੇ, ਆਪਣੇ ਹੰਝੂਆਂ ਨਾਲ ਗੁਰੂ ਨਾਨਕ ਦੇ ਚਰਨ ਧੋਤੇ ਤੇ ਚਰਨ ਧੋਤੇ ਨੇ। ਬਾਬੇ ਨਾਨਕ ਨੂੰ ਕਹਿੰਦਾ ਬਾਬਾ ਅੱਜ ਇਸ ਗਰੀਬ ਨੂੰ ਤੂੰ ਭਾਗ ਲਾ ਦਿੱਤੇ। ਸਤਿਗੁਰ ਕਹਿੰਦੇ ਨਾਂ ਕੀ ਹੈ ਤੇਰਾ? ਕਹਿੰਦਾ ਮਹਾਰਾਜ ਮੇਰਾ ਨਾਂ ਲਾਲੋ ਹੈ। ਸਤਿਗੁਰ ਕਹਿੰਦੇ ਲਾਲੋ ਤੂੰ ਉਦੋਂ ਤੱਕ ਗਰੀਬ ਸੀ ਜਦੋਂ ਤੱਕ ਤੈਨੂੰ ਗੁਰੂ ਨਾਨਕ ਨਹੀਂ ਮਿਲਿਆ ਸੀ, ਹੁਣ ਤੂੰ ਗਰੀਬ ਨਹੀਂ, ਹੁਣ ਤੂੰ ਲਾਲੋ ਉਹ ਲਾਲ ਹੈ ਜਿਹਦੀ ਕੀਮਤ ਦੁਨੀਆਂ ਤੋਂ ਲੱਗਣੀ ਨਹੀਂ। ਆਖੋ ਸਤਨਾਮ। ਹੁਣ ਤੂੰ ਉਹ ਹੋ ਗਿਆ ਜਿਹਦੀ ਕੀਮਤ ਕਿਸੇ ਤੋਂ ਦੱਸੀ ਜਾਣੀ ਨਹੀਂ। ਵਿਆਖਿਆ ਕਰਨ ਵਾਲੇ ਹਜ਼ਾਰਾਂ ਆ ਜਾਣਗੇ, ਲੇਕਿਨ ਮੁੱਲ ਦੱਸਣਾ ਸਾਤ ਸਮੁੰਦ ਕੀ ਸਿਆਹੀ ਕਰੂੰ ਲੇਖਨੀ ਸਭ ਬਣੀ ਰਾਏ। ਕਵੀ ਲੋਕ ਕਹਿੰਦੇ ਨੇ ਕਿ ਸਮਸਤ ਧਰਤੀ ਸਭ ਧਰਤੀ ਕਾਗਜ਼ ਧਰੂੰ ਲੇਖਨੀ ਸਭ ਬਣੀ ਰਾਏ ਸਾਤ ਸਮੁੰਦ ਕੀ ਮਸੀ ਕਰੂੰ ਪਰ ਗੁਰੂ ਗੁਣ ਲਿਖਾ ਨਾ ਜਾ। ਕਿ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ ਨਾ, ਸਾਰੀ ਧਰਤੀ ਦਾ ਕਾਗਜ਼ ਬਣਾ ਲਓ ਤੇ ਸਾਰੇ ਦਰਖਤਾਂ ਦੀਆਂ ਕਲਮਾਂ ਬਣਾ ਲਓ ਤੇ ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਲਓ, ਫਿਰ ਵੀ ਕਹਿੰਦੇ ਸਭ ਕੁਝ ਮੁੱਕ ਜਾਣਾ ਹੈ ਪਰ ਇਹਨਾਂ ਰੱਬ ਦੇ ਰੰਗ ਵਿੱਚ ਰੰਗੇ ਹੋਇਆਂ ਦੀਆਂ ਵਡਿਆਈਆਂ ਨਹੀਂ ਮੁੱਕਣਗੀਆਂ। ਆਖੋ ਸਤਨਾਮ। ਭਾਈ ਲਾਲੋ ਦੇ ਘਰ ਗੁਰੂ ਨਾਨਕ ਰਹੇ ਨੇ, ਉਹਦੇ ਤੇ ਦਇਆ ਕੀਤੀ ਹੈ, ਪਰ ਗੁਰੂ ਪਿਆਰੀ ਸਾਧ ਸੰਗਤ ਦਇਆ ਕਰਕੇ ਉਸਦੇ ਘਰ ਭੋਜਨ ਵੀ ਛਕਦੇ ਨੇ, ਕਿਰਪਾ ਵੀ ਕਰਦੇ ਨੇ, ਬੜੀਆਂ ਰਹਿਮਤਾਂ ਕਰਦੇ ਨੇ। ਅੱਜ ਆਪਾਂ ਸਾਖੀ ਨੂੰ ਇੱਥੇ ਹੀ ਰੋਕਦੇ ਹਾਂ, ਕਿਉਂਕਿ ਜੀ ਨਹੀਂ ਕਰਦਾ ਅਗਰ ਵੱਜ ਗਏ ਨੇ ਦਾਸ, ਕੱਲ੍ਹ ਦੀਆਂ ਵੀ ਤਿਆਰੀਆਂ ਦੀ ਲੀਆਂ ਨੇ। ਅਤੇ ਪਿਆਰੀ ਸਾਧ ਸੰਗਤ, ਵੈਸੇ ਮੈਂ ਦੇਖ ਰਿਹਾ ਤੁਹਾਡੇ ਚਿਹਰਿਆਂ ਵੱਲ ਤੇ ਕਿਸੇ ਨੂੰ ਆਏ ਨਹੀਂ ਲੱਗ ਰਿਹਾ ਕਿ ਬਾਬਾ ਜੀ ਕਥਾ ਬੰਦ ਕਰ ਲੱਗ ਰਿਹਾ, ਕਿਸੇ ਨਹੀਂ ਲੱਗ ਰਿਹਾ, ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜਦੋਂ ਪ੍ਰੇਮ ਹੋਵੇ ਨਾ, ਇਹ ਪ੍ਰੇਮ ਜਦੋਂ ਡੁੱਬਦਾ, ਦੇਖੋ ਇੱਕੋ ਹੀ ਜਗ੍ਹਾ ਡੁੱਬਿਆ ਹੋਇਆ ਬੰਦਾ ਸੁੱਖ ਸਕਦਾ,
ਕਹਿੰਦੇ ਸੰਸਾਰ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਵਿੱਚ ਡੁੱਬਿਆ ਹੋਇਆ ਔਖਾ ਹੁੰਦਾ, ਕੋਈ ਕ੍ਰੋਧ ਵਿੱਚ ਡੁੱਬ ਜੇ ਖਤਮ, ਕੋਈ ਲਾਲਚ ਵਿੱਚ ਡੁੱਬ ਜੇ ਖਤਮ, ਕੋਈ ਵਾਸਨਾ ਵਿੱਚ ਡੁੱਬ ਜੇ ਖਤਮ, ਕੋਈ ਹੰਕਾਰ ਵਿੱਚ ਡੁੱਬ ਜੇ ਖਤਮ, ਕੋਈ ਇਨਸਾਨ ਇਸ ਦੁਨੀਆਂ ਤੇ ਆ ਕੇ ਝੂਠ ਵਿੱਚ ਡੁੱਬ ਜੇ ਉਹ ਖਤਮ, ਲੇਕਿਨ ਜਿਹੜਾ ਬੰਦਾ ਸਿਮਰਨ ਵਿੱਚ ਡੁੱਬ ਗਿਆ ਫਿਰ ਉਹਨੂੰ ਕੋਈ ਮਾਰ ਨਹੀਂ ਸਕਦਾ, ਉਹ ਜ਼ਿੰਦਗੀ ਭਰ ਵਾਸਤੇ ਸੁਖੀ ਹੋ ਜਾਂਦਾ। ਇੱਕੋ ਹੀ ਚੀਜ਼ ਹੈ, ਇੱਕੋ ਹੀ ਜਗ੍ਹਾ ਜਿੱਥੇ ਡੁੱਬਿਆ ਹੋਇਆ ਸੌਖਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਆਰੀ ਸਾਧ ਸੰਗਤ, ਉਹ ਰਹਿਬਰ ਫਕੀਰ ਲੋਕ ਆਪ ਸਾਰੀ ਸੰਗਤ ਤੇ ਦਇਆ ਕਰਨ, ਕਿਰਪਾ ਕਰਨ। ਆਓ ਆਖਰੀ ਇੱਕ ਪੰਕਤੀ, ਇੱਕ ਛੋਟੀ ਜਿਹੀ ਬੇਨਤੀ, ਧਾਰਨਾ ਪੜ੍ਹ ਕੇ ਮੈਂ ਬਾਣੀ ਨੂੰ ਵਿਰਾਮ ਦੇਵਾਂਗਾ। ਪਰ ਕੱਲ੍ਹ ਨੂੰ ਜਿਹੜਾ ਦੀਵਾਨ ਨੇ ਸਵੇਰ ਦੇ, ਮੈਂ ਸੰਗਤ ਨੂੰ ਦੱਸ ਦੇਵਾਂ ਕਿ 9 ਵਜੇ ਤੋਂ 12 ਵਜੇ ਤੱਕ ਦਾ ਸਮਾਂ ਹੈ ਜੀ। ਸਵੇਰੇ ਲਗਭਗ 8:30 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜੋ ਪ੍ਰਵਾਹ ਚੱਲ ਰਿਹਾ ਹੈ ਉਹਦੇ ਭੋਗ ਪੈ ਜਾਣਗੇ ਜੀ। ਉਸ ਤੋਂ ਬਾਅਦ ਗੁਰੂ ਸਾਹਿਬਾਨ ਪੰਡਾਲਾਂ ਵਿੱਚ ਚਲੇ ਜਾਣਗੇ, ਪੰਡਾਲਾਂ ਵਿੱਚ ਫਿਰ ਹਾਜ਼ਰੀਆਂ ਭਰਾਂਗੇ। 12 ਵਜੇ ਤੱਕ ਦਾ ਸਮਾਗਮ ਹੈ, ਤੋ ਬੜੇ ਪ੍ਰੇਮ ਨਾਲ ਸਮੇਂ ਨਾਲ ਆਉਣਾ ਜੀ। ਸਤਸੰਗ ਵੀ ਸੁਣੋ ਅਤੇ ਤੁਹਾਨੂੰ ਆਨੰਦ ਆਵੇ ਨਾ ਆਵੇ, ਮੈਨੂੰ ਆਨੰਦ ਆ ਜਾਣਾ ਹੈ। ਤੁਹਾਡੇ ਆਉਣ ਨਾਲ ਤੁਹਾਡਾ ਆਉਣ ਮੈਨੂੰ ਕੀ ਪਤਾ, ਕੋਈ ਜੇ ਤੁਹਾਨੂੰ ਆ ਰਿਹਾ ਤਾਂ ਤੁਹਾਨੂੰ ਪਤਾ ਹੈ, ਲੇਕਿਨ ਮੈਨੂੰ ਆਨੰਦ ਬੜਾ ਆਏਗਾ ਤੁਸੀਂ ਆ ਕੇ ਬੈਠੋ। ਸੱਚੀ ਕਹਿ ਰਹੇ ਕਿ ਮੈਂ ਆ ਕੇ ਨਾ ਬੜਾ ਚੰਗਾ ਫੀਲ ਕਰ ਰਿਹਾ। ਪਰ ਗੁਰੂ ਪਿਆਰੀ ਸਾਧ ਸੰਗਤ, ਗੁਰੂ ਕਿਰਪਾ ਕਰ, ਕੱਲ੍ਹ ਨੂੰ 9 ਵਜੇ ਤੋਂ ਦਿਨੇ 12 ਵਜੇ ਤੱਕ ਦੀਵਾਨ ਸਜਣਗੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਹੁਕਮ ਹੁਮਾ ਕੇ ਆਉਣਾ ਹੈ ਕੱਲ੍ਹ ਨੂੰ ਖੁੱਲ੍ਹੇ ਪੰਡਾਲਾਂ ਵਿੱਚ। ਔਰ ਕੱਲ੍ਹ ਨੂੰ ਇੱਕ ਹੋਰ ਗੱਲ ਦੱਸ ਦੇਵਾਂਗਾ, ਜਿੰਨੀ ਵੀ ਸੰਗਤ ਨੇ ਆਉਣਾ ਹੈ ਕੱਲ੍ਹ ਨੂੰ ਸ਼ਹੀਦਾਂ ਦਾ ਸਮਾਰਕ ਦਾ ਸਵੇਰੇ ਓਪਨਿੰਗ ਹੋ ਜਾਣੀ ਹੈ, ਤਾਂ ਬੇਨਤੀ ਹੈ ਸਾਰਿਆਂ ਨੂੰ ਜਿਹੜੇ ਵੀ ਸਾਡੇ ਕੋਲ ਆਉਣਗੇ ਉੱਥੇ ਦਰਸ਼ਨ ਕਰਕੇ ਵੇਖ ਕੇ ਬੜੇ ਪ੍ਰੇਮ ਦੇ ਨਾਲ ਮੱਥੇ ਟੇਕ ਕੇ ਉੱਥੋਂ ਸਾਡੇ ਵੱਲ ਆਉਣ, ਕਿਉਂਕਿ ਇਹ ਜਿਨ੍ਹਾਂ ਨੇ ਜਗ੍ਹਾ ਦਿੱਤੀ ਸਾਡੀ ਮਾਤਾ ਬੈਠੀ ਹੈ, ਮਾਤਾ ਸੰਤੋਸ਼ ਰਾਣੀ ਜੀ, ਇਹਨਾਂ ਦਾ ਬੜਾ ਤਪ ਹੈ, ਇਹਨਾਂ ਦਾ ਬੜਾ ਉਦਮ ਹੈ। ਗੁਰੂ ਪਿਆਰੀ ਸਾਧ ਸੰਗਤ, ਮੈਂ ਆਇਆ 1.5-2 ਸਾਲ ਤੋਂ, ਅਤੇ ਮੇਰੇ ਮਨ ਵਿੱਚ ਇੱਕ ਤਮੰਨਾ ਸੀ, ਮੈਂ ਕਿਹਾ ਵੀ ਇਸ ਮਾਤਾ ਨੇ ਬੜਾ ਤਪ ਕੀਤਾ, ਬੜਾ ਵੱਡਾ ਦਾਨ ਕੀਤਾ ਹੈ, ਅਤੇ ਜੀ ਕਰਦਾ ਸੀ ਇਹਦੇ ਦਾਨ ਨੂੰ। ਬਾਬਾ ਜੀ ਮਹਾਰਾਜ ਨੂੰ ਬੇਨਤੀਆਂ ਕੀਤੀਆਂ ਕਿ ਮਹਾਂਪੁਰਸ਼ੋ ਕਿਰਪਾ ਕਰੋ ਦਾਤਾ, ਇਹਨਾਂ ਮਾਤਾ ਦੇ ਦਾਨ ਨੂੰ ਸਫਲ ਕਰੋ, ਕਿ ਕੋਈ ਵਿਧੀ ਐਸੀ ਬਣ ਜਾਵੇ ਕਿ ਮਾਤਾ ਨੂੰ ਵੀ ਲੱਗੇ ਕਿ ਹਾਂ ਮਹਾਰਾਜ ਮੈਂ ਜੋ ਦਾਨ ਕੀਤਾ ਸੀ ਮੇਰਾ ਦਾਨ ਸਫਲ ਹੋ ਗਿਆ। ਤਾਂ ਵਿਧੀਆਂ ਵੀ ਸਤਿਗੁਰ ਨੇ, ਮਹਾਂਪੁਰਸ਼ਾਂ ਨੇ ਆਪ ਬਣਾਈਆਂ, ਸੰਕਲਪ ਵੀ ਆਪ ਕੀਤੇ ਅਤੇ ਪੂਰਨ ਵੀ ਆਪ ਕੀਤੇ ਨੇ। ਤੋ ਮਾਤਾ ਨੂੰ ਵੀ ਸਾਡਾ ਨਮਸਕਾਰ ਹੈ ਕਿ ਜਿਹੜੀ ਮਾਤਾ ਨੇ ਏਡਾ ਵੱਡਾ ਦਾਨ ਕੀਤਾ, ਜਿਹਦੀ ਵਜ੍ਹਾ ਨਾਲ ਅੱਜ ਆਪਾਂ ਬੈਠੇ ਇੱਥੇ ਸਤਸੰਗ ਕਰ ਰਹੇ ਹਾਂ। ਪਿਆਰੀ ਸੰਗਤ, ਕੋਈ ਆਪਾਂ ਨੂੰ ਬਹਿਣ ਨੂੰ ਜਗ੍ਹਾ ਨਾ ਦੇਵੇ ਤੇ ਆਪਾਂ ਆਸਣ ਕਿਵੇਂ ਲਾਵਾਂਗੇ? ਵਾਮਨ ਭਗਵਾਨ ਜਿਹੜੇ ਸਨ ਉਹ ਰਾਜਾ ਬਲੀ ਤੋਂ ਕੀ ਮੰਗਣ ਗਏ ਸੀ? ਜ਼ਮੀਨ ਹੀ ਮੰਗਣ ਗਏ ਸੀ ਨਾ ਜੀ, ਕਿ ਮੈਨੂੰ 3 ਪੈਰ ਧਰਤੀ ਦੇ ਦੇ, 3 ਪਗ ਧਰਤੀ ਦੇ ਦੇ, ਕਿ ਮੈਨੂੰ ਜ਼ਮੀਨ ਦੇ ਦੇ, ਮੈਂ ਬਹਿਣਾ। ਕਿਉਂ ਬਹਿਣਾ ਮਹਾਰਾਜ? ਮੈਂ ਭਜਨ ਕਰਨਾ, ਜ਼ਮੀਨ ਮੰਗਣ ਗਏ ਸੀ। ਔਰ ਇਹ ਧਰਤੀ ਜਿਹਨੂੰ ਮਿਲ ਜਾਵੇ ਫਿਰ ਉਹਨੂੰ ਬਹਿਣਾ ਵੀ ਸੌਖਾ ਲੱਗਦਾ, ਨਾਮ ਲੈਣਾ ਵੀ ਸੌਖਾ ਲੱਗਦਾ ਹੈ। ਤੋ ਮਾਤਾ ਦਾ ਬੜਾ ਕਰਮ ਹੈ, ਬੜਾ ਤਪ ਹੈ ਜਿਹਨਾਂ ਨੇ ਇਹ ਦਾਨ ਕੀਤਾ। ਤੋ ਕੱਲ੍ਹ ਨੂੰ ਸਮੇਂ ਅਨੁਸਾਰ ਜੋ ਮੈਂ ਤੁਹਾਨੂੰ ਦੱਸਿਆ, ਇਹਦੇ ਅਨੁਸਾਰ ਆਪਾਂ ਸਵੇਰੇ ਬਹਿ ਕੇ ਰੱਬੀ ਵਿਚਾਰਾਂ ਕਰਾਂਗੇ। ਨਸ਼ੇ 'ਚ ਇਸੇ 'ਚ ਹੀ ਰਹਿਣਾ, ਇਸੇ ਨਸ਼ੇ 'ਚ ਹੀ ਸਵੇਰੇ ਆ ਜਾਏ, ਠੀਕ ਹੈ? ਘਰੇ ਜਾ ਕੇ ਲੈਣ ਨਹੀਂ ਦੇਣਾ ਹੈ ਨਸ਼ਾ। ਆਖੋ ਸਤਨਾਮ ਅਤੇ ਆਓ ਆਪਣੇ ਮਨ ਨੂੰ ਕਹੀਏ ਮਨਾ ਆਖਰੀ ਧਾਰਨਾ ਹੈ। ਜਿਹੜਾ ਨਾ ਬੋਲੂ ਉਹਨੂੰ ਉਹਦੇ ਗੁਆਂਢੀ ਦੀ ਸਹੁੰ ਹੈ। ਮੈਂ ਇੱਕ ਜਗ੍ਹਾ ਇਹ ਕਹਿ ਤਾ, ਮੈਂ ਕਿਹਾ ਉਹਨੂੰ ਉਹਦੇ ਗੁਆਂਢੀ ਦੀ ਸਹੁੰ ਹੈ ਜਿਹੜਾ ਨਾ ਬੋਲੂ। ਮੈਂ ਬੋਲਣ ਲੱਗਿਆ ਫਿਰ ਨਾ ਬੋਲੇ, ਮੈਂ ਕਿਹਾ ਤੂੰ ਬੋਲਿਆ ਨੀ, ਕਹਿੰਦਾ ਮੇਰੀ ਲੜਾਈ ਹੋਈ ਹੈ। ਹਰੀ ਨਾਮ
ਕਿਰਪਾ ਕਰਨ ਤੁਹਾਡੇ ਸਾਰਿਆਂ ਦੇ ਉੱਤੇ ਜਿੰਨੇ ਜਾਣੇ ਬੈਠੇ ਹੋ ਸਭ ਦੀਆਂ ਹਾਜ਼ਰੀਆਂ ਗੁਰੂ ਕਬੂਲ ਕਰਨ, ਬੈਠਾ ਹੋਇਆ ਸਫਲ ਕਰਨ, ਤੁਹਾਡਾ ਆਇਆ ਹੋਇਆ ਕਦਮ ਕਦਮ ਸਫਲ ਕਰਨ, ਕਿਉਂਕਿ ਬਾਬਾ ਜੀ ਮਹਾਰਾਜ ਜੀ ਨੇ ਹੋਏ ਸੀ ਇਹਨਾਂ ਦੇ ਮੁੱਖ ਤੋਂ ਕਈ ਵਾਰ ਅਸੀਂ ਸੁਣਿਆ ਸੀ ਜਦੋਂ ਬਾਬਾ ਜੀ ਆਸ਼ੀਰਵਾਦ ਦਿੰਦੇ ਹੁੰਦੇ ਸੀ ਕਹਿੰਦੇ ਪੁੱਤ ਸਤ ਸੰਗਤ ਵਿੱਚ ਜਿਹੜਾ ਇੱਕ ਕਦਮ ਚੱਲ ਕੇ ਜਾਂਦਾ ਹੈ ਉਹਨੂੰ ਇੱਕ ਇੱਕ ਕਦਮ ਜਿਵੇਂ ਜਿਵੇਂ ਉਹ ਚੱਲਦਾ ਇੱਕ ਇੱਕ ਅਸ਼ਵਮੇਧ ਯੱਗ ਦਾ ਪ੍ਰਾਪਤ ਹੁੰਦਾ। ਆਪਣੇ ਮਹਾਂਪੁਰਸ਼ਾਂ ਦੇ ਵਚਨ ਨੇ ਪਿਆਰੀ ਸੰਗਤ, ਸਾਧੂਆਂ ਦੇ ਵਚਨ ਅਨਯਥਾ ਨਹੀਂ ਹੁੰਦੇ। ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ। ਤੋ ਵਾਣੀ ਨੂੰ ਵਿਰਾਮ ਦਿੰਦੇ ਆ ਜੀ, ਇੱਥੇ ਆਏ ਬੈਠੇ ਰਹੋ। ਬੇਨਤੀ ਹੈ ਅੱਜ ਸਾਡੀ ਭਗਤੇ ਵਾਲੀ ਸੰਗਤ ਪ੍ਰਸ਼ਾਦ ਦੀ ਸੇਵਾ ਇਹਨਾਂ ਨੇ ਕੀਤੀ ਹੈ ਜੀ, ਉਹ ਪ੍ਰਸ਼ਾਦ ਦੀ ਸੇਵਾ ਲੈ ਕੇ ਆਏ ਨੇ। ਸਾਰਿਆਂ ਨੂੰ ਉੱਥੇ ਬੈਠੇ ਬਿਠਾਏ ਹੀ ਪ੍ਰਸ਼ਾਦ ਮਿਲੇਗਾ। ਤੋ ਪਹਿਲਾਂ ਪ੍ਰਸ਼ਾਦ ਲੈਣਾ ਜੀ, ਉਸ ਤੋਂ ਬਾਅਦ ਲੰਗਰ ਦੀ ਸੇਵਾ ਜੋ ਹੈ। ਜਿਸਨੇ ਪ੍ਰਸ਼ਾਦੇ ਨਹੀਂ ਛਕੇ ਬੜੇ ਪ੍ਰੇਮ ਨਾਲ ਪ੍ਰਸ਼ਾਦੇ ਛਕਣਾ। ਇਸੇ ਤਰ੍ਹਾਂ ਬੈਠੇ ਰਹੋ, ਬੜੇ ਪ੍ਰੇਮ ਦੇ ਨਾਲ ਸੰਗਤ ਸਾਰ ਪ੍ਰਸ਼ਾਦ ਵਰਤਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਕੀ ਜੈ।